ਪੰਜਾਬੀ ਰੇਡੀਓ ਯੂ ਐਸ اے ਸੁਣ ਰਹੇ ਸਾਰੇ ਹਿਮਾਂਝੋਕਤੇ ਸਤਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਕਾਰ ਸਹਿਤ ਉਹਨਾਂ ਨਾਲ ਜੋੜ ਕੇ ਨਿੱਕ ਜਹੀ ਸਤ ਸ੍ਰੀ ਅਕਾਲ ਸਭ ਨੂੰ ਜੀ ਆਣ ਆਖਦੇ ਆਂ ਸੋਤੇ ਪ੍ਰੋਗਰਾਮ ਸਿੱਖ ਵਿਰਾਸਤ ਸਰਹੱਦੋਂ ਪਾਰ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਇਸੇ ਨਾਮ ਦੀ ਕਿਤਾਬ ਦੇ ਨਾਲ ਇਹ ਜੁੜਿਆ ਹੋਇਆ ਪ੍ਰੋਗਰਾਮ ਚ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਆਂ ਜਿਸ ਦੇ ਵਿੱਚ ਆਪਣੇ ਨਾਲ ਇਸ ਕਿਤਾਬ ਦੇ ਰਚੇਤਾ ਲੇਖਕ ਡਾਕਟਰ ਦਲਬੀਰ ਸਿੰਘ ਪੰਨੋ ਜੁੜ ਚੁੱਕੇ ਨੇ ਡਾਕਟਰ ਪੰਨੂ ਜੀ ਜੀ ਆਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਾਜਕਰਮ ਮਿਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਹੈਲਪ ਦੇ ਨਾਲ ਮੈਨੂੰ ਫੇਰ ਪੰਜਾਬੀ ਰੇਡੀਓ ਯੂ ਐਸ ਏ ਦੇ ਸਾਰੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਥੈਂਕ ਯੂ ਜੀ ਤੇ ਸਰੋਤਿਓ ਤੁਸੀਂ ਇਸ ਪ੍ਰੋਗਰਾਮ ਨੂੰ ਪੰਜਾਬੀ ਰੇਡੀਓ ਯੂ ਐਸ ਏ ਦੇ ਸਾਰੇ ਹੀ ਨੈਟਵਰਕ ਰੇਡੀਓ ਨੈਟਵਰਕ ਦੇ ਉੱਤੇ ਏ ਐਮ ਐਫ ਐਮ ਸਟੇਸ਼ਨ ਕਰਾਂਚ ਰੇਡੀਓ ਸੈਟਸ ਦੇ ਉੱਤੇ ਐਪ ਦੇ ਜ਼ਰੀਏ ਫੋਨ ਦੇ ਜ਼ਰੀਏ ਵੈਬਸਾਈਟ ਦੇ ਜ਼ਰੀਏ ਤੁਸੀਂ ਸੁਣ ਰਹੇ ਹੋ ਤੇ YouTube ਅਤੇ Facebook ਦੇ ਉੱਤੇ ਵੀਡੀਓ ਦੇ ਨਾਲ ਤੁਸੀਂ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਹੋ ਸੋ ਆਪਾਂ ਲਗਾਤਾਰ ਪਿਛਲੇ ਕਈ ਹਫ਼ਤਿਆਂ ਤੋਂ ਇਹ ਜਿਹੜਾ ਪ੍ਰੋਗਰਾਮ ਦਾ ਕੇ ਆ ਰਹੇ ਹਾਂ ਜਿਸ ਦੇ ਵਿੱਚ ਵੱਖ-ਵੱਖ ਚੈਪਟਰਸ ਦੇ ਉੱਤੇ ਜਿਹੜੇ ਕੀ ਗੁਰੂ ਘਰ ਸਿੱਖ ਵਿਰਾਸਤ ਸਿੱਖ ਇਤਿਹਾਸ ਜਿਹੜਾ ਆ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਰਹਿ ਗਿਆ ਆ ਉਸ ਦੇ ਬਾਰੇ ਜਿਹੜਾ ਖੋਜ ਕਰਕੇ ਇਹਨਾਂ ਨੇ ਕਿਤਾਬ ਲਿਖੀ ਆ ਉਸ ਦੇ ਬਾਰੇ ਆਪਾਂ ਚਰਚਾਵਾ ਕਰ ਰਹੇ ਹਾਂ ਉਸ ਦੇ ਬਾਰੇ ਜਿਹੜੀ ਇਹ ਜਾਣਕਾਰੀ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਹਾਂ ਲੜੀਵਾਰ ਆਪਣਾ ਇਹ ਪ੍ਰੋਗਰਾਮ ਚੱਲ ਰਿਹਾ ਸੀ ਕਿਤਾਬ ਦੇ ਸ਼ੁਰੂ ਤੋਂ ਲੈ ਕੇ 1 2 3 ਚੈਪਟਰ ਦੇ ਕਰਕੇ ਪਰ ਅੱਜ ਜਿਸ ਮੌਕੇ ਆਪਾਂ ਤੁਹਾਡੇ ਨਾਲ ਹੁਣ ਗੱਲ ਕਰ ਰਹੇ ਹਾਂ ਇਸ ਮੌਕੇ ਇੱਕ ਵਿਵਾਦ ਜਿਹੜਾ ਆ ਉਹ ਇਸ ਟਾਈਮ ਸਾਹਮਣੇ ਆ ਗਿਆ ਆ ਜਿਹੜਾ ਕਿ ਉੱਥੋਂ ਦੇ ਹੀ ਇਤਿਹਾਸਿਕ ਗੁਰੂ ਘਰ ਜਿਹੜੇ ਆ ਲੰਦੇ ਪੰਜਾਬ ਦੇ ਵਿੱਚ ਹੈਗਾ ਆ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਭਾਈ ਤਾਰੂ ਸਿੰਘ ਜੀ ਉਸ ਦੇ ਨਾਲ ਸਬੰਧਿਤ ਇਸ ਟਾਈਮ ਜੁੜਿਆ ਹੋਇਆ ਸੋ ਅਸੀਂ ਚੈਪਟਰ ਦੇ ਸ਼ੁਰੂ ਤੋਂ ਲੈ ਕੇ ਜੰਪ ਜਿਹੜਾ ਆ ਉਹ ਕਰਨ ਜਾ ਰਹੇ ਆ ਮੈਂ ਮਾਫੀ ਚਾਹੁੰਨਾ ਡਾਕਟਰ ਪੰਨੂ ਵੀ ਆਪਾਂ ਨੂੰ ਕਿਤਾਬ ਦੀ ਲੜੀ ਜਿਹੜੀ ਥੋੜੀ ਤੋੜ ਕੇ ਜਿਹੜਾ ਸਾਈਡ ਟਰੈਕ ਹੋਣਾ ਪੈ ਰਿਹਾ ਪਰ ਮੈਨੂੰ ਲੱਗਦਾ ਸਮਾਂ ਸਮੇਂ ਦੀ ਮੰਗ ਇਹ ਹੈਗੀ ਆ ਵੀ ਆਪਾਂ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕਰੀਏ ਕਿਉਂਕਿ ਤੁਸੀਂ ਵੀ ਇਸ ਦੇ ਇਤਿਹਾਸ ਦੇ ਨਾਲ ਚੰਗੀ ਤਰ੍ਹਾਂ ਵਾਕਿਫ ਹੈਗੇ ਆ ਜੀ ਵੀਰ ਜੀ ਐਕਚੁਅਲੀ ਇਹ ਬਹੁਤ ਹੀ ਵਧੀਆ ਤੁਹਾਡਾ ਪੁਆਇੰਟ ਹੈਗਾ ਐਕਚੁਅਲੀ ਆਪਣਾ ਮਕਸਦ ਹੀ ਇੰਨੇ ਸਾਲਾਂ ਦਾ ਆਪਾਂ ਪਾਕਿਸਤਾਨ ਗੁਰਧਾਮਾਂ ਦੀ ਹਿਸਟਰੀ ਦੀ ਅਵੇਅਰਨੈਸ ਲਈ ਕੰਮ ਕਰ ਰਹੇ ਆਂ ਹੁਣ ਆਪਣਾ ਇਸ ਵੇਲੇ ਲੋਡ ਦੇ ਮੁਤਾਬਕ ਇਹੀ ਹੈਗਾ ਕਿ ਆਪਾਂ ਜਿਹੜਾ ਇਸ ਜਗ੍ਹਾ ਦੇ ਬਾਰੇ ਝਗੜਾ ਚੱਲ ਰਿਹਾ ਉਹਨੂੰ ਥੋੜਾ ਇਤਿਹਾਸਿਕ ਫਾਈਲਾਂ ਚੋਂ ਫਰੋਲੀਏ ਤੇ ਆਪਾਂ ਇਹਨਾਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦੇ ਲਈ ਇਹ ਉਨੀ ਡੈਡੀਕੇਸ਼ਨ ਨਾਲ ਕੰਮ ਕਰੀਏ ਜਿਹੜਾ ਜਿਹੜਾ ਆਪਣਾ ਐਕਚੁਅਲੀ ਮੇਨ ਜ਼ਿੰਮੇਵਾਰੀ ਬਣਦੀ ਹੈ ਸਮੂਹ ਪੰਥ ਦੀ ਜਿਹੜੀ ਹੈਗੀ ਆ ਉਹ ਇਹ ਜ਼ਰੂਰਤ ਹੈਗੀ ਆ ਕਿ ਆਪਾਂ ਸਿਰਫ ਕੱਲਾ ਸੋਸ਼ਲ ਮੀਡੀਆ ਤੇ ਲਾਈਨਾਂ ਲਿਖੀਏ ਨਾ ਆਪਾਂ ਇਹਨਾਂ ਦੇ ਪਿੱਛੇ ਜੋ ਤੱਥ ਸਗੇ ਉਹਨਾਂ ਦੀ ਰਿਸਰਚ ਕਰੀਏ ਉਹਨਾਂ ਦੇ ਵਿੱਚੋਂ ਚੀਜ਼ਾਂ ਲੱਭੀਏ ਤਾਂ ਕਿ ਜਦੋਂ ਵੀ ਕਦੀ ਇਦਾਂ ਦਾ ਰੌਲਾ ਹੋਵੇ ਆਪਾਂ ਕੋਲ ਇਨਫੋਰਮੇਸ਼ਨ ਇੰਨੀ ਜ਼ਿਆਦਾ ਹੋਵੇ ਔਰ ਬਕਾਇਦਾ ਸੋਲਿਡ ਇਨਫੋਰਮੇਸ਼ਨ ਹੋਵੇ ਆਪਾਂ ਸਿੱਧੀਆਂ ਇਹੀ ਗੱਲਾਂ ਨਾ ਕਰੀਏ ਕਿ ਹਾਂਜੀ 47 ਤੋਂ ਬਾਅਦ ਪਾਕਿਸਤਾਨ ਚ ਗੁਰਦੁਆਰਾ ਸਾਹਿਬ ਨਹੀਂ ਸੰਭਾਲੇ ਜਾ ਰਹੇ ਇਦਾਂ ਨਹੀਂ ਮਤਲਬ ਆਪਾਂ ਇਹਦੀ ਲੀਗਲ ਬੈਕਗ੍ਰਾਉਂਡ ਤੋਂ ਵਿਦ ਫੈਕਟਸ ਜਿਹੜੀ ਹੈਗੀ ਉਹ ਗੱਲ ਕਰੀਏ ਅੱਜ ਵਾਲਾ ਪ੍ਰੋਗਰਾਮ ਆਪਾਂ ਇਸ ਜਿਹੜਾ ਮੁਦੇ ਮੁਦੇ ਤੇ ਗੱਲ ਕਰਾਂਗੇ ਆਪਾਂ ਜੀ ਬਿਲਕੁਲ ਸੋ ਆਇ ਜਰੂਰੀ ਬਣਦਾ ਹੈ ਤਾਂ ਜੋ ਜਦੋਂ ਤੁਸੀਂ ਉਸਤੇ ਕਾਊਂਟਰ ਆਰਗੂਮੈਂਟ ਵੀ ਕਰਨਾ ਵੀ ਤੁਹਾਡੇ ਕੋਲ ਪੂਰੇ ਤੱਥ ਜਿਹੜੇ ਉਹ ਹੁਣ ਕਿਉਂਕਿ ਹਰ ਥਾਂ ਦੇ ਉੱਤੇ ਇੱਕ ਜਣਾ ਮੌਜੂਦ ਨਹੀਂ ਆ ਸਾਰਿਆਂ ਨੂੰ ਜੇ ਪਤਾ ਹੋਊਗਾ ਸੋ ਸਾਰੇ ਜਣੇ ਉਸ ਗੱਲ ਨੂੰ ਜਿਹੜਾ ਕਹਿ ਲਓ ਵੀ ਜ਼ੋਰ ਦੇ ਨਾਲ ਜਿਹੜਾ ਉਹ ਦੱਸ ਸਕਦੇ ਆ ਵੀ ਨਹੀਂ ਜਿਹੜਾ ਤੁਸੀਂ ਰੌਲਾ ਪਾ ਰਹੇ ਹੋ ਉਹ ਵਾਜਿਬ ਨਹੀਂ ਹੈਗਾ ਸੋ ਇਹ ਦੱਸਦੇ ਜਾਈਏ ਵੀ ਇੱਕ ਰੀਸੈਂਟ ਜਿਹੜੀ ਇੱਕ ਵੀਡੀਓ ਸੋ ਹੇਲ ਬੱਟਰ ਦੇ ਨਾਮ ਦੇ ਬੰਦੇ ਦੇ ਦੁਆਰਾ ਜਿਹੜੀ ਆ ਉਹ ਪਾਈ ਗਈ ਆ ਜਿਸ ਦੇ ਵਿੱਚ ਉਸ ਦੇ ਦੁਆਰਾ ਇਹ ਕੋਸ਼ਿਸ਼ ਹੈਗੀ ਆ ਉਸ ਦੇ ਤੇ ਉਸ ਦੇ ਨਾਲ ਜਿਹੜੇ ਬੰਦੇ ਆ ਉਹਨਾਂ ਦੇ ਦੁਆਰਾ ਵੀ ਜਿਹੜਾ ਸ਼ਹੀਦ ਗੰਜ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਆ ਉਸ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਬਜ਼ਾ ਕਰ ਲਈਏ ਆਪਣੀ ਮਲਕੀਅਤ ਦਾ ਦਾਵਾ ਜਿਹੜਾ ਆ ਉਸ ਹੱਬ ਦੇ ਨਾਲ ਜਿਹੜੀ ਆ ਉਹ ਕੋਸ਼ਿਸ਼ ਉਹਨਾਂ ਦੀਆਂ ਜਿਹੜੀਆਂ ਉਹ ਹੈਗੀਆਂ ਆ ਸੋ ਉਸ ਦੇ ਬਾਰੇ ਜਿਹੜੀ ਆ ਆਪਾਂ ਚਰਚਾ ਵੀ ਜਿਹੜੀ ਜ਼ਰੂਰ ਕਰਾਂਗੇ ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਜਿਹੜਾ ਆਪਾਂ ਦੱਸ ਦੇਈਏ ਵੀ ਇਹ ਜਿਹੜੇ ਕਿਤਾਬ ਦਸੇ ਕੈਰੀਟੇਜ ਬਿਯੋਂਡ ਬਾਰਡਰਸ ਆ ਉਸ ਦਾ ਚੈਪਟਰ ਨੰਬਰ 70 71 ਤੇ 72 ਚੈਪਟਰ 70 71 72 ਜਿਸ ਦੇ ਵਿੱਚ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਭਾਈ ਤਾਰੂ ਸਿੰਘ ਜੀ ਗੁਰਦੁਆਰਾ ਸਾਹਿਬ ਸਿੰਘ ਸਿੰਘਣੀਆਂ ਤੇ ਗੁਰਦੁਆਰਾ ਸਾਹਿਬ ਭਾਈ ਤਾਰੂ ਸਿੰਘ ਜੀ ਜਿੱਥੇ ਉਹਨਾਂ ਦੇ ਅਖੀਰਲੇ ਸਵਾਸ ਜਿਹੜੇ ਉਹਨਾਂ ਦੇ ਹੋਏ ਸੀਗੇ ਉਹ ਚੈਪਟਰਸ ਦੇ ਬਾਰੇ ਜਿਹੜੀ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਡਾਕਟਰ ਪੰਨੂ ਕਿਸ ਜਗ੍ਹਾ ਦੇ ਉੱਤੇ ਸਥਿਤ ਹੈਗਾ ਇਹ ਗੁਰਦੁਆਰਾ ਸਾਹਿਬ ਜਿਹਦਾ ਜਿਹੜਾ ਇਸ ਟਾਈਮ ਵਿਵਾਦ ਦੇ ਵਿੱਚ ਹੈਗਾ ਹਾਂਜੀ ਇਹ ਗੁਰਦੁਆਰਾ ਸ਼ਹੀਦਗੰਜ ਪਾਈਤਾਰੋ ਸਿੰਘ ਜੀ ਲਾਹੌਰ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਲੰਡਾ ਬਾਜ਼ਾਰ ਹੈ ਉਹਦੇ ਵਿੱਚ ਸਥਿਤ ਹੈਗਾ ਬਹੁਤ ਹੀ ਇਸ ਵੇਲੇ ਬਿਜ਼ੀ ਕਮਰਸ਼ੀਅਲ ਜਿਹੜਾ ਹੈਗਾ ਉਹ ਸਾਈਟ ਹੈਗੀ ਆ ਪਹਿਲਾਂ ਦਾ ਨਾਮ ਨਖਾਸ ਬਾਜ਼ਾਰ ਸੀ ਇੱਥੇ ਕੋੜਿਆਂ ਦੀ ਮਾਰਕੀਟ ਕਿਸੇ ਜ਼ਮਾਨੇ ਚ ਬਹੁਤ ਜ਼ਿਆਦਾ ਲੱਗਦੀ ਹੁੰਦੀ ਸੀ ਜੀ ਸੋ ਕੀ ਇਤਿਹਾਸ ਆਖਦਾ ਆ ਇਹ ਜਿਹੜਾ ਤੁਸੀਂ ਕਿਉਂਕਿ ਇਤਿਹਾਸ ਦੇ ਨਾਲ ਹੀ ਰੂਬਰੂ ਹੋ ਕੇ ਕਿਤਾਬ ਨੂੰ ਲਿਖਿਆ ਆ ਸੋ ਕੀ ਹਿਸਟਰੀ ਹੈਗੀ ਆ ਕੀ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਇੱਥੇ ਦੋ ਗੁਰਦੁਆਰੇ ਸਾਹਿਬ ਬਿਲਕੁਲ ਨਾਲ ਲੱਗਦੇ ਨੇ ਇੱਕ ਤਾਂ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਹੈ ਜਿੱਥੇ ਭਾਈ ਤਾਰੂ ਸਿੰਘ ਜੀ ਨੂੰ ਟੌਰਚਰ ਕੀਤਾ ਗਿਆ ਸੀ ਉਹਨਾਂ ਦੀ ਖੋਪੜੀ ਉਤਾਰੀ ਗਈ ਸੀ ਉਹਨਾਂ ਨੇ ਇੱਥੇ ਨਾ ਕਰ ਦਿੱਤੀ ਸੀ ਇਸਲਾਮ ਕਬੂਲ ਕਰਨ ਤੋਂ ਤੇ ਬਿਲਕੁਲ ਨਾਲ ਲੱਗਦਾ ਇਹ ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਣੀਆਂ ਹੈਗਾ ਜਿੱਥੇ ਕਿ ਨੀਰਮਨੂ ਦੇ ਵੇਲੇ ਵੀ ਬੀਬੀਆਂ ਨੇ ਬਹੁਤ ਜ਼ੁਲਮ ਜਿਹੜੇ ਸੀ ਉਹਨਾਂ ਦੇ ਉੱਤੇ ਕੀਤੇ ਗਏ ਸੀ ਸੌ ਮਨ ਪੀਸਣ ਪੀਸਿਆ ਸੀ ਆਟਾ ਪੀਸਿਆ ਸੀ ਤੇ ਆਪਣੇ ਜਿੱਦਾਂ ਸੀ ਬੈਬੀਜ਼ ਨੂੰ ਗਲਿਆਂ ਦੇ ਵਿੱਚ ਜਿਹੜੇ ਹਾਰ ਪੁਆਏ ਸਗੇ ਸੋ ਇਹ ਏਰੀਆ ਬਹੁਤ ਜਿਹੜਾ ਕਹ ਲਓ ਭਈ ਜਦੋਂ ਵੀ ਪੰਜਾਬ ਦੇ ਵਿੱਚ ਕਿਤੋਂ ਵੀ ਸਿੱਖਾਂ ਨੂੰ ਫੜਕੇ ਲਿਆਂਦਾ ਸੀ ਉਹ ਇਸ ਬਾਜ਼ਾਰ ਦੇ ਵਿੱਚ ਕਿਉਂਕਿ ਇਹ ਬਹੁਤ ਵੱਡੀ ਏਸ਼ੀਆ ਦੀ ਸਭ ਤੋਂ ਵੱਡੀ ਘੋੜਿਆਂ ਦੀ ਮਾਰਕੀਟ ਇੱਥੇ ਲੱਗਦੀ ਸੀ ਸੋ ਇੱਥੇ ਇਸ ਓਪਨ ਏਰੀਆ ਦੇ ਵਿੱਚ ਜਿਹੜਾ ਸੀ ਉਹਨਾਂ ਨੂੰ ਸ਼ਹੀਦ ਕਰਕੇ ਉਹਨਾਂ ਦੀ ਬਾਡੀਜ਼ ਤੇ ਇਦਾਂ ਜਿਦਾਂ ਕਹ ਲਓ ਭਈ ਟੇਰ ਲਾਏ ਜਾਂਦੇ ਸੀ ਇਸ ਕਰਕੇ ਇਹਨੂੰ ਸ਼ਹੀਦਗੰਜ ਜਿਹੜਾ ਸਥਾਨ ਆ ਇਹ ਕਿਹਾ ਗਿਆ ਜ਼ਕਰੀਆ ਖਾਨ ਦੇ ਵੇਲੇ ਵੀ ਮੀਰ ਮੰਨੂ ਦੇ ਵੇਲੇ ਵੀ ਈਵਨ ਅਮ ਵੀਰ ਹਕੀਕਤ ਰਾਏ ਨੂੰ ਵੀ ਇੱਥੇ ਲਿਆ ਕੇ ਜਿੱਦਾਂ ਸ਼ਹੀਦ ਕੀਤਾ ਗਿਆ ਸੋ ਇਹ ਇੱਕ ਸਪੌਟ ਹੈਗਾ ਪੁਰਾਣੇ ਜ਼ਮਾਨੇ 'ਚ ਜਿੱਥੇ ਲਿਆ ਕੇ ਜੜੀ ਸੀਗੀ ਉਹ ਜਦੋਂ ਵੀ ਸਟੇਟ ਨੂੰ ਕਿਸੇ ਨੂੰ ਸ਼ਹੀਦ ਕਰਨਾ ਹੁੰਦਾ ਸੀ ਕਿਸੇ ਨੂੰ ਮਾਰਨਾ ਹੁੰਦਾ ਸੀ ਉਹ ਇਸ ਜਗ੍ਹਾ ਤੇ ਲਿਆ ਕੇ ਉਹ ਕਰਦੇ ਸੀਗੇ ਤੇ ਜਿਹੜਾ ਤੀਜੀ ਜਗ੍ਹਾ ਹੈਗੀ ਆ ਉਹ ਹੈਗੀ ਗੁਰਦੁਆਰਾ ਸ਼ਹੀਦ ਸਥਾਨ ਭਾਈ ਤਾਰੂ ਸਿੰਘ ਜਿੱਥੇ ਉਹਨਾਂ ਨੇ ਆਪਣੇ ਸਵਾਸ त्यागे ਸੀ ਇਸ ਕਰਕੇ ਉਹਦੇ ਲਈ ਮੈਂ ਚੈਪਟਰ ਆਪਣੀ ਬੁੱਕ 'ਚ ਅਲੱਗ ਕੀਤਾ ਜਦੋਂ ਠੀਕ ਹੈ ਭਾਈ ਤਾਰੂ ਸਿੰਘ ਜੀ ਨੂੰ ਟੌਰਚਰ ਕੀਤਾ ਗਿਆ ਖੋਪੜੀ ਉਤਾਰੀ ਗਈ ਉਸ ਤੋਂ ਕੁਝ ਦਿਨਾਂ ਬਾਅਦ ਉਹਨਾਂ ਨੇ ਆਪਣੇ ਜਿਹੜੇ ਸੀ ਸਵਾਸ त्यागे ਸੀ ਉਹਨਾਂ ਦੀ ਸੇਵਾ ਜਿਹੜੀ ਸੀ ਲਾਹੌਰ ਦੇ ਸਿੱਖਾਂ ਨੇ ਕੀਤੀ ਸੀ ਉਹ ਜਿਹੜਾ ਗੁਰਦੁਆਰਾ ਸਾਹਿਬ ਸੀ ਉਹ ਹਨੂਮਾਨ ਕੂਚਾ ਦੇ ਵਿੱਚ ਸੀ ਜਿਹਦਾ ਨਾਮ ਹੁਣ ਫਰੂਕੀਆ ਗਲੀ ਹੈਗਾ ਹੂੰ ਤਾਂ ਇਸ ਕਰਕੇ ਆਪਣੀ ਕਿਤਾਬ ਦੇ ਇਹ ਤਿੰਨ ਚੈਪਟਰ ਨੇ ਜਿਨ੍ਹਾਂ ਨੂੰ ਅੱਜ ਆਪਾਂ ਮਿਲਾ ਕੇ ਉਹਨਾਂ ਦੇ ਵਿੱਚੋਂ ਕੁਝ ਫੈਕਟਸ ਕੱਢ ਕੇ ਆਪਾਂ ਸਿਰਫ ਫੋਕਸ ਕਰਾਂਗੇ ਕਿ ਇੱਥੇ ਪੁਰਾਣਾ ਲੀਗਲ ਰੌਲਾ ਕੀ ਸੀ ਕਾਨੂੰਨੀ ਰੌਲਾ ਕੀ ਸੀ ਜੀ ਤੇ ਇਤਿਹਾਸ ਜਿਹੜਾ ਉਹ ਕੀ ਆਖਦਾ ਹੈ ਕੀ ਦਸਤਾਵੇਜ਼ ਜਿਹੜੇ ਉਹ ਆਖ ਰਹੇ ਨੇ ਸੋ ਇਹ ਤਿੰਨੇ ਹੀ ਬਹੁਤ ਨਜ਼ਦੀਕ ਆ ਦੋ ਤੇ ਜਦੋਂ ਤੁਸੀਂ ਦੱਸਿਆ ਵੀ ਇਹ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਲੂ ਸਿੰਘ ਜੀ ਤੇ ਗੁਰਦੁਆਰਾ ਸਿੰਘ ਸਿੰਘਣੀਏ ਨਾਲ ਹੀ ਆ ਬਿਲਕੁਲ ਲਾਗੇ ਲਾਗੇ ਆ ਤੇ ਦੂਜਾ ਜਿਹੜਾ ਤੀਸਰਾ ਗੁਰਦੁਆਰਾ ਸਾਹਿਬਾ ਉਹ ਬਿਲਕੁਲ ਨਜ਼ਦੀਕ ਆ ਸੋ ਇਹ ਲਾਹੌਰ ਦੇ ਰੇਲਵੇ ਸਟੇਸ਼ਨ ਦੇ ird gird ਹੈਗਾ ਆ ਸੋ ਇਹ ਵੀ ਜਿਹੜਾ ਡਾਕਟਰ ਬੰਦੂ ਜੀ ਕਿਹਾ ਜਾ ਸਕਦਾ ਵੀ ਕਿਉਂਕਿ ਹੁਣ ਲੰਡਾ ਬਾਜ਼ਾਰ ਤਾਂ ਬਹੁਤ ਮਹਿੰਗਾ ਥਾਂ ਆ ਕਮਰਸ਼ੀਅਲ ਥਾਂ ਆ ਜਿੱਦਾਂ ਤੁਸੀਂ ਦੱਸਿਆ ਵੀ ਸ਼ਾਇਦ ਇਸ ਬੰਦੇ ਦੇ ਮਨ ਦੇ ਵਿੱਚ ਇਹੀ ਹੋਵੇ ਵੇ ਕਾਬੂ ਇਸ ਦੇ ਉੱਤੇ ਕਬਜ਼ਾ ਕਰਕੇ ਤੇ ਜਮੀਨ ਨੂੰ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਥਿਆਲਿਆ ਜਾਵੇ ਸੋ ਮਸਲਾ ਕੀ ਆਖਰ ਹੈ ਇਸ ਟਾਈਮ ਇਹ ਜਿਹੜਾ ਸਹੀਲ ਬੱਟ ਨੇ ਇਹ ਜਿਹੜਾ ਰੌਲਾ ਪਾਇਆ ਹੋਇਆ ਤਾਂ ਕਰਕੇ ਜਿਹੜੀ ਮੈਂ ਤੁਹਾਨੂੰ ਐਕਚੁਅਲੀ ਤਸਵੀਰਾਂ ਦਿੱਤੀਆਂ ਇਹਨਾਂ ਵਿੱਚ ਇੱਕ ਤਸਵੀਰ ਉਹ ਵੀ ਹੈ ਜਿਹਦੇ ਵਿੱਚ ਮੈਂ ਗੁਰਦੁਆਰਾ ਸਾਹਿਬ ਦੀ ਬੈਕ ਤੇ ਖਾਲੀ ਜਗ੍ਹਾ ਦਿਖਾ ਰਿਹਾ ਹਾਂ ਬਹੁਤ ਵੱਡਾ ਖਾਲੀ ਪਲਾਟ ਹੈ ਠੀਕ ਹੈ ਜੀ ਇਹ ਇਸ ਵੇਲੇ ਜਿਹੜਾ ਹੈਗਾ ਲੀਗਲ ਡਿਸਪਿਊਟ ਇੱਥੇ ਚੱਲ ਰਿਹਾ ਬਹੁਤ ਸਾਲਾਂ ਤੋਂ ਪਰ ਮੇਰਾ ਉਹ ਫੋਟੋ ਦਿਖਾਉਣ ਦਾ ਮਕਸਦ ਹੀ ਇਹ ਸੀ ਕਿ ਉਹ ਰੌਲਾ ਸਾਰਾ ਜਾਦਾ ਉਸ ਜਗ੍ਹਾ ਤੇ ਹੈਗਾ ਕਿਉ ਕਰੋੜਾਂ ਚ ਹੈਗੀ ਹੈ ਲੱਖਾਂ ਚ ਨਹੀਂ ਹੈਗੀ ਪਰ ਖੁਸ਼ੀ ਦੀ ਗੱਲ ਇਹ ਹੈ ਇਸ ਵੇਲੇ ਮੈਂ ਆਪਣੇ ਸਾਰੇ ਦੋਸਤਾਂ ਨੂੰ ਦੱਸ ਦਿਆਂ ਕਿ ਜਿਹੜਾ ਪਾਕਿਸਤਾਨ ਦਾ ਵਕਫ ਬੋਰਡ ਹੈਗਾ ਉਹਨੇ ਵੀ ਉਸ ਬੰਦੇ ਦੀ ਬਹੁਤ ਨਿੰਦਿਆ ਕੀਤੀ ਆ ਕਿ ਆ ਵੀ ਉਹ ਇਸ ਵੇਲੇ ਜਿਹੜਾ ਮਾਹੌਲ ਖਰਾਬ ਕਰ ਰਿਹਾ ਜਦੋਂ ਇਸ ਵੇਲੇ ਪਾਕਿਸਤਾਨ ਇੰਟਰਨੈਸ਼ਨਲ ਲੈਵਲ ਤੇ ਮਿਨੋਰਟੀਜ਼ ਦੇ ਲਈ ਆਪਣੀਆਂ ਬਿਲਡਿੰਗਸ ਦੇ ਲਈ ਇੰਨਾ ਕੁਝ ਕਰ ਰਿਹਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਗਿਆ ਹੋਰ ਕਈ ਉਦਮ ਕਰ ਰਿਹਾ ਉਦੋਂ ਇਹੋ ਜਿਹੀ ਵੀਡੀਓ ਆਣੀ ਪਾਕਿਸਤਾਨ ਦੇ ਕਿਸੇ ਸਿਟੀਜ਼ਨ ਵੱਲੋਂ ਉਹਨਾਂ ਨਾਲ ਹੈਗਾ ਭਈ ਬੜੀ ਔਖੀ ਸਿਚੁਏਸ਼ਨ ਬਣ ਜਾਂਦੀ ਹੈ ਵਕਫ ਬੋਰਡ ਲਈ ਕਿਉਂਕਿ ਉਹ ਦੇ ਲੋਕ ਕੋਸ਼ਿਸ਼ ਕਰ ਰਹੇ ਹੁਣ ਪਿਛਲੇ 1-2 ਸਾਲਾਂ ਤੋਂ ਪਤਾ ਲੱਗ ਰਿਹਾ ਮੈਂ ਉੱਥੇ ਇਹਨਾਂ ਸਾਲਾਂ ਦਾ ਵਿਚਰ ਰਿਹਾ ਤੇ ਕੋਸ਼ਿਸ਼ ਕਰਦੇ ਆ ਕਿ ਇਹੋ ਜਿਹੇ ਮਸਲੇ ਜਿਹੜੇ ਆ ਉਹਨਾਂ ਨੂੰ ਨਿਜਠਿਆ ਜਾਵੇ ਤਾਂ ਕਿ ਇੰਟਰਨੈਸ਼ਨਲ ਸਿੱਖ ਜਾਂ ਹੋਰ ਭਾਈਚਾਰੇ ਦੇ ਲੋਕ ਜਿਹੜੇ ਹੈਗੇ ਆ ਐਜ਼ ਟੂਰਿਜ਼ਮ ਆਪਣੇ ਧਾਰਮਿਕ ਕੀਦਿਆਂ ਉੱਥੇ ਜਿਹੜਾ ਕਿ ਜ਼ਿਆਦਾ ਵਿਜ਼ਿਟ ਕਰਨ ਹੂੰ ਜੀ ਬਿਲਕੁਲ ਆਈ ਥਿੰਕ ਇਹ ਜ਼ਰੂਰੀ ਵੀ ਹੈਗਾ ਆ ਵੀ ਜੇ ਇਤਿਹਾਸ ਤੇ ਦਸਤਾਵੇਜ਼ ਜੇ ਆਖਦੇ ਨੇ ਵੀ ਇਸ ਤਰੀਕੇ ਦੇ ਨਾਲ ਜੋ ਇਹ ਗੱਲ ਕਹਿ ਰਿਹਾ ਟੋਟਲੀ ਗਲਤ ਹੈਗੀ ਇਸ ਬੰਦੇ ਦੇ ਦੁਆਰਾ ਤੇ ਆਈ ਥਿੰਕ ਵਕਫ ਬੋਰਡ ਦਾ ਵੀ ਧੰਨਵਾਦ ਆ ਤੇ ਇਸ ਟਾਈਮ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਉਧਰੋਂ ਜਿਹੜੇ ਪੰਜਾਬ ਦੇ ਵਿੱਚੋਂ ਕਮੇਟੀਆਂ ਵੀ ਬਾਕੀ ਜਿੰਨੇ ਵੀ ਹੋਰ ਸਿੱਖ ਲੀਡਰ ਆ ਉਹਨਾਂ ਦੇ ਵੱਲੋਂ ਵੀ ਜੇ ਰੌਲਾ ਪਾਇਆ ਜਾ ਰਿਹਾ ਤੇ ਪਾਕਿਸਤਾਨ ਦੀ ਸਰਕਾਰ ਨੂੰ ਵੀ ਆਖਿਆ ਜਾ ਰਿਹਾ ਵੀ ਇਸ ਦਾ ਜਰੂਰ ਜਿਹੜਾ ਉਹ ਨੋਟਿਸ ਲਿਆ ਜਾਵੇ ਅ ਸੋ ਤੁਸੀਂ ਖੋਜ ਕਰਕੇ ਇਹ ਕਿਤਾਬ ਲਿਖੀ ਆ ਤੇ ਇਹ ਇਸ ਦੀਆਂ ਤਸਵੀਰਾਂ ਵੀ ਜਿਹੜੀਆਂ ਇਸ ਟਾਈਮ ਜਿਹੜੀ ਵੀਡੀਓ ਚੱਲ ਰਹੀ ਆ ਪੰਜਾਬੀ ਰਿਡਰ ਯੂਐਸਏ ਦੇ ਚੈਨਲ ਫੇਸਬੁੱਕ ਦੇ ਉੱਤੇ ਤੇ YouTube ਦੇ ਉੱਤੇ ਉਸ ਦੇ ਵਿੱਚ ਨਾਲ-ਨਾਲ ਦੇ ਇਸ ਤੇ ਤੁਸੀਂ ਉਹ ਦੇਖ ਸਕਦੇ ਹੋ ਸੋ ਇਹ ਤੁਸੀਂ ਖੋਜ ਕਰਕੇ ਪੂਰੀ ਕਿਤਾਬ ਲਿਖੀ ਆ ਸੋ ਤੁਸੀਂ ਜ਼ਿਕਰ ਕੀਤਾ ਵੀ ਝਗੜਾ ਵੀ ਜਿਹੜਾ ਇੱਥੇ ਜਿਹੜਾ ਉਹ ਪਹਿਲਾ ਰਿਹਾ ਆ ਗੁਰੂ ਜਿਹੜੇ ਗੁਰਦੁਆਰਾ ਸਾਹਿਬ ਹੈਗਾ ਉਸ ਦੀ ਜ਼ਮੀਨ ਦੀ ਮਲਕੀਅਤ ਨੂੰ ਲੈ ਕੇ ਇਹ ਝਗੜਾ ਕਦੋਂ ਦਾ ਸ਼ੁਰੂ ਹੋਇਆ ਹੈ ਇਹਦੀ ਮੈਨੂੰ ਸਟਾਰਟਿੰਗ ਜਿਹੜੀ ਮਿਲਦੀ ਹੈ 1880s ਤੋਂ ਮਿਲ ਜਾਂਦੀ ਹੈ ਜਦੋਂ ਮਹੰਤਾ ਨੇ ਕਹੋ ਭੀ ਲਾਲਚ ਵਸਾ ਕੇ ਜਿਹੜੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਾਪਰਟੀ ਸੀ ਉਹ ਆਪਣੇ ਨਾਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਥੇ ਮਹੰਤ ਸੀਗੇ ਭਾਈ ਹਰਨਾਮ ਸਿੰਘ ਉਹਨਾਂ ਨੇ ਜਿਹੜੀ ਸੀਗੀ ਇਹਦੀ ਕਾਫੀ ਪ੍ਰਾਪਰਟੀ ਗੁਰਦੁਆਰਾ ਸ਼ਹੀਦਗੰਜ ਦੀ ਉਸ ਵੇਲੇ ਗੁਰਦੁਆਰਾ ਸ਼ਹੀਦਗੰਜ ਸਾਰਾ ਇਕੱਠਾ ਹੀ ਕੈਂਪਸ ਸੀ ਜਿਹੜਾ ਹੁਣ ਸ਼ਹੀਦ ਸਿੰਘ ਸਿੰਘਣੀਆਂ ਗੁਰਦੁਆਰਾ ਸ਼ਹੀਦਗੰਜ ਭਾਈ ਤਾਰੂ ਸਿੰਘ ਇੱਕ ਵੱਡੇ ਕੈਂਪਸ ਦਾ ਇੱਕ ਪਾਰਟ ਸੀ ਜਿਹਦੇ ਵਿੱਚੋਂ ਲੇਟਰੋਂ ਜਿਹੜੀ ਛੋਟੀ ਗਲੀ ਜਿਹੜੀ ਆ ਉਹ ਕੱਢੀ ਗਈ ਹੈ ਜੀ ਸੋ ਇਹ ਸਾਰੇ ਦੀ ਜਿਹੜੀ ਮਲਕੀ ਤੇ ਉਦੋਂ ਰੌਲਾ ਕੀ ਪੈ ਗਿਆ ਉਹਨਾਂ ਦੇ ਇੱਕ ਮੈਨੇਜਰ ਸੀਗੇ ਗੰਡਾ ਸਿੰਘ ਗੰਡਾ ਸਿੰਘ ਦੀ ਜਦੋਂ ਡੈਥ ਹੋਈ ਉਹਨਾਂ ਦੇ ਬੇਟੇ ਔਰ ਉਹਨਾਂ ਦੀ ਵਾਈਫ ਦੀ ਆਪਸ ਵਿੱਚ ਕੋਈ ਅਣਬਣ ਹੋ ਗਈ ਉਹਨਾਂ ਦੀ ਜਿਹੜੀ ਵਿਧਵਾ ਸੀਗੀ ਖੇਮਕੌਰ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਆਸਾ ਸਿੰਘ ਉਹਨਾਂ ਦਾ ਆਪਸ ਵਿੱਚ ਜਿਹੜਾ ਕਾਨੂੰਨੀ ਝਗੜਾ ਹੋਇਆ ਤੇ ਉਹ ਲਾਲਾ ਅਮੋਲਕ ਰਾਮ ਮੁਨਸਿਫ ਲਾਹੌਰ ਉਹਨਾਂ ਦੀ ਅਦਾਲਤ ਵਿੱਚ ਜਾ ਕੇ ਪੇਸ਼ ਹੋਏ ਤੇ ਅਦਾਲਤ ਨੇ ਜਿਹੜਾ ਫੈਸਲਾ ਕੀਤਾ ਉਹ ਚ ਉਹਨਾਂ ਨੇ ਇਹ ਵਰਡਿੰਗ ਯੂਜ਼ ਕੀਤੀ ਕਿ ਇਹ ਧਾਰਮਿਕ ਜਗ੍ਹਾ ਹੈਗੀ ਆ ਭਾਵੇਂ ਕੁਝ ਜੜੀਆਂ ਦੁਕਾਨਾਂ ਗੰਡਾ ਸਿੰਘ ਦੀ ਟਾਈਮ ਵੇਲੇ ਕੀਤੀਆਂ ਗਈਆਂ ਪਰ ਕਿਉਂਕਿ ਗੰਡਾ ਸਿੰਘ ਤਾਂ ਸਿਰਫ ਮੈਨੇਜਰ ਜਾਂ ਟਰਸਟੀ ਹੈਗਾ ਇਸ ਕਰਕੇ ਵੀ ਮਤਲਬ ਉਹ ਜਿਹੜਾ ਮੇਨ ਸ਼ਰਾਈਨ ਦੀ ਪ੍ਰਾਪਰਟੀ ਹੈਗੀ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਆ ਸੋ ਇਸ ਕਰਕੇ ਇਹ ਜਿਹੜੇ ਦੋਨੋਂ ਸਗੇ ਮਾਪੁੱਤ ਇਹਨਾਂ ਦਾ ਮਤਲਬ ਇਹਨਾਂ ਤੇ ਕੋਈ ਅਧਿਕਾਰ ਨਹੀਂ ਹੈਗਾ ਅੱਛਾ ਜੀ ਪਰ ਉਹ ਸਾਰੀ ਜਦੋਂ ਕੋਰਟ ਦੇ ਵਿੱਚ ਕੇਸ ਗਿਆ ਲੋਕਾਂ ਨੂੰ ਪਤਾ ਲੱਗਣ ਲੱਗਾ ਉਹਦੇ ਵਿੱਚ ਇਹ ਵੀ ਜ਼ਿਕਰ ਆਇਆ ਵੀ ਨਾਲ ਇੱਕ ਉੱਥੇ ਇਹਦੀ ਪ੍ਰਾਪਰਟੀ ਦੇ ਵਿੱਚ ਮਿਲਦ ਹੈਗੀ ਆ ਸ਼ਾਪਸ ਹੈਗੀਆਂ ਘੋੜਿਆਂ ਦਾ ਤਵੇਲਾ ਹੈਗਾ ਤੇ ਨਾਲ ਇੱਕ ਪੁਰਾਣੀ ਮਸਕ ਹੈਗੀ ਆ ਉਹਦਾ ਬੋਰਡ ਆ ਮਸਕ ਆ ਹੂੰ ਉੱਜਾਉਂ ਮਾਸਕਵਾਡ ਆਇਆ ਜਿਹੜੇ ਉੱਥੇ ਦੇ ਮੁਸਲਮਾਨ ਸੀਗੇ ਖਾਸ ਕਰਕੇ ਐਸੋਸੀਏਸ਼ਨ ਸੀਗੀ ਅੰਜੂਮਨ-ਏ-ਇਸਲਾਮੀਆਂ ਹੂੰ 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 ਉਹਨਾਂ ਦੇ ਧਿਆਨ ਚ ਇਹ ਨੋਟਿਸ ਚ ਗੱਲ ਆ ਗਈ ਪੀ ਹੈ ਇੱਥੇ ਕਿਹੜੀ ਪੁਰਾਣੀ ਮਸਜਿਦ ਹੈਗੀ ਆ ਉੱਥੇ ਜਾ ਕੇ ਉਹਨਾਂ ਨੇ ਲੱਭਿਆ ਤੇ ਉੱਥੇ ਐਕਚੁਅਲੀ ਉਹ ਮਸਜਿਦ ਨਹੀਂ ਸੀ ਉਸ ਵੇਲੇ ਉਹਦਾ ਨਾਂ ਸੀ ਸ਼ਹੀਦਗੰਜ ਧਰਮਸ਼ਾਲਾ ਅੱਛਾ ਜੀ ਉਹਦਾ ਉਹਦੀ ਜਿਹੜੀ ਸ਼ੇਪ ਸੀ ਕਹਿ ਲੋ ਪੀ ਉਹ ਮਸਜਿਦ ਵਰਗੀ ਸੀਗੀ ਉਹ ਉਹਨਾਂ ਨੇ ਮਤਲਬ ਜਿਹੜਾ ਸੀ ਆਪਣਾ ਕੇਸ ਫਾਈਲ ਕਰ ਦਿੱਤਾ ਹੂੰ ਹੂੰ ਸੈਦ ਮੁਸ਼ਮ ਸ਼ਾਹ ਦਾ ਨਾਮ ਹੁੰਦਾ ਜਿਹੜੇ ਐਡਵੋਕੇਟ ਸੀ ਹਾਈ ਕੋਰਟ ਦੇ ਤੇ ਨਾਲ ਜ ਪਰ ਉਹਨਾਂ ਕੋਲ ਕੋਈ ਐਵੀਡੈਂਸ ਨਹੀਂ ਸੀਗਾ ਪਰ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਮਸਜਿਦ ਕਦੋਂ ਬਣੀ ਆ ਜਾਂ ਇਹ ਜਿਹੜੀ ਧਰਮਸ਼ਾਲਾ ਸ਼ਹੀਦਗੰਜ ਚ ਧਰਮਸ਼ਾਲਾ ਸੀ ਉਹ ਉਹ ਕਦੋਂ ਕਿਹਨੇ ਬਣਾਈ ਆ ਸਿਰਫ ਕਿਉਂਕਿ ਉਹਦੀ ਸ਼ੇਪ ਥੋੜੀ ਜਿਹੀ ਮਸੀਤ ਵਰਗੀ ਸੀਗੀ ਸੋ ਉਹਨਾਂ ਨੇ ਜਾ ਕੇ ਇਹ ਫੈਸਲਾ ਮਤਲਬ ਜਿਹੜਾ ਸੀ ਕੋਰਟ ਚ ਜਿਹੜਾ ਜਾ ਕੇ ਸੀ ਉਹਨਾਂ ਨੇ ਇਹ ਮਸਲਾ ਦਾਇਰ ਕਰ ਦਿੱਤਾ ਮੈਂ ਇੱਥੇ ਕਲੀਅਰ ਕਰ ਦਵਾਂ ਕਿ ਇਹ ਇਸ ਵੇਲੇ ਜਿਹੜੀ ਮੈਂ ਗੱਲ ਸ਼ਹੀਦਗੰਜ ਧਰਮਸ਼ਾਲਾ ਦੀ ਕਰ ਰਿਹਾ ਹੂੰ ਉਹ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਨਾਲ ਸੀ ਹਾਲੇ ਆਪਾਂ ਆਹ ਜਿਹੜਾ ਪੀਰ ਕਾਕੂ ਸ਼ਾਹ ਵਾਲੀ ਜਿਹੜੀ ਗੱਲ ਹੈਗੀ ਉਹ ਵੀ ਨਾਲ ਦੀ ਪਰ ਉਹਦੇ ਬਾਰੇ ਆਪਾਂ ਲੇਟਰੋਂ ਗੱਲ ਕਰਾਂਗੇ ਆਵਾਂਗੇ ਕਿਉਂਕਿ ਉਹ ਤਾਂ ਮਸਲਾ ਹੀ ਬਹੁਤ ਛੋਟਾ ਸੀ ਮੇਨ ਮਸਲਾ ਸੀ ਜਿਹੜੀ ਵੱਡੀ ਇਹ ਇੱਕ ਮਸੀਤ ਸੀਗੀ ਮਸੀਤ ਜਿਹਨੂੰ ਉਹ ਕਹਿੰਦੇ ਸੀ ਤੇ ਜਿਹੜਾ ਐਕਚੁਅਲੀ ਨਾਮ ਸ਼ਹੀਦ ਗੰਜ ਧਰਮਸਾਲਾ ਸੀ ਜਿਹੜੀ ਕੀ ਹੁਣ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਕੈਂਪਸ ਦੇ ਵਿੱਚ ਆ ਚੁੱਕਾ ਮਤਲਬ ਉਹਦਾ ਇਹ ਗੁਰਦੁਆਰਾ ਭਾਈ ਤਾਰੂ ਸਿੰਘ ਸ਼ਹੀਦਸਥਾਨ ਦੇ ਨਾਲ ਤਾਂ ਕੋਈ ਲੈਣ ਦੇਣਾ ਹੈ ਹੀ ਨਹੀਂ ਆ ਜਿਹੜੀ ਇਹ ਪੀਰ ਕਾਕੂ ਸ਼ਾਹ ਦੀ ਦਰਬਾਰ ਵਾਲੀ ਜਗ੍ਹਾ ਹੈਗੀ ਹੂੰ ਸੋ ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਆ ਜਿਹੜਾ ਗੁਰਦੁਆਰਾ ਸਿੰਘ ਸਿੰਘਣੀਆ ਉਸਤੇ ਅੰਦਰ ਇਹ ਮਸਜਿਦ ਦਾ ਦਾਵਾ ਸੀਗਾ ਜਿਹੜਾ ਜਿਹੜਾ 1800 ਜਿਹੜਾ ਪਾਸ ਚੀਜ਼ ਦੀ ਗੱਲ ਕਰਦੇ ਕੋਈ ਉਹ ਜਿਹੜਾ ਸ਼ੁਰੂਆਤ ਹੋਈ ਆ ਤੇ ਜਿਹੜਾ ਹੁਣ ਮੌਜੂਦਾ ਆ ਉਸਤੇ ਨਾਲ ਹੀ ਲੱਗਦਾ ਜਿਹੜਾ ਗੁਰਦੁਆਰਾ ਹੈਗਾ ਆ ਸ਼ਹੀਦ ਗੰਜ ਭਾਈ ਤਾਰੂ ਸਿੰਘ ਉਸਤੇ ਨਾਲ ਇੱਕ ਜਿਹੜਾ ਦਰਬਾਰ ਹੈਗਾ ਆ ਜਿਹੜਾ ਪੀਰ ਕਾਕੂ ਸ਼ਾ ਚਿਸ਼ਤੀ ਜਿਹੜਾ ਆ ਉਸਦੇ ਨਾਲ ਜਿਹੜੀ ਜੁੜੀ ਹੋਈ ਜਿਹੜਾ ਇਸ ਟਾਈਮ ਵਿਵਾਦ ਆ ਉਹ ਉਹ ਹੈਗਾ ਸੋ ਦੋ ਵੱਖੋ ਵੱਖਰੇ ਹੈ ਬਿਲਕੁਲ ਲਾਗੀ ਚਾ ਗਈ ਇਹ ਸਾਰਾ ਕੁਝ ਲਾਗੇ ਲੱਗੀ ਆ ਪਰ ਇਹ ਦੋਨੋਂ ਵੱਖੋ ਵੱਖਰੇ ਜਿਹੜੇ ਇਨਸੀਡੈਂਟ ਹੈਗੇ ਆ ਸੋ ਜੀ ਇੱਕ ਮੈਂ ਥੋੜਾ ਦੱਸਣਾ ਕਿ ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਪਹਿਲਾਂ ਇੱਕੋ ਹੀ ਕੈਂਪਸ ਦੇ ਵਿੱਚ ਸਗੇ ਸਾਰੇ ਕੁਝ ਇਹਦੇ ਵਿੱਚ ਬਹੁਤ ਕੁਝ ਚੀਜ਼ਾਂ ਸਗੀਆਂ ਛੋਟੀਆਂ ਛੋਟੀਆਂ ਮਜ਼ਾਰ ਵੀ ਸਗੀਆਂ ਪੁਰਾਣੀਆਂ ਗਰੇਵਜ਼ ਵੀ ਲੱਭੀਆਂ ਸਗੀਆਂ ਸੋ ਬਹੁਤ ਕੁਝ ਇਹ ਪੁਰਾਣੀ ਇਲਾਕੇ ਤੇ ਵਿੱਚ ਜਿੱਦਾਂ ਸੀ ਨਾ ਇਹ ਪੁਰਾਣੀਆਂ ਚੀਜ਼ਾਂ ਇੱਕਦਮ ਆਲਮੋਸਟ ਖਤਮ ਜਈਆਂ ਹੋਈਆਂ ਸੀ ਸੋ ਇਹ ਕੋਈ ਬਹੁਤ ਵੱਡੀਆਂ ਜ਼ਬਰਦਸਤ ਬਿਲਡਿੰਗਸ ਵੀ ਨਹੀਂ ਸਗੀਆਂ ਮਤਲਬ ਇਹ ਤੋੜ ਦੀ ਹਾਲਤ ਇਹਨਾਂ ਦੇ ਨਾਲ ਕੋਈ ਕਹ ਲੋ ਵੀ ਸੇਵਾ ਸੰਭਾਲ ਵਾਲਾ ਵੀ ਕੰਮ ਜਿਹੜਾ ਸੀ ਨਹੀਂ ਹੋ ਰਿਹਾ ਸੀ ਇਹ ਗਰੇਵਜ਼ ਤਾਂ ਵੀ ਹੋ ਸਕਦੀਆਂ ਕਿਉਂਕਿ ਜਦੋਂ ਤੁਸੀਂ ਦੱਸਿਆ ਵੀ ਇਹ ਇੱਕ ਥਾਂ ਜਿਹੇ ਆ ਸੀਗਾ ਜਿਹੜਾ ਸ਼ਹੀਦਗੰਜ ਥਾਂ ਸੀ ਵੀ ਆ ਕੇ ਸਾਰਿਆਂ ਨੂੰ ਜਿਹੜੇ ਉਸ ਟਾਈਮ ਦੇ ਹੁਕਮ ਹੁਕਮਰਾਨ ਸੀਗੇ ਉਹਨਾਂ ਨੂੰ ਇੱਥੇ ਸ਼ਹੀਦ ਕਰਦੇ ਸੀਗੇ ਤੇ ਦਫਨਾਉਂਦੇ ਵੀ ਹੋਣਗੇ इवन ਮੀਰ ਮੰਨੂ ਦੀ ਆਪਣੀ ਜਿਹੜੀ ਗਰੇਵ ਸੀਗੀ ਉਹਦੇ ਬਿਲਕੁਲ ਨਾਲ ਹੀ ਸੀਗੀ ਅੱਛਾ ਜੀ ਦੇਖੋ ਸੋ ਇਹ ਸਾਰਾ ਕੁਝ ਉੱਥੇ ਹੀ ਜਿਹੜਾ ਇਹ ਮਿਲਿਆ ਹੈਗਾ ਸੋ ਇਹ ਅੱਜ ਜਿਹੜੀ ਆਪਣੀ ਚਰਚਾ ਜਿਹੜੀ ਚੱਲ ਰਹੀ ਆ ਕਿਉਂਕਿ ਗੁੰਜਲਦਾਰ ਮਸਲਾ ਆ ਆਪਾਂ ਨੂੰ ਸਮਝਣ ਦੀ ਜਿਹੜੀ ਇਹ ਚੀਜ਼ ਨੂੰ ਜਿਹੜੀ ਜ਼ਰੂਰਤ ਹੈਗੀ ਆ ਇਹ ਇਸ ਟਾਈਮ ਜਿਹੜਾ ਮਸਲਾ ਵਿਵਾਦ ਆ ਉਹ ਭਈ ਤਾਰੂ ਸਿੰਘ ਨੂੰ ਜਿੱਥੇ ਤਸੀਹੇ ਦਿੱਤੇ ਗਏ ਸੀਗੇ ਟਾਰਚਰ ਕੀਤਾ ਗਿਆ ਸੀ ਉਸ ਥਾਂ ਦੇ ਉੱਤੇ ਕਬਜ਼ਾ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਆ ਇਹ ਜਿਹੜਾ ਇੱਕ ਦਰਬਾਰ ਹੈਗਾ ਆ ਪੀਰ ਕਾਕੂ ਸ਼ਾ ਚਿਸ਼ਤੀ ਉਹਨਾਂ ਦੇ ਜਿਹੜੇ ਕੁਝ ਕਹਿ ਲਓ ਵੀ ਕਰਿੰਦੇ ਹੈਗੇ ਆ ਜਿਹੜੇ ਸੁਹੇਲ ਵੱਟ ਜਿਨੇ ਰੌਲਾ ਪਾਇਆ ਹੋਇਆ ਆ ਉਹਨਾਂ ਦੇ ਵੱਲੋਂ ਹੈਗਾ ਆ ਸੋ ਜਿੱਦਾਂ ਤੁਸੀਂ ਦੱਸਿਆ ਵੀ ਇਹ ਝਗੜਾ ਜਿਸ ਟਾਈਮ ਦੇ ਉੱਤੇ ਜਿਹੜਾ ਸ਼ੁਰੂ ਹੋਇਆ ਸੀਗਾ ਸੋ ਜਿਹੜਾ ਅੰਜੂਮਨ-ਏ-ਇਸਲਾਮੀਆਂ ਦੀ ਤੁਸੀਂ ਗੱਲ ਕੀਤੀ ਆ ਕੀ ਇਹਨਾਂ ਨੇ ਫਿਰ ਜਦੋਂ ਮੌਸਕ ਸ਼ਬਦ ਉਹਨਾਂ ਨੇ ਸੁਣਿਆ ਇਹਨਾਂ ਨੇ ਕੋਈ ਕੋਈ ਪਟੀਸ਼ਨ ਪਟੀਸ਼ਨ ਦਾਇਰ ਕੀਤੀ ਕੀ ਇਹਨਾਂ ਨੇ ਕੀਤਾ ਫਿਰ ਹਾਂ ਜੀ ਪਟੀਸ਼ਨ ਸੀਗਾ ਹਾਂ ਜੀ ਇਹਨਾਂ ਨੇ ਪਟੀਸ਼ਨ ਦਾਇਰ ਕੀਤੀ ਜਦੋਂ ਫਿਰ ਪ੍ਰੈਜ਼ੀਡੈਂਟ ਸਿਕਾ ਟ੍ਰਿਬਿਊਨਲ ਦਾ ਮਿਸਟਰ ਜਸਟਿਸ ਹਿਲਟਨ ਹੂੰ ਹੂੰ ਉਹਨੇ ਡਿਸਮਿਸ ਕਰਤੀ ਇਹਨਾਂ ਦੀ ਪਟੀਸ਼ਨ ਉਹਨੇ ਕਹਿੰਦੇ ਪਈ ਨਹੀਂ ਪਈ ਇਹ ਪ੍ਰੋਪਰਟੀ ਗੁਰਦੁਆਰੇ ਦੀ ਹੈਗੀ ਆ ਪਈ ਇਹ ਕਲੇਮ ਜਿਹੜਾ ਅੰਜੂ ਮੁਸਲਮਾਨੀਆਂ ਦਾ ਦੀ ਕੋਈ ਵੈਲਿਡ ਫਾਊਂਡੇਸ਼ਨ ਨਹੀਂ ਹੈਗੀ ਹੂੰ ਐਂਡ ਦਾ ਮੀਅਰ ਫੈਕਟ ਥੈਟ ਦਾ ਬਿਲਡਿੰਗ ਇਜ਼ ਸ਼ੇਪਡ ਐਜ਼ ਅ ਮੌਸਕ ਡਸ ਨੋਟ ਜਸਟੀਫਾਈ ਅਸ ਇਨ ਗਾਰੰਟਿੰਗ ਥੈਮ ਅ ਡ ਅੱਜ ਮੈਂ ਅੱਜ ਵਾਲੇ ਟੌਪਿਕ ਥੋੜੀ ਇੰਗਲਿਸ਼ ਨਾਲ ਨਾਲ ਬੋਲੂੰਗਾ ਕਿਉਂਕਿ ਮੈਂ ਚਾਹੁੰਦਾ ਕਿ ਕੋਈ ਟ੍ਰਾਂਸਲੇਸ਼ਨ ਕਰਦੇ ਆ ਵਰਡਿੰਗ ਜਿਹੜੀ ਆ ਉਹ ਚੇਂਜ ਨਹੀਂ ਹੋ ਜਵੇ ਸੋ ਉਹਨਾਂ ਨੇ ਕਿਹਾ ਵੀ ਆਈ ਊਡ ਦੇਰਫੋਰ ਡਿਸਮਿਸ ਥਿਸ ਪਟੀਸ਼ਨ ਤੇ ਉਹਨਾਂ ਨੇ ਕਿਹਾ ਕਿ ਕੋਰਟ ਉਹੀ ਫੈਸਲਾ ਰੱਖੂਗੀ ਜਿਹੜਾ ਪਹਿਲਾਂ ਵੀ ਸੂਟ ਕੀਤਾ ਗਿਆ ਸੀ 1852 ਚ ਹੂੰ ਹੂੰ 1855 ਚ ਤੇ 1883 ਚ ਵੀ ਜਿਹੜੇ ਹੁਣ ਵੀ ਰੈਲੇਵੈਂਟ ਹੈਗੇ ਅੰਡਰ ਸੈਕਸ਼ਨ 42 ਆਫ ਦਾ ਐਕਟ ਮਤਲਬ ਇੱਥੇ ਪੁਰਾਣਾ ਜਿਹੜਾ ਚੱਕੜਾ ਚੱਕਰ ਸਿਗਾ ਜਿਹੜਾ ਉਹ ਚੱਲ ਰਿਹਾ ਸੀ ਤੇ ਨਾਲ ਜਿਹੜੇ ਦੂਜੇ ਜੱਜ ਸੀਗੇ ਰਾਏ ਬਹਾਦਰ ਮੁੰਨਾ ਲ ਉਹਨਾਂ ਨੇ ਵੀ ਇਹ ਕਿਹਾ ਕਿ ਇਹ ਜਿਹੜੀ ਇੱਥੇ ਜਿਹੜੀ ਜਗ੍ਹਾ ਵੀ ਸੀ ਜੇ ਮੁਸਲਮਾਨਾਂ ਦੀ ਇਟ ਹੈਜ਼ ਲੌਂਗ ਸੀਜ਼ਡ ਟੂ ਸਰਵ ਐਸ ਦਾ ਸੈਕ੍ਰੀਟ ਪਲੇਸ ਪਈ ਹੁਣ ਤਾਂ ਇਹ 1852 ਤੋਂ ਤਾਂ ਉਹਨਾਂ ਨੂੰ ਹੀ ਪਤਾ ਹੈਗਾ ਕਿ ਇਹ ਪ੍ਰਾਈਵੇਟ ਯੂਜ਼ ਕੀਤੀ ਜਾਂਦੀ ਹੈ ਹੂੰ 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 ਪਈ ਮਤਲਬ ਐਵੀਡੈਂਸ ਗਿਆਨ ਸਿੰਘ ਨੇ ਮਤਲਬ ਦੂਜੀ ਧਿਰ ਵੱਲੋਂ ਗਿਆਨ ਸਿੰਘ ਸੀ ਉਹਨਾਂ ਨੇ ਬਹੁਤ ਐਵੀਡੈਂਸ ਦਿੱਤੇ ਹੋਇਆ ਨਾਲ ਇੱਥੇ ਸਮਾਧਾਂ ਇੰਨੀਆਂ ਹੈਗੀਆਂ ਪਈ ਇਹ ਲੱਗਦੇ ਨੇ ਕਿ ਮੁਸਲਮਾਨ ਜਗ੍ਹਾ ਹੈਗੀ ਆ ਸੋ ਇਸ ਕਰਕੇ ਜਿਹੜੇ ਅਸੀਂ ਉਹਨਾਂ ਨੇ ਇਹਨਾਂ ਦੀ ਜਿਹੜੀ ਪਟੀਸ਼ਨ ਸੀ ਉਹ ਉਹ ਕੈਨਸਲ ਕਰ ਦਿੱਤੀ ਰੱਦ ਕਰ ਦਿੱਤੀ ਸੋ ਇਹ ਜਿਹੜਾ ਫੈਸਲਾ ਇੱਕ ਹਿਸਾਬ ਦੇ ਨਾਲ ਉਹ ਉਸ ਟਾਈਮ ਦੇ ਉਤੇ ਸਿੱਖਾਂ ਦੇ ਹੱਕ ਦੇ ਵਿੱਚ ਆਇਆ ਬਿਲਕੁਲ ਇਸ ਵੇਲੇ ਨਾਲ ਹੀ ਇੱਕ ਛੋਟਾ ਕੇਸ ਕੀਤਾ ਗਿਆ ਸੀ ਨizamuddin ਤੇ farozuddin ਵੱਲੋਂ ਵੀ ਉਹਨਾਂ ਨੇ ਇੱਕ ਹੋਰ ਛੋਟੀ ਜਿਹੀ ਕਿਹਾ ਵੀ ਉੱਥੇ ਗਰੇਵ ਹੈਗੀ ਆ ਵੀ ਉਹਦੇ ਨਾਲ ਵੀ ਉਹਨੂੰ ਰਾਈਟ ਆਫ ਵੇ ਦਿੱਤਾ ਜਾਵੇ ਵੀ ਸਦਰਨ ਰੋਡ ਬਣਾਈ ਜਾਵੇ ਉਹ ਵੀ ਡਿਸਮਿਸ ਕਰ ਦਿੱਤੀ ਇਹਨਾਂ ਨੇ ਦੋਹਾਂ ਨੇ ਜੱਜਾਂ ਨੇ ਵੀ ਨਹੀਂ ਇਹ ਮੁਸਲਮਾਨ ਦਾ ਕੋਈ ਦੇਤੇ ਕੋਈ ਹੱਕ ਇੱਥੇ ਬਣਦਾ ਨਹੀਂ ਹੈ ਬਣਦਾ ਨਹੀਂ ਹੈਗਾ ਸੋ ਸਿੱਖਾਂ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਆ ਗਿਆ ਉਸ ਟਾਈਮ ਦੇ ਉੱਤੇ ਜਿਹੜਾ ਤੁਸੀਂ ਕਹਦੇ ਬੀ ਮਹੰਤ ਹਰਨਾਮ ਸਿੰਘ ਉਹ 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 ਜਿਹੜਾ ਉਹ ਸੀਗਾ ਸੋ ਆਪਾਂ ਦੇਖਦੇ ਆਏ ਆਂ ਵੀ ਮਹੰਤ ਜਦੋਂ ਲਾਲਚੀ ਹੋ ਗਏ ਉਹਨਾਂ ਨੇ ਇਹ ਗੁਰਦੁਆਰੇ ਦੇ ਨਾਲ ਲੱਗਦੀਆਂ ਜ਼ਮੀਨਾਂ ਜਾਂ ਉਹ ਇੰਸਟੀਚੂਨਾਂ ਨੂੰ ਆਪਣੇ ਨਾਮ ਤੇ ਲਵਾਉਣਾ ਸ਼ੁਰੂ ਕਰ ਦਿੱਤਾ ਇਸ ਦਾ ਵੀ ਕੋਈ ਇਦਾਂ ਦਾ ਰੌਲਾ-ਗੋਲਾ ਰਿਹਾ ਹਾਂਜੀ ਫਿਰ ਇੱਥੇ ਵਿੱਚ ਉਹ ਮਹੰਤ ਸੀ ਜਿਹੜਾ ਹਰਨਾਮ ਸਿੰਘ ਭਾਈ ਹਰਨਾਮ ਸਿੰਘ ਉਹਨੇ ਆਪਣੇ ਭਰਾ ਦੇ ਨਾਲ ਰਲ ਕੇ ਗਿਆਨੀ ਹਰੀ ਸਿੰਘ ਉਹਨਾਂ ਉਧਰ ਉਹਨੇ ਵੀ ਆਪਣੀ ਇਧਰ ਇੱਕ ਤਾਂ ਜਿਹੜੀ ਇਸਲਾਮੀਆ ਜਿਹੜੀ ਮੈਂ ਮੁਸਲਿਮ ਇਹਨਾਂ ਦੀ ਗੱਲ ਅੰਜਮਨ ਇਸਲਾਮੀਆ ਦੀ ਗੱਲ ਕਰ ਰਹੇ ਆ ਉਧਰ ਜਿਹੜੇ ਮਹੰਤ ਸੀ ਉਹਨਾਂ ਨੇ ਵੀ ਆਪਣੇ ਕਾਨੂੰਨੀ ਪੇਸ਼ ਕੀਤੇ ਹੋਏ ਸੀ ਉਸ ਤੋਂ ਦੋ ਚੱਕਰ ਚੱਲ ਰਹੇ ਸੀ ਜਿਹੜੇ ਪਾਈ ਹਰਨਾਮ ਸਿੰਘ ਸੀ ਮਹੰਤ ਤੇ ਗਿਆਨੀ ਹਰੀ ਸਿੰਘ ਉਹਨਾਂ ਨੇ ਵੀ ਆਪਣੀ ਕੋਸ਼ਿਸ਼ਾਂ ਜੇਜ ਕਰਤੀਆਂ ਵੀ ਇਹ ਤਾਂ ਸਾਡੀ ਪਰਸਨਲ ਪ੍ਰਾਪਰਟੀ ਹੈ ਉਹਨਾਂ ਨੇ ਵੀ ਜੱਜ ਕੋਲ ਕੀਤਾ ਹੋਇਆ ਸੀ ਆਪਣੀ ਪਟੀਸ਼ਨ ਫਾਈਲ ਉਹਦਾ ਫੈਸਲਾ ਹੋਇਆ ਗੁਰਦੁਆਰਾ ਟ੍ਰਿਬਿਊਨਲ ਨੇ ਕੀਤਾ ਸਰਕਾਰ ਨੇ ਗੁਰਦੁਦੁਆਰਾ ਟ੍ਰਿਬਿਊਨਲ ਬਣਾਏ ਸੀ ਵੀ ਕਿਹੜੇ ਸ਼੍ਰੋਮਣੀ ਕਮੇਟੀ ਕੋਲ ਰਹਿਣਗੇ ਕਿਹੜੇ ਮਹੰਤਾਂ ਕੋਲ ਅੱਛਾ ਜੀ ਉਹਦੇ ਵਿੱਚ 20 ਜਨਵਰੀ 1930 ਨੂੰ ਫੈਸਲਾ ਹੋਇਆ ਜੇ ਚ ਉਹਨਾਂ ਨੇ ਲਿਖਿਆ ਵੀ ਨਹੀਂ ਇਹ ਹਰਨਾਮ ਸਿੰਘ ਜਾਂ ਹਰੀ ਸਿੰਘ ਆ ਇਹ ਉਹਨ ਨਹੀਂ ਕਰਦੇ ਵੀ ਉਹਨਾਂ ਦੀ ਜਿਹੜੀ ਹੈਗੀ ਆ ਇਹ ਪਟੀਸ਼ਨ ਜਿਹੜੀ ਆ ਉਹ ਖਾਰਜ ਕੀਤੀ ਜਾਂਦੀ ਹੈ ਪਰ ਜਿਹੜੇ ਇਹ ਦੋਨੋਂ ਸਗੇ ਭਰਾ ਇਹਨਾਂ ਨੇ ਮੁੜ ਕੇ ਹਾਈ ਕੋਰਟ ਚ ਜਾ ਕੇ ਜਿਹੜੀ ਸੀ ਪਟੀਸ਼ਨ ਫੇਰ ਫਾਈਲ ਕਰ ਦਿੱਤੀ ਮਤਲਬ ਇਹ ਹਟੇ ਨਹੀਂ ਪਿੱਛੇ ਹਮ ਹਾਈ ਕੋਰਟ ਚ ਜਾ ਕੇ ਹੁਣ ਜਸਟਿਸ ਐਮ ਐ ਐਲ ਕੜੀ ਤੇ ਜਸਟਿਸ ਐਚ ਮੁੰਨਰੋ ਉਹਨਾਂ ਨੇ ਫੇਰ ਉਹਨਾਂ ਦੀ ਪਟੀਸ਼ਨ ਫੇਰ ਆਪਣੀ ਸੀ ਜਿਹੜੀ ਖਾਰਜ ਕੀਤੀ 19 ਅਕਤੂਬਰ 1934 ਨੂੰ ਅੱਛਾ ਜੀ ਉਹਨਾਂ ਨੇ ਬੜਾ ਕਲੀਅਰ ਲਿਖਿਆ ਵੀ ਇਹ ਸਾਰਾ ਏਰੀਆ ਇਟ ਹੈਜ਼ ਬੀਨ ਡਿਸਕ੍ਰਾਈਬਡ ਐਜ਼ ਸ਼ਹੀਦ ਗੰਜ ਇਨ 1868 ਵੀ ਇਹਦੇ ਵਿੱਚ ਜਿਹੜਾ ਹੈਗਾ ਕੋਈ ਡਾਊਟ ਨਹੀਂ ਹੈ ਵੀ ਹੋਲ ਏਰੀਆ ਨਾਰਥ ਐਂਡ ਸਾਊਥ ਆਫ ਦ ਰੋਡ ਵਾਸ ਵਨ ਪਲਾਟ ਇਹ ਹੁਣ ਤਾਂ ਵਿੱਚੋਂ ਸੜਕ ਲੰਘਦੀ ਹੈ ਆਵੇਂ ਪਰਲੇ ਪਾਸੇ ਗੁਰਦੁਆਰਾ ਭਾਈ ਸ਼ਹੀਦ ਸ਼ਹੀਦ ਗੰਜ ਭਾਈ ਤਾਰੂ ਸਿੰਘ ਹੈ ਇੱਧਰ ਸ਼ੀਦ ਸਿੰਘ ਸਿੰਘਣੀਆਂ ਆ ਪਰ ਕਿਸੇ ਜ਼ਮਾਨੇ 'ਚ ਥਿਸ ਵਾਸ ਵਨ ਪਲਾਟ ਪੀ ਉਹ ਇੱਕੋ ਹੀ ਪਲੋਟ ਸੀਗਾ ਸੋ ਇਸ ਕਰਕੇ ਇਹ ਵੀ ਇਧਰਲਾ ਉਧਰਲਾ ਹਾ ਦੁਕਾਨਾਂ ਕੁਝ ਨਹੀਂ ਪਈ ਸਾਰੀ ਜਿਹੜੀ ਜਗ੍ਹਾ ਹੈਗੀ ਆ ਉਹ ਸ਼ਹੀਦਗੰਜ ਦੀ ਆ ਤੇ ਉਹਨਾਂ ਨੇ ਜਿਹੜਾ ਸੀ ਨਾਲ ਇਹ ਵੀ ਕਿਹਾ ਵੀ ਇਹ ਵੀ ਸਰਟਨ ਹੈ ਵੀ ਇਹ ਜਿਹੜੀ ਜਗ੍ਹਾ ਇਸ ਜਗ੍ਹਾ ਨੂੰ ਦਿੱਤੀ ਗਈ ਹੈ ਭੰਗੀ ਸਰਦਾਰਾਂ ਵੇਲੇ ਦਿੱਤੀ ਗਈ ਸੀ ਜਦੋਂ ਉਹਨਾਂ ਨੇ when they ousted the muhammedans from power in lahore and subsequently continued by maharaja rajsingh ਪੀ ਪੰਗੀ ਸਰਦਾਰਾਂ ਵੇਲੇ ਇਹ ਸਾਰਾ ਕੁਝ ਸਿੱਖਾਂ ਦੇ ਕਬਜ਼ੇ 'ਚ ਆਇਆ ਸੀ ਤੇ ਮੁੜ ਕੇ ਮਹਾਰਾਜ ਜੀ ਸਿੰਘ ਨੇ ਜਿਹੜਾ ਸੀ ਇਹ ਕੰਟੀਨਿਊਸ਼ਨ ਕੀਤੀ ਇਸ ਕਰਕੇ ਇਹ ਜਿਹੜੇ ਮਹੰਤ ਹੈਗੇ ਆ ਭਾਈ ਹਰਨਾਮ ਸਿੰਘ ਤੇ ਉਹਨਾਂ ਦੇ ਭਰਾ ਗਿਆਨੀ ਹਰੀ ਸਿੰਘ ਇਹਨਾਂ ਦੀ ਪਟੀਸ਼ਨ ਸੀ ਜਿਹੜੀ ਹੈ ਹਾਈ ਕੋਰਟ ਤੋਂ ਵੀ 19 ਅਕਤੂਬਰ 1934 ਨੂੰ ਜਿਹੜੀ ਸੀ ਉਹ ਕੈਨਸਲ ਹੋ ਗਈ ਪਰ ਉਹਦਾ ਨੁਕਸਾਨ ਇਹ ਹੋਇਆ ਵੀ ਜਦੋਂ ਇਹ ਹਾਈ ਕੋਰਟਸ ਚਲੇ ਗਏ ਸੀ ਜੀ ਜੀ ਉਹ ਮਸਲਾ ਹੋਰ ਵੱਧ ਗਿਆ ਅੱਛਾ ਜੀ ਉਹ ਜਿਹੜੀ ਹੁਣ ਅੰਜੂਮਾ ਨਸਲਾਮੀਆਂ ਸੀ ਉਹਨੇ ਵੀ ਇਹਨਾਂ ਦੇ ਇਹਨਾਂ ਦੀ ਜਿਹੜੀ ਫਾਈਟਸ ਚੱਲ ਰਹੀਆਂ ਸੀ ਉਹਨਾਂ 'ਚੋਂ ਅਖਰ ਵਿੱਚੋਂ ਹੋਰ ਕੱਢਣੇ ਸ਼ੁਰੂ ਕਰ ਦਿੱਤੇ ਕਿਉਂਕਿ ਵਿੱਚ ਇੱਕ ਕਰ ਬਾਰ ਬਾਰ ਫੇਰ ਆ ਗਿਆ ਸੀ ਕਿ ਇਹਦੇ ਅੰਦਰ ਜਿਹੜੀ ਸੀ ਇੱਕ ਮੌਸਕ ਸੀ ਜਿਹਦਾ ਨਾਮ ਇਹ ਕਹਦੇ ਸੀ ਸ਼ਹੀਦਗੰਜ ਸ਼ਹੀਦਗੰਜ ਧਰਮਸਾਲਾ ਪਰ ਉਹ ਪੁਰਾਣੀ ਖਾਨਖਾ ਸੀ ਸੋ ਉਹ ਜਿਹੜਾ ਅਖਰ ਸੀ ਉਹ ਉਹਨਾਂ ਨੇ ਫੇਰ ਦੁਬਾਰਾ 1935 ਚ ਜਦੋਂ ਮਹਾਂਤਾਂ ਨੇ ਔਰ ਐਸਜੀਪੀਸੀ ਦਾ ਗੁਰਦੁਆਰਿਆਂ ਦੇ ਲਈ ਕੇਸ ਚੱਲਿਆ ਹੂੰ 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 ਦੁਬਾਰਾ ਜਿਹੜੀ ਸੀ ਮੁਸਲਿਮ ਐਜੀਟੇਸ਼ਨ ਸੀ ਜਿਹੜੀ ਉਹ ਸ਼ੁਰੂ ਹੋ ਗਈ ਉਸ ਵੇਲੇ ਐਸਜੀਪੀਸੀ ਨੇ ਇੱਥੇ ਸਗੇ ਆਪਣੇ ਜਥੇਦਾਰ ਤਾਰਾ ਸਿੰਘ ਉਹਨਾਂ ਨੂੰ ਇਹਦਾ ਜਿਹੜਾ ਜਥੇਦਾਰ ਬਣਾਤਾ ਸੀ ओके सो ਇਹ ਜਿਹੜਾ ਹੁਣ ਅੰਜੂਮਨ ਇਸਲਾਮੀਆਂ ਨੇ ਮੁੜ ਦੁਬਾਰਾ ਇਹ ਮਸੀਤ ਵਾਲਾ ਜਿਹੜਾ ਗੱਲ ਕੱਢੀ ਆ ਇਹ ਆਪਾਂ ਜਿਹੜਾ ਇਸ ਟਾਈਮ ਮੌਜੂਦਾ ਗੁਰਦੁਆਰਾ ਸਿੰਘ ਸਿੰਘਣੀਆ ਉਸ ਦੇ ਕੰਪਲੈਕਸ ਦੇ ਵਿੱਚ ਗੱਲ ਕਰ ਰਹੇ ਆ ਹਾਂਜੀ ਆਪਾਂ ਹਾਲੇ ਸਾਰੀ ਗੱਲ ਆਪਾਂ ਜਿਹੜਾ ਮੌਜੂਦਾ ਸਿੰਘ ਸਿੰਘਣੀ ਦੇ ਕੰਪਲੈਕਸ ਵਿੱਚ ਮਸੀਤ ਦੀ ਗੱਲ ਕਰ ਰਹੇ ਆ ਹਾਲੇ ਵੀ ਜਿਹੜਾ ਇਹ ਪੀਰ ਕਾਕੂਸ਼ਾ ਦਾ ਦਰਬਾਰ ਹੈ ਜਿੱਥੇ ਕੱਲ ਪਰਸੋਂ ਵੀਡੀਓ ਆਈ ਆ ਉਹਦੀ ਤਾਂ ਹਾਲੇ ਕੋਈ ਇੰਨੀ ਖਾਸ ਗੱਲ ਹੈ ਹੀ ਨਹੀਂ ਸੀ ਜਿਹਦੇ ਬਾਰੇ ਮੈਂ ਇਹ ਮੈਂ ਕਲੀਅਰ ਕਰ ਲਵਾਂ ਪਹਿਲਾਂ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀ ਵਾਲੀ ਮਸੀਤ ਦੀ ਗੱਲ ਕਿਉਂਕਿ ਕੱਲ ਪਰਸੋਂ ਦੇ ਇੰਟਰਨੈਟ ਤੇ ਬਹੁਤ ਆ ਰਿਹਾ ਕਿ ਮਸਜਿਦ ਢਾਕੇ ਸਿੱਖਾਂ ਨੇ ਗੁਰਦੁਆਰਾ ਬਣਾਇਆ ਸੀ ਸਾਨੂੰ ਵਾਪਸ ਦੋ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਜੇ ਉਹ ਮਸਜਿਦ ਵਾਲੀ ਗੱਲ ਤੁਸੀਂ ਕਰਦੇ ਵੀ ਆ ਤਾਂ ਉਹ ਭਾਈ ਤਾਰੂ ਸਿੰਘ ਸ਼ਹੀਦ ਦੇ ਵਾਲੀ ਗੱਲ ਨਹੀਂ ਹੈਗੀ ਉਹ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਵਿੱਚ ਜਗ੍ਹਾ ਸੀ ਸ਼ਹੀਦਗੰਜ ਧਰਮਸ਼ਾਲਾ ਜਿਹਨੂੰ ਮੁਸਲਮਾਨ ਕਹਿੰਦੇ ਸੀ ਮਸਜਿਦ ਆ ਮੀਰ ਮੰਨੂ ਦੇ ਵੇਲੇ ਦੀ ਇਤਿਹਾਸਿਕ ਮਸਜਿਦ ਆ ਉਹਦਾ ਰੌਲਾ ਸੀ ਇਹਦਾ ਤਾਂ ਕੋਈ ਚੱਕਰ ਹੀ ਹਨਗਾ ਇਹ ਤਾਂ ਨਾਲ ਪੀਰ ਕਕੂਸ਼ਾ ਦਾ ਦਰਬਾਰ ਹੈਗਾ ਜਿਹੜੀ ਐਕਚੁਅਲੀ ਮਸਜਿਦ ਹੈ ਹੀ ਨਹੀਂ ਆ ਉਹਨਾਂ ਨੇ ਭਾਵੇਂ ਉਰਦੂ 'ਚ ਜੇ ਤੁਸੀਂ ਮੇਰੀਆਂ ਫੋਟੋਆਂ ਦੇਖੋ ਮੈਂ ਤਾਂ ਕਰਕੇ ਫੋਟੋ ਲਈ ਸੀ ਆਪਣੇ ਕਈ ਦੋਸਤਾਂ ਨੂੰ ਦਿਖਾਉਣ ਦੇ ਲਈ ਉਹਨਾਂ ਨੇ ਲਿਖਿਆ ਹੋਇਆ ਮਸਜਿਦ ਐਂਡ ਮਦਰਸਾ ਪਰ ਐਕਚੁਅਲੀ ਉਹ ਮਸਜਿਦ ਨਹੀਂ ਆ ਮਸੀਤ ਤਾਂ ਬਹੁਤ ਧਾਰਮਿਕ ਜਿਹੜੇ ਕਹੋ ਪਵਿੱਤਰ ਸਥਾਨ ਹੁੰਦਾ ਇਹ ਦਰਬਾਰ ਜਿਹੜਾ ਥੋੜੀ ਜਿਹੀ ਡਿਫਰੈਂਟ ਐਂਟਰੀ ਹੈਗੀ ਦਰਬਾਰ ਵੀ ਪਵਿੱਤਰ ਹੈ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਪਰ ਉਹ ਇਨਾ ਰਿਲੀਜੀਅਸ ਪਲੇਸ ਨਹੀਂ ਆਉਂਦੀ ਸੋ ਇਹ ਪੀਰ ਕਾਕੂ ਸ਼ਾਹ ਦਾ ਦਰਬਾਰ ਦਾ ਚੱਕਰ ਹੈਗਾ ਨਾਟ ਮਸਜਿਦ ਦਾ ਕੋਈ ਰੌਲਾ ਨਹੀਂ ਇੱਥੇ ਨਾਲੇ ਉਹ ਦੋਨੋਂ ਵੱਖੋ ਵੱਖਰੀਆਂ ਥਾਵਾਂ ਤੇ ਆ ਨਾਲੇ ਆਪਾਂ ਜਿੰਨੇ ਤੁਸੀਂ ਹੁਣ ਫੈਸਲੇ ਦੱਸੇ ਆ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਵੀ ਰੱਦ ਹੋ ਗਈ ਆ ਇਨਫੈਕਟ ਮਸਜਿਦ ਨੂੰ ਲੈ ਕੇ ਹੀ ਜਿਹੜੀਆਂ ਪਟੀਸ਼ਨਾਂ ਰੱਦ ਹੋਈਆਂ ਆ ਜਿਦਸੀ ਮੇਰੀਆਂ ਫੋਟੋਆਂ ਦੇਖੋ ਧਿਆਨ ਨਾਲ ਮੈਂ ਐਕਚੁਅਲੀ ਤੁਹਾਡੇ ਸ਼ੋਅ ਤੇ ਪਹਿਲੀ ਵਾਰੀ ਉਹ ਫੋਟੋਆਂ ਕਿਸੇ ਨੂੰ ਦਿੱਤੀਆਂ ਨਹੀਂ ਦਿਖਾਉਣ ਲਈ ਲੋਕਾਂ ਨੂੰ ਵੀ ਉਹ ਨਾਲ-ਨਾਲ ਕਿੰਨੀਆਂ ਨੇ ਹਰੇ ਹਰੀ ਰੰਗ ਦੀ ਜਿਹੜੀ ਬਿਲਡਿੰਗ ਦਿਖ ਰਹੀ ਆ ਉਹ ਪੀਰ ਕਾਕੂ ਸ਼ਾਹ ਦਾ ਦ ਉਹ ਹੈਗੀ ਦੋਨਾਂ ਦਾ ਵੇੜਾ ਇੱਕੋ ਹੀ ਹੈ ਦੋਨਾਂ ਦੀ ਮੇਨ ਡਿਊਟੀ ਐਂਟਰੈਂਸ ਜਿਹੜੀ ਹੈਗੀ ਉਹ ਇੱਕੋ ਹੀ ਹੈਗੀ ਸਿਰਫ ਫਰਕ ਇਹ ਹੈ ਵੀ ਡਿਊਟੀ ਤੇ ਬਾਹਰ ਜਿਹੜੇ ਦਰਵਾਜੇ ਤੇ ਨਾਮ ਲਿਖਿਆ ਉਹ ਪੀਰ ਕਾਕੂਸ਼ਾਦਾ ਹੀ ਲਿਖਿਆ ਹੈ ਉੱਥੇ ਭਾਈ ਤਾਰੂ ਸਿੰਘ ਸ਼ਹੀਦ ਦਾ ਕੋਈ ਨਾਮ ਨਹੀਂ ਲਿਖਿਆ ਜਿੱਦੀ ਮੈਂ ਪਰਸਨਲੀ ਕੋਸ਼ਿਸ਼ ਕੀਤੀ ਸੀ ਕੁਝ ਸਾਲ ਪਹਿਲਾਂ ਪਰ ਉਹ ਕਿਉਂਕਿ ਇਹ ਜਗ੍ਹਾ ਐਸ ਵੇਲੇ ਵੀ ਲੀਗਲ ਡਿਸਪਿਊਟ ਇੱਥੇ ਚੱਲ ਰਿਹਾ ਹੈ ਕੇਸ ਚੱਲ ਰਿਹਾ ਹੈ ਇਸ ਕਰਕੇ ਵੀ ਮੈਂ ਜਦੋਂ ਕਿਤਾਬ ਦੇ ਵਿੱਚ ਵੀ ਲਿਖਿਆ ਮੈਂ ਸਾਈਟੇਸ਼ਨਸ ਬਹੁਤ ਦਿੱਤੀਆਂ ਪੁਰਾਣੇ ਕੇਸ ਰਿਪੋਰਟਸ ਦੀਆਂ ਬੀਬੀ ਇਦਾਂ ਇਦਾਂ ਹੋਇਆ ਇਦਾਂ ਹੋਇਆ ਪਰ ਤੇ ਇੱਕ ਧਾਰਮਿਕ ਟੋਲਰੈਂਸ ਦੀ ਜਿਹੜੀ ਹੈਗੀ ਆ ਉਹ ਐਗਜ਼ਾਮਪਲ ਹੈਗੀ ਹੈ ਦੁਨੀਆਂ ਚ ਕਿਵੇਂ ਦੋਵੇਂ ਚੀਜ਼ਾਂ ਇਕੱਠੀਆਂ ਜੜੀਆਂ ਨਾਲ-ਨਾਲ ਚੱਲ ਰਹੀਆਂ ਤੇ ਕਿਹੜੇ ਤੁਸੀਂ ਜਦੋਂ ਇਹ ਤਸਵੀਰਾਂ ਖਿੱਚੀਆਂ ਕਿਹੜੇ ਸੰਦੀਆਂ ਹੈਗੀਆਂ ਇਹ ਮੈਂ 2008 ਤੋਂ ਇਹਦੀਆਂ ਬਾਰ-ਬਾਰ ਤਸਵੀਰਾਂ ਖਿੱਚ ਰਿਹਾ ਮੈਂ ਤੁਹਾਨੂੰ ਹੁਣ ਮੈਂ ਮੇਰੇ ਖਾਲਜ 2008 ਦੀ ਐਂਟਰੀ ਨੇ ਦਿੱਤੀਆਂ ਕੁਝ ਮੈਂ ਜਿਹੜੇ 2016 ਦੀ ਵਿਜ਼ਿਟ ਹੈ ਜਦੋਂ ਮੇਰੇ ਨਾਲ ਕੁਝ ਪਾਕਿਸਤਾਨ ਦੇ ਹਿਸਟੋਰੀਅਨ ਦੋਸਤ ਵੀ ਨੇ ਤੁਸੀਂ ਦੇਖੋ ਛੱਤ ਦੇ ਉੱਤੇ ਚੜੇ ਹੋਏ ਮਿਰਜ਼ਾ ਬੇਗ ਜੀ ਨੇ ਥੱਲੇ ਫੈਜ਼ਾਨ ਨਕਵੀ ਜੀ ਖੜੇ ਨੇ ਇਹ ਸਾਰੇ ਲੋਕਲ ਫਰੈਂਡਸ ਨੇ ਆਪਣੇ ਜਿਹੜ ਹੈਰਿਟੇਜ ਅਵੇਅਰਨੈਸ ਦੇ ਲਈ ਮਦਦ ਕਰਦੇ ਨੇ ਕਿ ਜੋ ਵੀ ਪੁਰਾਣੀਆਂ ਗੱਲਾਂ ਹੈਗੀਆਂ ਹੁਣ ਆਪਾਂ ਫਿਊਚਰ ਚ ਥੋੜਾ ਪਿਆਰ ਮਿਲਵਰਤਨ ਨਾਲ ਜਿਹੜਾ ਰਹਿ ਕੇ ਚੱਲੀਏ ਜੀ ਸੋ ਜਦੋਂ ਗੁਰਦੁਆਰਾ ਟਰਬਿਊਨਲ ਦਾ ਮਸਲਾ ਸੀਗਾ ਸੋ ਜਿਹੜਾ ਗੁਰਦੁਆਰਾ ਸਿੰਘ ਸਿੰਘਣੀਆਂ ਆ ਉਸ ਦਾ ਜਿਹੜਾ ਕਹ ਲਓ ਵੀ ਕਿਹਦੇ ਹੱਥ ਦੇ ਵਿੱਚ ਗਿਆ ਫਿਰ ਬਾਗਡੋਰ ਇਹ ਗੁਰਦੁਆਰਾ ਪ੍ਰਬੰਧਕੀ ਕਮੇਟੀ ਐਸਜੀਪੀਸੀ ਨੂੰ ਮਿਲ ਗਿਆ ਮਹੰਤਾਂ ਤੋਂ ਹੂੰ ਹੂੰ ਤੇ ਮੁਸਲਮਾਂ ਤੋਂ ਵੀ ਕਹ ਲਓ ਪੀ ਹੋ ਗਏ ਦੋਨੋਂ ਗੁਰੂਕਰ ਜਿਹੜੇ ਜਿਸ ਤੋਂ ਨੂੰ ਮਿਲ ਹਾਂਜੀ ਦੋਨੋਂ ਗੁਰੂ ਐਸਜੀਪੀਸੀ ਨੂੰ ਮਿਲ ਗਿਆ ਤੇ ਉਹਨਾਂ ਨੇ ਜਿਹੜੀ ਸੀ ਇਹਦੀ ਕੰਸਟਰਕਸ਼ਨ ਜਿਹੜੀ ਸ਼ੁਰੂ ਕੀਤੀ ਅੱਛਾ ਜੀ ਉਹ ਮਈ 30 1935 ਨੂੰ ਸ਼ੁਰੂ ਕੀਤੀ अच्छा जी पहले 3 ਦਿਨਾਂ ਚ ਕਿਉਂਕਿ ਜੋਸ਼ ਬਹੁਤ ਸੀ 10 ਸਾਲਾਂ ਦੀ ਲੜਾਈ ਕਾਨੂੰਨੀ ਲੜਾਈ ਤੋਂ ਬਾਅਦ ਵਹਨਤਾਂ ਤੋਂ ਮਿਲਿਆ ਸੀ ਪਹਿਲੇ 3 ਦਿਨਾਂ ਚ ਜਿਹੜੀਆਂ ਇਹਨਾਂ ਨੇ ਉੱਤਰ ਵਾਲੀ ਸਾਈਡ ਤੇ ਨਾਰਥਰਨ ਬਜਾਰ ਵਾਲ ਸੀ ਤੇ ਸਾਊਥਰਨ ਵਾਲ ਸੀ ਉਹ ਬਣਾਤੀਆਂ ਠੀਕ ਹੈ ਤੇ ਮੁੜ ਕੇ ਇੱਕ ਸਮਾਲ ਦਰਵਾਜਾ ਬਣਾਤਾ ਜਿਹੜੀਆਂ ਸਮਾਦ ਸੀਗੀਆਂ ਜਿਹੜੀਆਂ ਉੱਥੇ ਇਹਨਾਂ ਵਿੱਚ ਹੋਰ ਸਮਾਦ ਵੀ ਸੀਗੀਆਂ ਕਿੰਨੀਆਂ ਛੋਟੀਆਂ ਛੋਟੀਆਂ ਉਹ ਵੀ ਸਾਰੀਆਂ ਟਾਤੀਆਂ ਐਸਜੀਪੀਸੀ ਨੇ ਇੱਕ ਗੁਰਦੁਆਰਾ ਇਹ ਬਣਾਉਣਾ ਠੀਕ ਹੈ ਉਹਦੇ ਵਿੱਚੇ ਫਿਰ ਉਹ ਜਿਹੜੀ ਸ਼ਹੀਦਗੰਜ ਧਰਮਸ਼ਾਲਾ ਸੀ ਉਹ ਵੀ ਟਾਤੀ ਜਿਹਨੂੰ ਕਿ ਉਹ ਜਿਹੜੇ ਸੀ ਮੁਸਲਮ ਪਹਿਲਾਂ ਕਹਿੰਦੇ ਸੀ ਅਸੀਂ ਸ਼ਾਇ ਹੂੰ 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 ਉੱਥੇ ਇੱਕ ਮਿਸਤਰੀ ਸੀ ਮੇਲਾ ਸਿੰਘ ਹੂੰ 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 28 ਜੂਨ ਨੂੰ ਹੂੰ ਜਦੋਂ ਇਹ ਬਿਲਡਿੰਗ ਜਿਹੜੀ ਸੀ ਉਹਦੀ ਨਾਰਥ ਸਾਈਡ ਦੀ ਉਹ ਵਰਕ ਕਰ ਰਿਆ ਸੀ ਐਕਸੀਡੈਂਟਲੀ ਉਹ ਬਿਲਡਿੰਗ ਸਾਰੀ ਡਿੱਗ ਪਈ ਤੇ ਉਹਦੇ ਥੱਲੇ ਆ ਕੇ ਉਹਦੀ ਜਿਹੜੀ ਸੀ ਮੌਤ ਹੋ ਗਈ ਮੇਲਾ ਸਿੰਘ ਦੀ ਅੱਛਾ ਜੀ ਉਹ ਜਿਹੜੀ ਮੌਤ ਸੀ ਉਹਨੂੰ ਜਿਹੜੇ ਮੁ슬ਮਾਨ ਸਗੇ ਉਹਨਾਂ ਨੇ ਬਿਲਕੁਲ ਜਿਦਾ ਬ੍ਰਾਡਕਾਸਟ ਕੀਤਾ ਵੀ ਇਹ ਅੱਲਾ ਦਾ ਇੱਕ ਕਹਿ ਲੋ ਪਈ ਇੱਕ ਕਿਰਸ਼ਮਾ ਹੋਇਆ ਕਹਿਰ ਹੋਇਆ ਪਈ ਇਹ ਜਿਹੜੀ ਹੈਗੀ ਆ ਇਹ ਜਗਾ ਜਿਹੜੀ ਹਾਲੇ ਵੀ ਸਾਡੀ ਆ ਭਾਵੇਂ ਕੋਰਟ ਨੇ ਕੇਸ ਜਿਹੜਾ ਸੀ ਵਿਰੁੱਧ ਕਰਤਾ ਹੂੰ ਹੂੰ ਉਸ ਵੇਲੇ ਸੀ ਬਹੁਤ ਜ਼ਿਆਦਾ ਦੰਗੇ ਹੋਏ ਮੁਸਲਮ ਬਾਹਰ ਆ ਗਏ ਸਿੱਖ ਆ ਗਏ ਮਤਲਬ ਕਾਫੀ ਜ਼ਿਆਦਾ ਇੱਥੇ ਪੌਲੋ ਸਾਹਮਣੇ ਖੜ ਗਏ ਆ ਮੋ ਸਾਹਮਣੇ ਖੜ ਗਏ ਮਤਲਬ ਜਾਨੀ ਨੁਕਸਾਨ ਵੀ ਹੋਇਆ ਕੁਝ ਸਿੱਖ ਜਿਹੜੇ ਸੀ ਇਹਦੇ ਵਿੱਚ ਮਾਰੇ ਵੀ ਗਏ ਬਹੁਤ ਵੱਡੀ ਜਿਹੜੀ ਮੂਵਮੈਂਟ ਚੱਲੀ ਉਸ ਵੇਲੇ ਪਰਟਪ ਸਿੰਘ ਗਰੇਵਾਲ ਉਹਦਾ ਨਾਮ ਲਿਆ ਜਾਂਦਾ ਐਮ ਐਸ ਸਰਦਾਰ ਐਸ ਪਰਟਾ ਭਗਾ ਡੀ ਪੀ ਉਹਨੇ ਅੱਜ ਤੱਕ ਵੀ ਜਦੋਂ ਰਾਈਟਸ ਨੂੰ ਕੰਟਰੋਲ ਕਰਨ ਦੀ ਗੱਲ ਹੁੰਦੀ ਹੈ ਵੀ ਕਿਦਾਂ ਘੱਟ ਤੋਂ ਘੱਟ ਲੋਕਾਂ ਦੇ ਉੱਤੇ ਲਾਠੀ ਚਾਰਜ ਜਾਂ ਡੰਡੇ ਜਾਂ ਗੋਲੀਆਂ ਚਲਾਉਣ ਤੋਂ ਬਿਨਾ ਕਿਦਾਂ ਉਹਨੇ ਦੋਹਾਂ ਪਾਰਟੀਆਂ ਨੂੰ ਸ਼ਾਂਤ ਕੀਤਾ ਉਹਦੀ ਹਾਲੇ ਵੀ ਜਦੋਂ ਵੀ ਕਿਤੇ ਆਈਐਸ ਅਫੀਸਰ ਪੀਸ ਦੇ ਲਈ ਗੱਲ ਕਰਦੇ ਵੀ ਰਾਈਟਸ ਨੂੰ ਕਿਵੇਂ ਕੰਟਰੋਲ ਕਰਨਾ ਦੰਗਿਆਂ ਨੂੰ ਕਿਵੇਂ ਕੰਟਰੋਲ ਕਰਦਾ ਇਸ ਮੌਕੇ ਤੇ ਜਿਹੜਾ ਐਸਪਰਟਿਵ ਸਗਾ ਪ੍ਰਤਾਪ ਸਿੰਘ ਗਰੇਵਾਲ ਉਹਦੀ ਜਿਹੜੀ ਐਗਜ਼ਾਮਪਲ ਜਿਹੜੀ ਹਾਲੇ ਵੀ ਦੁਨੀਆ ਪਰਚ ਦਿੱਤੀ ਜਾਂਦੀ ਹੈ ਵੀ ਉਹਨੇ ਕਿਵੇਂ ਦੋਨੋਂ ਕਮਿਊਨਿਟੀਜ਼ ਨੂੰ ਜਿਹੜਾ ਸੀ ਉਹ ਸ਼ਾਂਤ ਕੀਤਾ ਸਗਾ ਜੀ ਅ ਤੁਸੀਂ ਦੱਸਿਆ ਵੀ ਇਹ ਰੋਲਾ ਰੱਪਾ ਜਿਹੜਾ ਰਿਆ ਵੀ ਜਦੋਂ ਮਿਸਤਰੀ ਮੇਲਾ ਸਿੰਘ ਦੀ ਉਸ ਉਸਾਰੀ ਦੇ ਦੌਰਾਨ ਜਿਹੜੀ ਉਹ ਮੌਤ ਹੋਈ ਜੀ ਇਹ ਜਿਹੜਾ ਰੋਲਾ ਰੱਪਾ ਸੀਗਾ ਤੁਸੀਂ ਡੀਸੀ ਤੱਕ ਦਾ ਤਾਂ ਜ਼ਿਕਰ ਕੀਤਾ ਆ ਵੀ ਕੀ ਇੱਥੇ ਹੀ ਕਿ ਗੱਲ ਨਿੰਬੜ ਗਈ ਜਾਂ ਤਾਂ ਤੱਕ ਵੀ ਗਈ ਜਿਹੜੀ ਹਾਈ ਕਮਾਂਡ ਤੱਕ ਜਾਂ ਗਵਰਨਮੈਂਟ ਤੇ ਕਹਿੰ ਲੋ ਵੀ ਉਚਲੀਆਂ ਤਾਂ ਮੱਤਾਂ ਤੇ ਵੀ ਗੱਲ ਪਹੁੰਚੀ ਹੈ ਨਹੀਂ ਇਹ ਗੱਲ ਬਹੁਤ ਅੱਗੇ ਵੱਧ ਗਈ ਸੀ ਕਿ ਬਹੁਤ ਜ਼ਿਆਦਾ ਦੰਗੇ ਹੋਣ ਦਾ ਖਤਰਾ ਸੀ ਤੇ ਮਤਲਬ ਆਪਣੇ ਹੋਰ ਅੱਗੇ ਮਤਲਬ ਕਾਫੀ ਪੰਜਾਬ ਲੈਵਲ ਤੇ ਇਹ ਗੱਲ ਫੈਲ ਗਈ ਸੀ ਈਵਨ ਉਸ ਵੇਲੇ ਸੀਗੇ ਸਰ ਹਰਬਰਟ ਐਮਰਸਨ ਇੱਕ ਗਵਰਨਰ ਸਗੇ ਪੰਜਾਬ ਦੇ ਉਹ ਸਪੈਸ਼ਲੀ ਇਮੀਡੀਏਟਲੀ ਅਮਰਜੈਂਸੀ ਨੋਟਿਸ ਤੇ ਉਹਨਾਂ ਨੇ Shimla ਤੋਂ Lahore ਪਹੁੰਚੇ ਹੋ 6 ਜੁਲਾਈ ਨੂੰ ਉਹਨਾਂ ਨੇ ਵੀ ਦੋਹਾਂ ਸਾਡੇ ਦੇ ਡਿਪੂਟੇਸ਼ਨ ਨੂੰ ਡਿਪੂਟੇਸ਼ਨ ਨੂੰ ਸ਼ਾਂਤ ਕੀਤਾ ਮੁਸਲਮਾਨ ਨੂੰ ਵੀ ਮਿਲੇ ਸਿੱਖਾਂ ਨੂੰ ਵੀ ਮਿਲੇ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਪਰ ਕਹ ਲਓ ਵੀ ਇਹ ਜਿਹੜੀ ਦੋਨੋਂ ਪਾਰਟੀ ਸੀ ਉਸ ਵੇਲੇ ਕੋਈ ਬਹੁਤੀਆਂ ਸ਼ਾਂਤ ਨਹੀਂ ਹੋਈਆਂ ਜਿਹੜੀਆਂ ਐਜੀਟੇਸ਼ਨ ਸੀਗੀਆਂ ਉਹ ਕਾਫੀ ਜਿਹੜੀਆਂ ਲੰਬੇ ਸਮੇਂ ਤੱਕ ਚਲਦੀਆਂ ਰਹੀਆਂ ਈਵਨ ਮੁਸਲਮਾਨ ਮੁਸਲਮਜ਼ ਨੇ ਜਿਹੜਾ ਐਂਸ਼ੀਅੰਟ ਮੋਨੂਮੈਂਟ ਪ੍ਰੈਜ਼ਰਵੇਸ਼ਨ ਐਕਟ ਆ ਉਦੇ ਅਧੀਨ ਵੀ ਕਹਿਣ ਦੀ ਕੋਸ਼ਿਸ਼ ਕੀਤੀ ਵੀ ਨਹੀਂ ਇਹ ਜਿਹੜੀ ਪੁਰਾਣੀ ਕੰਧ ਟਾ ਰਹੇ ਆ ਜਾਂ ਵਿੱਚ ਜਿਹੜੀ ਧਰਮਸ਼ਾਲਾ ਆ ਉਹਦੇ ਅਧੀਨ ਲਿਆਂਦੀ ਜਾਵੇ ਪਰ ਤਾਂ ਵੀ ਜਿਹੜਾ ਕੋਰਟ ਸੀ ਉਹਨੇ ਇਹਨਾਂ ਨੂੰ ਮਤਲਬ ਜਿਹੜਾ ਸੀ ਉਹ ਨਹੀਂ ਕੀਤਾ ਤੇ ਦਫਾ 144 ਲਾ ਕੇ ਸੈਕਸ਼ਨ 144 ਲਾ ਕੇ ਜਿਹੜਾ ਸੀ ਇਹ ਮੁੜ ਕੇ ਜਿਹੜੀ ਚੀਜ਼ ਸੀ ਉਹਨੂੰ ਕੰਟਰੋਲ ਕੀਤਾ ਗਿਆ ਲਾਹੌਰ ਦੇ ਵਿੱਚ ਹੂੰ ਜੀ ਜੀ ਬਿਲਕੁਲ ਸੋ ਉਸ ਟਾਈਮ ਦੇ ਉੱਤੇ ਜਦੋਂ ਇਹ ਹੋ ਰਿਹਾ ਸੀ 1935 ਦੀ ਆਪਾਂ ਜਿਹੜੀ ਇਹ ਗੱਲ ਕਰ ਰਹੇ ਹਾਂ ਅਜੇ ਜਿਹੜੀ ਆਜ਼ਾਦੀ ਨਹੀਂ ਸੀ ਫੈਲੀ ਤੇ ਉਸ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਮਸਲਾ ਜਿਹੜਾ ਉਹ ਚੱਲ ਰਿਹਾ ਸੀ ਕੌਣ ਸੀਗਾ ਉਸ ਟਾਈਮ ਦੇ ਉੱਤੇ ਸਿੱਖਾਂ ਦੀ ਇਹ ਅਗਵਾਈ ਜਿਹੜਾ ਉਸ ਟਾਈਮ ਦੇ ਉੱਤੇ ਕਰ ਰਿਹਾ ਕੌਣ ਲੀਡਰ ਸੀ ਕੀ ਰਿਪੋਰਟ ਉਸ ਦੇ ਆਉਂਦੀ ਆ ਕਿੱਦਾਂ ਦੀ ਉਹਦੀ ਕਾਰਜਕਾਰੀ ਰਹੀ ਦੇਖੋ ਸਿੱਖਾਂ ਦੇ ਲੀਡਰਸ ਉਥੇ ਲੋਕਲ ਤਾਂ ਬਹੁਤ ਸੀ ਪਰ ਕਿਉਂਕਿ ਮਾਸਟਰ ਤਾਰਾ ਸਿੰਘ ਦਾ ਹੀ ਨਾਮ بار بار ਆਪਾਂ ਗੱਲਾਂ ਮੈਂ ਉਹਨਾਂ ਦਾ ਕੋਈ ਇੱਕ ਕੋਟ ਕਰੂੰਗਾ ਜਿਹੜਾ ਮੈਨੂੰ ਇਸ ਜਗ੍ਹਾ ਦੇ ਬਾਰੇ ਮਿਲਿਆ ਜਦੋਂ ਇਹ ਰੌਲਾ ਚੱਲ ਰਿਹਾ ਸੀ ਲੋਕ ਪਿੰਡਾਂ ਤੋਂ ਆਣੇ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਤੇ ਮੈਂ ਥੋੜਾ ਇਹ ਕਲੀਅਰ ਕਰ ਦਵਾਂ ਵੀ ਇਹ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੀ ਗੱਲ ਹੋ ਰਹੀ ਆ ਹੱਲੇ ਵੀ ਜਿਹੜਾ ਹੁਣ ਪਰਸੋਂ ਦਾ ਰੌਲਾ ਹੈਗਾ ਉਹ ਬਿਲਕੁਲ ਨਾਲ ਦੀ ਕੰਦ ਆ ਉਹਨੂੰ ਇਹਦੇ ਨਾਲ ਮਿਕਸ ਨਾ ਕੀਤਾ ਜਾਵੇ ਇਹ ਮੈਂ ਜਿਹੜੀ ਸਾਰੀ ਗੱਲ ਕਰ ਰਿਹਾ ਹਾਂ ਇਹ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਵਿੱਚ ਇੱਕ ਧਰਮਸ਼ਾਲਾ ਸੀ ਜਿਹਨੂੰ ਕਿ ਮੁ ਜਿਹੜੀ ਕਿ ਜਦੋਂ ਗੁਰਦੁਆਰਾ ਸਾਹਿਬ ਵੱਡਾ ਬਣਾਇਆ ਗਿਆ ਉਹ ਵੀ ਇਤ ਨਾਲ ਹੋਰ ਕਈ ਸਿੱਖ ਸਮੱਧਾਂ ਵੀ ਸੀ ਕਿਉਂਕਿ ਗੁਰਦੁਆਰਾ ਸਾਹਿਬ ਦੀ ਨਵੀਂ ਕੰਸਟਰਕਸ਼ਨ ਲਈ ਸਿੱਖ ਸਮੱਧਾਂ ਵੀ ਸਾਰੀਆਂ ਢਾਤੀਆਂ ਸੀ ਐਸਜੀਪੀਸੀ ਨੇ ਉਸ ਬਿਲਡਿੰਗ ਦਾ ਰੋਲਾ ਸਗਾ ਮਤਲਬ ਨਾਟ ਜਿਹੜੀ ਹੁਣ ਭਾਈ ਤਾਰੂ ਸਿੰਘ ਦੀ ਸ਼ਹੀਦ ਵਾਲੀ ਬਿਲਡਿੰਗ ਹੈ ਉਹ ਤਾਂ ਬਿਲਕੁਲ ਹੀ ਨਾਲ ਲੱਗਦੇ ਕੈਂਪਸ 'ਚ ਹੈਗੀ ਉਹਦਾ ਤਾਂ ਕੋਈ ਇਦਾਂ ਦਾ ਕੋਈ ਚੱਕਰ ਸਗਾ ਹੀ ਨਹੀਂ ਉਹ ਤਾਂ ਪਹਿਲੇ ਦਿਨ ਤੋਂ ਹੀ ਸਿੱਖਾਂ ਦੇ ਕੋਲ ਹੀ ਸੀ ਸੋ ਐਨੀਵੇਜ਼ ਮਾਸਟਰ ਤਾਰਾ ਸਿੰਘ ਜੀ ਦੇ ਬਾਰੇ ਤੁਸੀਂ ਗੱਲ ਕੁਐਸਚਨ ਪੁੱਛਿਆ ਉਸ ਵੇਲੇ ਮਾਸਟਰ ਤਾਰਾ ਸਿੰਘ ਨੂੰ ਮੁਸਲਮਾਨ ਲੀਡਰ ਸੇ ਹੋਏ ਹੈ ਮੌਲਾਨਾ ਸ਼ ਉਹਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਚਿੱਠੀ ਲਿਖੀ ਪਈ ਇਹਦੇ ਬਾਰੇ ਪਈ ਇਹ ਨੈਗੋਸ਼ੀਏਸ਼ਨ ਜਿਹੜੀ ਚੱਲ ਨਹੀਂ ਰਹੀ ਪਈ ਇਹ ਰੌਲੇ ਦਾ ਖਤਰਾ ਹੈ ਉਹ ਮਾਸਟਰ ਤਾਰਾ ਸਿੰਘ ਦੀ ਜਿਹੜੀ ਚਿੱਠੀ ਹੈ ਮੈਂ ਉਹਦੀ ਕਾਪੀ ਲਈ ਹੈ ਉਹਦੇ ਵਿੱਚ ਉਹਨਾਂ ਨੇ ਲਿਖਿਆ ਪਈ ਐਸ ਫਾਰ ਐਸ ਐਨੀ ਕੁਐਸਚਨ ਰਿਲੇਟਡ ਟੂ ਦਾ ਸਾਈਟ ਆਫ ਸੋ ਕਾਲਡ ਮਸਕ ਇਸ ਕਨਸਰਨਡ ਥਿਸ ਮਸਟ ਬੀ ਰਿਗਾਰਡਡ ਐਸ ਕਲੋਜ਼ਡ ਦਾ ਸੋ ਕਾਲਡ ਮਸਕ ਐਂਡ ਇਟਸ ਸਾਈਟ ਮੀਨਸ ਇਨਡੇਫਿਨਿਟ ਇਨਫਿਨਿਟਲੀ ਮੋਰ ਟੂ ਸਿਕਸ ਦੈਨ ਟੂ ਮੁਸਲਿਮਸ ਐਂਡ ਐਨੀ ਸਿੱਖ ਲੀਡਰ ਹੂ ਫਾਰ ਅ ਮੂਮੈਂਟ ਪੁਟ ਥਿਸ ਫੈਕਟ ਆਊਟ ਆਫ ਸ ਇਨਨ ਨੇ ਕਿਹਾ ਸੀ ਵੀ ਹੁਣ ਕਿਉਂਕਿ ਜਿਹੜਾ ਕਾਨੂੰਨ ਹੈ ਉਹਨੇ ਵੀ ਇਹ ਜਿਹੜੀ ਕੇਸ ਹੈਗਾ ਉਹਨੂੰ ਬੰਦ ਕਰ ਦਿੱਤਾ ਹੈ ਤੇ ਮਤਲਬ ਇਹ ਹੁਣ ਜਿਹੜਾ ਮਾਮਲਾ ਹੈਗਾ ਇਹ ਖਤਮ ਹੈ ਵੀ ਉਹ ਮਤਲਬ ਨਾਥਿੰਗ ਹੈਸ ਟੂ ਬੀ ਚੇਂਜਡ ਸੋ ਜਿਹੜੇ ਲੀਡਰ ਤੱਕ ਵੀ ਸਗੇ ਉਹ ਇਸ ਕੇਸ ਦੇ ਵਿੱਚ ਇਨਵੋਲਵ ਹੋ ਗਏ ਸਗੇ ਜਿਹੜੀ ਇਹ ਇਹ ਮਸਲਾ ਸਗਾ ਮੁੜ ਕੇ ਇਹ ਮਸਲਾ ਕਹੋ ਭਈ ਸਿੱਖਾਂ ਦੇ ਹੱਕ ਵਿੱਚ ਹੋਇਆ ਸੀ ਲੋਕਲ ਮੁਸਲਮਾਨਾਂ ਨੇ ਵੀ ਫੇਰੇ ਦੀ ਹਮਾਇਤ ਕਰਨੀ ਸ਼ੁਰੂ ਕਰਤੀ ਤੇ ਮੁੜ ਕੇ ਜਿਹੜਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸੀ ਉਹ ਅਮਨ ਅਮਾਨ ਦੇ ਨਾਲ ਜਿਹੜੀ ਸੀ ਉਹ ਲੇਟਰ ਆਨ ਬਣ ਗਈ ਸੀ ਬਿਲਕੁਲ ਜੀ ਤੇ ਕੀ ਰਾਈਟ ਨਾਓ ਕਰੰਟਲੀ ਇਸ ਦਾ ਮਸਲਾ 35 ਤੋਂ ਬਾਅਦ ਇਹ ਮਸਲਾ ਸੀ ਜਿਹੜਾ ਠੱਪ ਹੋ ਗਿਆ ਅਬਾਊਟ 6 ਮਹੀਨੇ ਸਾਲ ਦੇ ਕਰੀਬ ਇਹ ਐਜੀਟੇਸ਼ਨ ਕਾਫੀ ਚੱਲੀ ਸੀ ਪਰ 1936 ਦੇ ਵਿੱਚ ਜਾ ਕੇ ਜਿਹੜੀ ਸੀ ਦੀ ਫਾਈਨਲ ਡਿਸੀਜਨ ਆ ਗਿਆ ਜਿਹੜਾ ਡਿਸੀਜਨ ਆ ਗਿਆ ਸੀ ਉਸ ਤੋਂ ਬਾਅਦ ਅ ਅਮਨ ਅਮਾਨ ਸਗਾ ਮਤਲਬ ਕੋਈ ਇਹ ਮਸੀਤ ਵਾਲਾ ਜਿਹੜਾ ਸੀ ਉਹ ਚੱਕਰ ਬਿਲਕੁਲ ਹੀ ਖਤਮ ਹੋ ਗਿਆ ਸੀ ਹੁਣ ਵੀ ਇੱਥੇ ਇੰਗਲੈਂਡ ਦੀ ਬ੍ਰਿਟੇਨ ਦੀ ਸੰਗਤ ਨੇ ਦੁਬਾਰਾ ਗੁਰਦੁਆਰਾ ਸਾਹਿਬ ਨਵਾਂ ਮੇਰੇ ਖਿਆਲ 1990ਸ ਜਿਹੜਾ ਸਗਾ ਉੱਥੇ ਆਪਣੇ ਲੋਕਲ ਹਿਸਟੋਰੀਅਨ ਹੈਗੇ ਬੜੇ ਫੇਮਸ ਇਕਬਾਲ ਕੈਸਰ ਜੀ ਉਹਨਾਂ ਦੀ ਬੜਾ ਇਹਦੇ ਵਿੱਚ ਰੋਲ ਹੈਗਾ ਮਤਲਬ ਇਹ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੀ ਮੈਂ ਗੱਲ ਕਰ ਰਿਹਾ ਉਹ ਬਣਾਇਆ ਗਿਆ ਹੂੰ ਜੀ ਜੀ ਸੋ ਇਹ ਸੀਗਾ ਜਿਹੜਾ ਬੁਨਿਆਦੀ ਤੌਰ ਦੇ ਉੱਤੇ ਪਹਿਲਾ ਮਸਲਾ ਸੀਗਾ ਜਿਹੜਾ ਲੰਮੇ ਸਮੇਂ ਤੋਂ ਇਤਿਹਾਸਿਕ ਤੌਰ ਦੇ ਉੱਤੇ ਚੱਲਦਾ ਰਿਹਾ ਜਿਸ ਦੇ ਵਿੱਚ ਦਾਵਾ ਸੀਗਾ ਜਿਹੜਾ ਅੰਜੂਮਾਨੀ ਇਸਲਾਮੀਆਂ ਦਾ ਵੀ ਇਸ ਗੁਰਦੁਆਰਾ ਸਿੰਘ ਸਿੰਘਣੀਆਂ ਦੇ ਅੰਦਰ ਮਸਜਿਦ ਸੀਗੀ ਪਰ ਜਿਹੜਾ ਜਸਟਿਸ ਹਿਲਟਨ ਰਾਏ ਬਹਾਦਰ ਮੁੰਨਾ ਲਾਲ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਹਾਈ ਕੋਰਟ ਦੇ ਵਿੱਚ ਪਟੀਸ਼ਨਸ ਪਾਈਆਂ ਗਈਆਂ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਵੀ ਨਹੀਂ ਏਦਾਂ ਦੀ ਕੋਈ ਚੀਜ਼ ਨਹੀਂ ਸੀ ਫਿਰ 1935 ਦੇ ਵਿੱਚ SGPC ਦੇ ਕੋਲ ਜਦੋਂ ਸੇਵਾ ਸੰਭਾਲ ਆਈ ਉਹਨਾਂ ਨੇ ਇਸ ਨੂੰ ਇੱਕ ਹਿਸਾਬ ਦੇ ਨਾਲ ਸਾਫ਼ ਕਰਕੇ ਮੁੜ ਉਸਾਰੀ ਜਿਹੜੀ ਉਹ ਸ਼ੁਰੂ ਕੀਤੀ ਗਈ ਉਸ ਟਾਈਮ ਦੇ ਉੱਤੇ ਮਿਸਤਰੀ ਜਿਹੜਾ ਮੇਵਾ ਸਿੰਘ ਜਿਨ੍ਹਾਂ ਦਾ ਤੁਸੀਂ ਨਾਮ ਦੱਸਿਆ ਆ ਵੀ ਉਹਨਾਂ ਦੀ ਉਹ ਮੌਤ ਹੋਈ ਫਿਰ ਰੈਜੀਟੇਸ਼ਨ ਦੁਬਾਰਾ ਹੋਇਆ ਪਰ 1936 ਤੱਕ ਇਹ ਮਸਲਾ ਪੂਰੀ ਤਰ੍ਹਾਂ ਜਿਹੜਾ ਸੁਲਝ ਗਿਆ ਸੀ ਸਾਰੇ ਆਂ ਦੇ ਸਾਡੀਆਂ ਦੋਨੋਂ ਹੀ ਧਿਰਾਂ ਬੇਸਿਕਲੀ ਇਹ ਹੁਣ ਰਾਜਾਵੰਦ ਹੋ ਗਈਆਂ ਸੀਗੀਆਂ ਵੀ ਨਹੀਂ ਇੱਕ ਅਲੱਗ ਗੁਰੂ ਘਰ ਹੀ ਆ ਵੀ ਇੱਥੇ ਜਿਹੜਾ ਮਸੀਤ ਦਾ ਕੋਈ ਦਾਵਾ ਜਿਹੜਾ ਆ ਉਹ ਹੁਣ ਨਹੀਂ ਰਹਿ ਗਿਆ ਸੋ ਹੁਣ ਆਪਾਂ ਆਈਏ ਉਸ ਦੇ ਨਾਲ ਲੱਗਦੇ ਜਿਹੜੇ ਗੁਰੂ ਘਰ ਹੈਗੇ ਆ ਗੁਰਦੁਆਰਾ ਜਿਹੜਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਜੀ ਜਿਸ ਨੂੰ ਲੈ ਕੇ ਇਸ ਟਾਈਮ ਜਿਹੜਾ ਵਿਵਾਦ ਦਾ ਉਹ ਚੱਲ ਰਿਹਾ ਹੈਗਾ ਆ ਜਿਹੜਾ ਦਰਬਾਰ ਕਾਕੂ ਸ਼ਾ ਚਿਸ਼ਤੀਆ ਉਹਨਾਂ ਦੇ ਦੁਆਰਾ ਜਿਹੜਾ ਹੈਗਾ ਆ ਸੋ ਉਸ ਦਾ ਹੁਣ ਪੂਰਾ ਤੁਸੀਂ ਰੌਲਾ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਇਹ ਮਸਲਾ ਕੀ ਹੈਗਾ ਆ ਕੀ ਪੁਰਾਣੀਆਂ ਕਿਤਾਬਾਂ ਦੇ ਵਿੱਚ ਇਸ ਦੇ ਬਾਰੇ ਕੀ ਜ਼ਿਕਰ ਆਉਂਦਾ ਆ ਇਤਿਹਾਸ ਜਿਹੜਾ ਇਸ ਦੇ ਵਿੱਚ ਕੀ ਆਖਦਾ ਆ ਜਿਹੜੇ ਕੇਸਾਂ ਦੇ ਬਾਰੇ ਆਪਾਂ ਗੱਲ ਕਰਕੇ ਹਟੇ ਆ ਕਿ ਇਹਨਾਂ ਦੇ ਵਿੱਚ ਵੀ ਕੋਈ ਜ਼ਿਕਰ ਹੈ ਇਹਨਾਂ ਚੀਜ਼ਾਂ ਦਾ ਤੁਸੀਂ ਬਿਲਕੁਲ ਹੁਣ ਉਹ ਵੀ ਜਿਹੜਾ ਕੇਸ ਸੀ ਇਹਦੇ ਨਾਲ ਹੀ ਚੱਲ ਰਿਹਾ ਸੀ ਜਦੋਂ 1935 'ਚ ਫਾਈਨਲੀ ਫੈਸਲਾ ਹੋਇਆ ਕਿਉਂਕਿ ਜਦੋਂ ਸਿੱਖ ਗੁਰਦੁਆਰਾ ਐਕਟ ਬਣਿਆ ਇਹ ਜਿਹੜੀ ਪ੍ਰਾਪਰਟੀ ਸੀ ਗੁਰਦੁਆਰਾ ਸ਼ਹੀਦਗੰਜ ਭਾਈ ਤਾਰੂ ਸਿੰਘ ਜੀ ਦੀ ਉਹ ਵੀ ਨੋਟੀਫਿਕੇਸ਼ਨ ਦੇ ਵਿੱਚ ਆ ਗਈ ਸੀ ਮਤਲਬ ਉਹ ਪ੍ਰਾਪਰਟੀ ਇਨ ਡਿਸਪਿਊਟ ਵੀ ਪ੍ਰਾਪਰਟੀ ਆਫ ਗੁਰਦੁਆਰਾ ਟ੍ਰਿਬਿਊਨਲ ਨੇ ਜਨਵਰੀ 201930 ਦੇ ਵਿੱਚ ਜਿਹੜਾ ਸੀ ਉਹ ਕਰ ਦਿੱਤਾ ਸੀਗਾ ਨਾਲ ਹੀ ਐਡਡ ਹੁਣ ਜਿਹੜਾ ਇਹ ਫਾਈਨਲ ਕੇਸ ਹੋਇਆ ਮੈਂ ਇਹਦੇ ਬਾਰੇ ਤੁਹਾਨੂੰ ਫਾਈਨਲ ਕੇਸ ਦੱਸਦਾ ਇਹ ਹੋਇਆ ਸੀ ਅਕਤੂਬਰ 30 1935 ਨੂੰ ਇਹ ਕੇਸ ਫਾਈਲ ਕੀਤਾ ਸੀ ਡਾਕਟਰ ਮੁਹੰਮਦ ਆਲਮ ਨੇ ਜੀ ਅਗੇਂਸਟ ਐਸਜੀਪੀਸੀ ਐਸਜੀਪੀਸੀ ਨੇ ਅਬਾਊਟ ਹਾਫ ਅ ਡਜ਼ਨ ਲਾਇਰ ਰੱਖੇ ਸ਼ੇ ਵਕੀਲ ਰੱਖੇ ਜਿਨ੍ਹਾਂ ਦਾ ਹੈੱਡ ਸੀ ਰਾਏ ਬਹਾਦਰ ਬਦਰੀਦਾਸ ਐਡਵੋਕੇਟ ਇਹਦੀ ਜਿਹੜੀ ਹੀਅਰਿੰਗ ਸੀ ਸ਼ੁਰੂ ਹੋਈ ਉਹ ਮਾਰਚ 23 1936 ਨੂੰ ਤੇ ਜਾ ਕੇ ਅਪ੍ਰੈਲ ਦੇ ਐਂਡ ਤੇ ਜਾ ਕੇ ਸੀ ਜਿਹੜਾ ਇਹਦਾ ਫੈਸਲਾ ਕੀਤਾ ਗਿਆ ਐਸਜੀਪੀਸੀ ਨੇ ਬਾਰ ਬਾਰ ਇਹ ਪੁਆਇੰਟ ਲਾਇਆ ਵੀ ਇਹ ਜਿਹੜੀ ਜਗ੍ਹਾ ਡਿਸਪਿਊਟ ਵਾਲੀ ਹੈਗੀ ਆ ਇੱਥੇ ਫੋਰਸੇਬਲ ਕਨਵਰਸ਼ਨ ਹੁੰਦੀ ਸੀ ਮੁਸਲਮਾਨਾਂ ਤੋਂ ਸਿੱਖ ਜਿਹੜੇ ਸੀ ਧੱਕੇ ਨਾਲ ਬਣਾਏ ਜਾਂਦੇ ਸੀ ਜਾਂ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਜਿਹੜੇ ਵੀ ਨਾ ਕਰਦੇ ਸਗੇ ਤੇ ਇਸ ਜਗ੍ਹਾ ਦੇ ਉੱਤੇ ਪ੍ਰੋਪਗੇਸ਼ਨ ਆਫ ਇਸਲਾਮ ਹੁੰਦੀ ਸੀ ਇਹਨੂੰ ਮਤਲਬ ਉਸ ਚੀਜ਼ ਦੇ ਲਈ ਯੂਜ਼ ਕਰਦੇ ਸੀ ਜਦੋਂ ਸਿੱਖ ਪਾਵਰ 'ਚ ਆਏ ਆ ਉਰਨ ਤੋਂ ਬਾਅਦ ਇਸ ਚੀਜ਼ ਦਾ ਜਿਹੜਾ ਪੁਰਾਣੀ ਇਹ ਸ਼ਹਾਦਤ ਵਾਲੀ ਜਗ੍ਹਾ ਜਿਹੜੀ ਹੈਗੀ ਆ ਉਹ ਸਿੱਖਾਂ ਦੇ ਕੰਟਰੋਲ 'ਚ ਆ ਗਈ ਸੀ ਪੰਗੀ ਮਿਸਲ ਦੇ ਸਮੇਤ ਹੋਇਆਗੇ ਤੇ ਬਹੁਤ ਪ੍ਰੋਮਿਨੈਂਟ ਸਿੱਖ ਜਿਵੇਂ ਭਾਈ ਤਾਰੂ ਸਿੰਘ ਜੀ ਹੋਏ ਉਹਨੂੰ ਟਾਰਚਰ ਤੇ ਸ਼ਹੀਦ ਕੀਤਾ ਗਿਆ ਸੀ ਇਸ ਕਰਕੇ ਸਾਡੇ ਲਈ ਇਹ ਜਗ੍ਹਾ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਉਹ ਸੇਕ੍ਰੇਟ ਹੈਗੀ ਆ ਕਿ ਅਸੀਂ ਇਹਨੂੰ ਇੰਨੀ ਪਵਿੱਤਰ ਜਗ੍ਹਾ ਹੈਗੀ ਆ ਕਿ ਇਹਦਾ ਹੁਣ ਮਤਲਬ ਇੰਨੇ ਸਾਲਾਂ ਤੋਂ ਇੰਨੇ ਵਾਰ-ਵਾਰ ਕੋਰਟ ਕੇਸਿਸ 'ਚ ਇਹਦਾ ਫੈਸਲਾ ਹੋ ਚੁੱਕਾ ਕਿ ਮਤਲਬ ਇਹਨੂੰ ਹੁਣ ਅਸੀਂ ਦੁਬਾਰਾ ਇਸ ਮਾਮਲੇ ਨੂੰ ਜਿਹੜਾ ਕਰਨਾ ਨਹੀਂ ਚਾਹੁੰਦੇ ਹੁਣ ਅਸੀਂ ਤਾਂ ਐਸਜੀਪੀਸੀ ਨੇ ਨ ਅਸੀਂ ਪੁਰਾਣੀ ਬਿਲਡਿੰਗ ਉਦਾਂ ਟੁੱਟੀਆਂ ਭੱਜੀਆਂ ਜਿੱਦਾਂ ਕਿੰਨੀਆਂ ਕੁ ਸੀਗੀਆਂ ਉਹ ਤਾਂ ਰਹਿਣ ਨਹੀਂ ਸੀ ਦੇਣੀਆਂ ਅਸੀਂ ਹੁਣ ਜਿੱਦਾਂ ਸਾਰੀ ਸਾਫ਼ ਸਫਾਈ ਕਰਵਾ ਕੇ ਐਪੀਏ 150 ਸਾਲਾਂ ਤੋਂ ਉਹਨਾਂ ਨੇ ਲਿਖਿਆ ਪਈ ਇਹ ਗੁਰਦੁਆਰਾ ਪਾਈ ਤਾਰੂ ਸਿੰਘ ਜੀ ਸੀ ਜਿਹੜੇ ਉਹਦੀ ਛੋਟੇ ਗੁਰਦੁਆਰੇ ਦੀ ਹੁਣ ਮੈਂ ਗੱਲ ਕਰ ਰਿਹਾ ਜਿਹਦੀ ਆਪਾਂ ਗੱਲ ਕਰ ਰਹੇ ਆਂ ਇਹ 150 ਸਾਲਾਂ ਤੋਂ ਉੱਥੇ ਜਿਹੜੇ ਸਿੱਖ ਧਰਮ ਦੇ ਲੋਕ ਤਾਂ ਉਹਨਾਂ ਦਾ ਤਾਂ ਸਾਡੇ ਕੋਲ ਰਿਕਾਰਡ ਹੀ ਹੈਗਾ ਆ ਵੀ ਤੁਸੀਂ ਇਹ ਦਿੱਤੇ ਗਏ ਉੱਥੇ ਹਾਂ ਵੀ ਉਹ ਨੇ ਵੀ ਉੱਥੇ ਸਿੱਖਾਂ ਦੇ ਕੰਟਰੋਲ ਚ ਹੈਗਾ ਹੈ ਕੰਟਰੋਲ ਚ ਹੈਗਾ ਠੀਕ ਹੈ ਵੀ ਹੁਣ ਉਹ ਮਤਲਬ ਜਿਹੜਾ ਹੈਗਾ ਜੇ ਹੁਣ ਉਹ ਮਤਲਬ ਇਨੈਚਰ ਤੋਂ ਕੋਈ ਚੀਜ਼ ਕੰਟਰੋਲ ਚ ਉਹਨਾਂ ਕੋਲ ਹੈਗੀ ਆ ਮਤਲਬ ਉਹਨੂੰ ਉਹ ਕਿਵੇਂ ਸੋਚ ਸਕਦੇ ਆ ਵੀ ਇਹ ਪਹਿਲਾਂ ਉਸ ਸਮੇਂ ਤੋਂ ਕੀ ਸੀਗਾ ਮਤਲਬ ਔਰ ਪਲੱਸ ਇਹਦੇ ਉੱਪਰ ਕੇਸ ਜਿਹੜੇ ਬਹੁਤ ਹੋ ਚੁੱਕੇ ਆ ਸੋ ਐਨੀਵੇਜ਼ ਜਿਹੜੀ ਇਹਦੀ ਕੇਸ ਦੀ ਸੁਣਵਾਈ ਹੋਈ ਇਹ ਮਾਰਚ 23 1936 ਨੂੰ ਸ਼ੁਰੂ ਹੋਈ April ਚ ਆ ਕੇ ਐਂਡ ਹੋਈ ਇਹ ਚ 42 ਜਿਹੜੇ ਸੀ ਵਿਟਨੈਸ ਆਏ ਜਿਨ੍ਹਾਂ ਵਿੱਚ ਬਹੁਤ ਉਲੇਮਾਜ਼ ਪਹੁੰਚੇ ਤੇ ਇਵਨ ਜਿਹੜੇ ਆਪਣੇ ਡੀਸੀਸੀ ਐਸ ਪ੍ਰਤਾ ਉਹ ਵੀ ਪਹੁੰਚੇ ਤੇ ਜਿਹੜੇ ਦੂਜੇ ਸੀ 25 ਵਿਟਨਸ ਸਾਈਜ਼ ਸੀ ਆਪਣੇ ਡਿਫੈਂਸ ਵੱਲੋਂ ਜਿਹੜੀਆਂ 67 ਡਾਕੂਮੈਂਟਰੀ ਐਗਜ਼ਿਬਿਟਸ ਪੇਸ਼ ਕੀਤੀਆਂ ਗਈਆਂ ਪਲੈਂਟਿਫਸ ਵੱਲੋਂ ਜੜ ਕੇ ਜਿਹੜੀ ਡਿਫੈਂਸ ਸੀਗੀ ਇਹਨਾਂ ਨੇ 92 ਐਗਜ਼ਿਬਿਟ ਦਿੱਤੀਆਂ ਮਤਲਬ ਇੰਨਾ ਵੱਡਾ ਚੌੜਾ ਕੇਸ ਸੀਗਾ ਇੰਨੀਆਂ ਜ਼ਿਆਦਾ ਫੋਟੋਆਂ ਡਿਟੇਲਸ ਡਾਇਗ੍ਰਾਮਸ ਜਿਹੜੀਆਂ ਅਸੀਂ ਇਹਦੇ ਵਿੱਚ ਕੀਤੀਆਂ ਗਈਆਂ ਜਿਹੜੇ ਡਾਕਟਰ ਮੁਹੰਮਦ ਆਲਮ ਸਗੇ ਜਿਹੜੇ ਪਲੈਂਟਿਫ ਦਾ ਕੇਸ ਆਰਗਿਊ ਕਰ ਰਹੇ ਸੀ ਉਹਨਾਂ ਨੇ ਪੂਰੇ 6 ਦਿਨ ਇਹਦੇ ਉੱਤੇ ਆਰਗਿਊ ਕੀਤਾ ਜੜ ਕਿ ਜਿਹੜੀ ਡਿਫੈਂਸ ਸੀਗੀ ਉਹਨਾਂ ਨੇ 4 ਦਿਨ ਇਹ ਤੇ ਆਰਗਿਊ ਕੀਤਾ ਆਪਣਾ ਡਾਕਟਰ ਆਲਮ ਦੀ ਰਿਪਲਾਈ ਸੀ ਜਿਹੜੀ ਟੂ ਅਨਦਰ ਟੂ ਮੋਰ ਡੇਸ ਮੁਰਕੇ ਜਿਹੜੀ ਜਜਮੈਂਟ ਹੋਈ ਹੈ ਫਾਈਨਲ ਉਸ ਜਜ ਨੇ ਕੀ ਕਿਹਾ ਉਹ ਆਪਣੇ ਲਈ ਸਭ ਲਈ ਬੜਾ ਇੰਪੋਰਟੈਂਟ ਹੈ ਸੁਣਨਾ ਉਹ ਕਹਿੰਦੇ ਵੀ ਦ ਮਸਕ ਸ਼ਹੀਦਗਾਂ ਜਿਸ ਜੂਰੀਸਟਿਕਲ ਪਰਸਨ ਕੈਪेबल ਆਫ ਸੂਇੰਗ ਥਰੂ ਮੁਹੰਮਦ ਮੋਲਾਨਾ ਅਹਿਮਦ ਜਿਹੜਾ ਕਿ ਮੁਤਵੱਲੀ ਹੈਗਾ ਵਜ਼ੀਰ ਖਾਨ ਮਸਕ ਦਾ ਇਸ ਵੇਲੇ ਜਿਹੜਾ ਸੀ ਉਹ ਹੈਗਾ ਇਹ ਸੂਟ ਫॉर ਅ ਡਿਕਲਰੇਸ਼ਨ ਡਸ ਲਾਈ ਬਟ ਦ ਸੂਟ ਇਜ਼ ਬੈਡ ਕਿਉਂਕਿ ਇਹਦੀ ਜਿਹੜੀ ਸੂਟ ਦੀ ਹੈਗੀ ਆ ਕਿਉਂਕਿ ਉਹ ਕਹਿੰਦੇ ਵੀ ਜੇ ਇਹ ਕਹਿੰਦੇ ਵੀ ਇਹ ਮਸਕ ਸੀਗੀ ਪ੍ਰੇਅਰ ਦੇ ਲਈ 1722 ਚ ਯੂਜ਼ ਕੀਤੀ ਜਾਂਦੀ ਸੀ ਹਮਮ ਪਰ ਇਹ ਐਜ਼ ਅ ਮੁਸਲਿਮ ਪਲੇਸ 1762 ਤੋਂ ਯੂਜ਼ ਨਹੀਂ ਕੀਤਾ ਗਿਆ ਕਿਉਂਕਿ ਸਿੱਖਾਂ ਦੇ ਕੰਟਰੋਲ ਚ ਆ ਗਿਆ ਸੀ 1762 ਚ ਹਮ ਸੋ ਦਾ ਪਲੈਂਟਿਫ ਸੂਟ ਇਜ਼ ਨਾਟ ਵਿਦਨ ਦਾ ਟਾਈਮ ਲਿਮਿਟੇਸ਼ਨ ਇਹ ਜਿਹੜੀ ਲਿਮਿਟੇਸ਼ਨ ਇੱਕ ਟਾਈਮ ਦਾ ਸਟੈਚੂ ਹੈਗਾ ਉਹਦੇ ਵਿੱਚ ਨਹੀਂ ਆਉਂਦਾ ਸੋ ਜੇ ਆਪਾਂ ਇਸ ਚੱਕਰ ਚ ਨਾ ਵੀ ਪਈਏ ਵੀ ਇਹ ਮਸਜਿਦ ਸਿੱਖ ਨਹੀਂ ਸੀ ਹੁਣ ਵੈਸੇ ਵੀ 1762 ਤੋਂ ਜਿਹੜੀ ਇਹ ਚੀਜ਼ ਸਿੱਖਾਂ ਦੇ ਕੰਟਰੋਲ ਚ ਹੈਗੀ ਆ ਉਹ ਲਿਮਿਟੇਸ਼ਨ ਚ ਨਹੀਂ ਹੈਗੀ ਸੋ ਕਹੇ ਕਿ ਮਤਲਬ ਉਹ ਇਸ ਇਹਨਾਂ ਨੇ ਵੀ ਜਿਹੜਾ ਸੀ ਇਹ ਕੇਸ ਸਿੱਖਾਂ ਦੇ ਹੱਥ ਕਿਚ ਕਰਤਾ ਗੁਰਦੁਆਰਾ ਸ਼ਹੀਦਗੰਜ ਮਸੀਤ ਵਾਲਾ ਪਰ ਨਾਲ ਹੀ ਇਹਦੇ ਕੀ ਹੋਇਆ ਇਹਨੂੰ ਕਹਿੰਦੇ ਆ ਆਫ ਸ਼ੂਟ ਸੇਮ ਜਿਹੜਾ ਕੇਸ ਸੀ ਇਹਦੇ ਨਾਲ ਹੀ ਇੱਕ ਜਿਹੜੀ ਸੀ ਉਹ ਆਫ ਸ਼ੂਟ ਚੱਲੀ ਪੀਰ ਕਾਕੂਸ਼ਾ ਟੌਮਬ ਅਪੀਲ ਵੀ ਨਾਲ ਕੀਤੀ ਹੋਈ ਸੀ ਮੁਸਲਮਾਨਸ ਨੇ ਹੂੰ ਹੂੰ ਉਹਦੀ ਜਿਹੜੀ ਜੱਜਮੈਂਟ ਵੀ ਆਈ ਜਿਹੜੀ ਹੁਣ ਇਸ ਕੇਸ ਦੇ ਨਾਲ ਜੁੜਦੀ ਹੈ ਹੁਣ ਸਾਰਿਆਂ ਨੂੰ ਤੁਹਾਡੇ ਧਿਆਨ ਨਾਲ ਸੁਣਨ ਦੀ ਲੋੜ ਹੈ ਜਿਹੜਾ ਪਾਕਿਸਤਾਨ ਚ ਇਸ ਵੇਲੇ ਕਾਲ ਪ੍ਰਸੰਦ ਰੌਲਾ ਪੈ ਰਿਹਾ ਪਾਈ ਤਾਰੂ ਸਿੰਘ ਸ਼ਹੀਦਗੰਜ ਦਾ ਉਸ ਕੇਸ ਦਾ ਫੈਸਲਾ ਵੀ 25 ਮਈ 1936 ਨੂੰ ਹੋਇਆ ਜਿਹੜੀ ਕਿ ਇੱਕ ਆਫਸ਼ੂਟ ਸੀਗੀ 메ਨ ਮਸਜਿਦ ਦੇ ਚੱਕਰ ਵਾਲੇ ਦੀ ਹੂੰ 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 ਇਹਦੇ ਵਿੱਚ ਕੀ ਹੋਇਆ ਸੀ ਕਿਉਂਕਿ ਜਦੋਂ ਐਸਜੀਪੀਸੀ ਨੇ ਲਾਏ ਤੇ ਮਤਲਬ ਉਹ ਜਿਹੜੀ ਉੱਥੇ ਵੀ ਇਹਨਾਂ ਨੇ ਆਪਣੀ ਕੰਸਟਰਕਸ਼ਨ ਵਗੈਰਾ ਕੀਤੀ ਤੇ ਜਿਹੜੇ ਕਈ ਸਿੱਖ ਸੀਗੇ ਉਹਨਾਂ ਨੂੰ ਲੋਅਰ ਕੋਰਟ ਨੇ ਜਿਹੜੀ ਸੀ ਸਜ਼ਾ ਦਿੱਤੀ ਸੀ ਸੋ ਇਹ ਜਿਹੜਾ ਫਾਈਨਲ ਫੈਸਲਾ ਹੋਇਆ ਉਸ ਜਿਹੜੀ ਸੀ ਉਹ ਸਜ਼ਾ ਵੀ ਕੈਨਸਲ ਕਰ ਦਿੱਤੀ ਗਈ ਜਿਹਦੇ ਮੈਂ ਤੁਹਾਨੂੰ ਡਿਟੇਲ ਦੱਸਦਾ ਵੀ ਜਿਹੜੇ 11 ਸਿੱਖ ਸੀਗੇ ਉਸ ਵੇਲੇ ਜਿਨ੍ਹਾਂ ਚੋਂ ਨਾਮ ਆਉਂਦਾ ਜਥੇਦਾ ਤਾਰਾ ਸਿੰਘ ਤੇ ਕੁਲਦੀਪ ਸਿੰਘ ਹੋ ਸਕੇ ਪ੍ਰੈਜ਼ੀਡੈਂਟ ਤੇ ਸੈਕਟਰੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੂੰ 6 ਤੋਂ 15 ਮਹੀਨੇ ਤੱਕ ਦੀ ਜਿਹੜੀ ਸੀਗੀ ਰਿਸਪੈਕਟਿਵਲੀ ਇੰਪ੍ਰਿਜ਼ਨਮੈਂਟ ਦੇ ਚਾਰਜ ਹੋਏ ਸਗੇ ਕਿਉਂਕਿ ਉਹਨਾਂ ਨੇ ਟੋਮਬ ਆਫ ਪੀਰ ਕਾਕੂ शाह ਦੇ ਉੱਤੇ ਜਿਹੜਾ ਸੀ ਉਹਨਾਂ ਦੇ ਉੱਤੇ ਇਹ ਅਲਿਗੇਸ਼ਨ ਸੀ ਉਹਨਾਂ ਨੇ ਉੱਤੇ ਕਬਜ਼ਾ ਕੀਤਾ ਜਿਹੜਾ ਕਿ ਮਤਲਬ ਹੁਣ ਇਹ ਗੱਲ ਹੋ ਰਹੀ ਹੈ ਭਾਈ ਤਾਰੂ ਸਿੰਘ ਸ਼ਹੀਦਗੰਜ ਵਾਲੇ ਦੀ ਪਰ ਜਿਹੜਾ ਇਹ ਅਪਰ ਕੋਰਟ ਸੀਗਾ ਉਹਨੇ ਇਹਨਾਂ ਦੀ ਤਾਰੂ ਸਿੰਘ ਜਥੇਦਾਰ ਤਾਰਾ ਸਿੰਘ ਤੇ ਕੁਲਦੀਪ ਸਿੰਘ ਦੇ ਉੱਤੇ ਜਿਹੜੀ ਇਹ سزا ਲਾਈ ਗਈ ਸੀ ਇਹ ਸਜ਼ਾ ਨੂੰ ਜਿਹੜਾ ਸੀ ਉਹ ਕੈਨਸਲ ਕਰਤਾ ਦੇ ਸੈਟ ਵੀ ਇਹ ਜਿਹੜੀ ਲੈਂਡ ਆ ਇਹ ਟੋਟਲ ਸਿੱਖਾਂ ਦੀ ਲੈਂਡ ਹੈਗੀ ਆ ਵੀ ਇਹ ਜੋ ਵੀ ਚਾਹਣ ਉਹਦੇ ਉੱਤੇ ਕਰ ਸਕਦੇ ਆ ਤੇ ਨਾਲ ਉਹਨਾਂ ਨੇ ਇਹਦੇ ਵਿੱਚ ਇਹ ਵੀ ਮੈਂ ਦੱਸਦਾ ਹਾਂ ਵੀ ਜਿਹੜੇ ਤਾਰਾ ਸਿੰਘ ਸੀ ਉਹ ਕਹਿੰਦੇ ਸੀ ਵੀ ਇਹ ਜਿਹੜੀ ਜਗ੍ਹਾ ਹੈਗੀ ਆ ਜਿਹਦੇ ਉੱਤੇ ਹੁਣ ਗੁਰਦੁਆਰਾ ਹੈ ਭਾਈ ਤਾਰੂ ਸਿੰਘ ਇਹ ਥੜਾ ਆ ਇਹ ਸਿੱਖਾਂ ਦਾ ਥੜਾ ਆ ਜਿੱਥੇ ਕੀ ਇਹ ਬਣਾਇਆ ਗਿਆ ਤੇ ਜਦਕਿ ਉਹ ਜਿਹੜੇ ਪੀਰ ਕਾਕੂ샤 ਵਲੇ ਸਗੇ ਉਹ ਮਤਲਬ ਜੱਜ ਨੇ ਇਹ ਵੀ ਲਿਖਿਆ ਮੈਂ ਤੁਹਾਨੂੰ ਇਹ ਥੋੜੇ ਦੱਸ ਦਵਾਂ ਆਪਣੀ ਜੱਜਮੈਂਟ ਚ ਜੱਜ ਨੇ ਲਿਖਿਆ My judgment on judge judge Okay, it is difficult in the face of all this evidence to accept the oral evidence given now almost for the first time during a period of acute tension that the place in question is a burial place of Saint Pir Kakusha. Hmm. I hold this is I hold that there is a considerable doubt as to who, if anyone, was buried at this place. ਮਤਲਬ ਜੱਜ ਨੇ ਕਿਹਾ ਕਿ ਮੈਨੂੰ ਤਾਂ ਇਹ ਵੀ ਸ਼ੱਕ ਆ ਕਿ ਇਹ ਪੀਰ ਕਾਕੂਸ਼ਾ ਦੀ ਬਰੀਲ ਦੀ ਜਗ੍ਹਾ ਹੈ ਵੀ ਹੈ ਕਿ ਨਹੀਂ ਹੈ ਹੂੰ ਤੈਨੂੰ ਉਹ ਕਹਿੰਦਾ ਇਟ ਇਸ ਨੋਟ ਇੰਪੋਸੀਬਲ ਥੈਟ ਅ ਸਾਈਟ ਇਜ਼ ਵਾਸ ਅ ਟੰਬ ਬਟ ਇਜ਼ ਨੋਟ ਇਨਫੋਰ ਦਾ ਪਰਪਸ ਟੂ ਹੋਲਡ ਥੈਟ ਦਾ ਸਾਈਟ ਇਨ ਕੁਐਸਚਨ ਮੇ ਹੈਵ ਬੀਨ ਅ ਟੰਬ ਵੀ ਠੀਕ ਹੈ ਉਹ ਕਹਿੰਦਾ ਹੋ ਸਕਦੀ ਹੈ ਪਰ ਤੁਹਾਡੇ ਕੋਲ ਇਨਫ ਜਿਹੜਾ ਸੀਗਾ ਉਹਦੇ ਲਈ ਸਬੂਤ ਨਹੀਂ ਹੈਗੇ ਮਤਲਬ ਮੈਂ ਇਸ ਚੀਜ਼ ਜਿਹੜਾ ਹੈਗਾ ਉਹਨੂੰ ਮੰਨਦਾ ਨਹੀਂ ਹੂੰ ਟੂ ਸਸਟੇਨ ਅ ਕਨਵਿਕਸ਼ਨ ਅੰਡਰ ਸੈਕਸ਼ਨ 297 ਆਈਪੀਐਸ ਪੀ ਉਹਨਾਂ ਨੇ ਬਰੀਲ ਪਲੇਸ ਦੇ ਵਿੱਚੋਂ ਟ੍ਰੈਸਪਾਸ ਕੀਤਾ ਉਹ ਜਿਹੜੀ ਹੈਗੀ ਆ ਉਹ ਲੱਗਦੀ ਨਹੀਂ ਐ ਸੋ ਆਈ ਕੰਸੀਡਰ ਪੀ ਜਿਹੜਾ ਐਵੀਡੈਂਸ ਇਹ ਪੀਰ ਕਾਕੂਸ਼ਾ ਵਾਲੇ ਕਹਿ ਰਹੇ ਆ ਇਟ ਇਜ਼ ਟੂ ਇਨਡਟਰਮਿਨਟ ਟੂ ਇਨੇਬਲ ਟੂ ਰੀਚ ਐਨੀ ਡੈਫੀਨਿਟ ਫਾਈਂਡਿੰਗਸ ਸੋ ਇਹਦੇ ਵਿੱਚ ਉਹਨੇ ਕਿਹਾ ਪੀ ਉਹ ਜਿਹੜਾ ਤਾਰਾ ਸਿੰਘ ਨੇ ਉਸ ਜਗ੍ਹਾ ਦੇ ਉੱਤੇ ਸਿੱਖ ਜਿਹੜਾ ਹੈਗਾ ਉਹਨਾਂ ਦਾ ਆਪਣਾ ਕਬਜ਼ਾ ਜਤਾ ਰਹੇ ਆ ਉਹ ਜਿਹੜਾ ਕਹਿ ਰਹੇ ਪੀ ਇਹ ਸਿੱਖਾਂ ਦਾ ਥੜਾ ਸਗਾ ਪੀ ਉਹਦੇ ਵਿੱਚ ਮੈਂ ਜਿਹੜਾ ਇਹ ਮਤਲਬ ਉਹਨਾਂ ਦੇ ਫੱਕ ਦੇ ਵਿੱਚ ਜਿਹੜਾ ਹੈਗਾ ਉਹ ਉਹ ਫੈਸਲਾ ਦੇਣਾ ਸੋ ਜਿਹੜੇ ਦੋ ਮੁਸਲਮ ਨੇ ਓਨਰਸ਼ਿਪ ਇਹ ਪੀਰ ਕਾਕੂ ਜਗ੍ਹਾ ਦੇ ਲਈ ਜਿਹੜਾ ਸੀ ਆਪਣੀ ਕੋਸ਼ਿਸ਼ ਕੀਤੀ ਸੀਗੀ ਉਹ ਜਿਹੜੀ ਉਹ ਕੋਸ਼ਿਸ਼ ਸੀਗੀ ਉਹ ਕੈਨਸਲ ਕਰ ਦਿੱਤੀ ਐਂਡ ਦੈਨ ਇਟ ਸੇਜ਼ ਦ ਜਜ ਫਰਦਰ ਰੈਫਰਡ ਦ ਡਿਸੀਜਨ ਆਫ ਦ ਗੁਰਦੁਆਰਾ ਟ੍ਰਿਬਿਊਨਲ ਜਿਹਦੇ ਵਿੱਚ ਵੀ ਕਿ ਟੂ ਮੁਸਲਿਮਸ ਦੀ ਫੋਰ ਓਨਰਸ਼ਿਪ ਆਫ ਟੌਮ ਐਂਡ ਕਮੈਂਟਡ ਦੈਟ ਦ ਕਮੇਟੀ ਆਫ ਮੈਨੇਜਮੈਂਟ ਆਫ ਦ ਗੁਰਦੁਆਰਾ ਇਨ ਥਿਸ ਸਰਕਮਸਟੈਂਸਿਸ ਮਾਈਟ ਰੀਜ਼ਨੇਬਲੀ ਪ੍ਰੀਜ਼ੂਮ ਦੇ ਵਰ ਐਨਟਾਈਟਲਡ ਟੂ ਡੀਲ ਐਜ਼ ਇਫ ਦੇ ਵਰ ਡੀਲਿੰਗ ਵਿਦ देयर ਓਨ ਪ੍ਰੋਪਰਟੀ ਸੋ ਦ ਜਜ ਹੈਲਡ ਧੇਰਫੋਰ ਧੈਟ ਦ ਨੋਲੇਜ ਐਂਡ ਇੰਟੈਂਸ਼ਨ ਰਿਕੁਆਇਰਡ ਅੰਡਰ ਸੈਕਸ਼ਨ 297 ਆਪੀਸੀ ਕੈਨ ਨਾਟ ਬੀ ਪ੍ਰੀਜ਼ੂਮਡ ਇਨ ਦਾ ਪ੍ਰੈਜ਼ੈਂਟ ਕੇਸ ਸੋ ਜਿਹੜੇ ਸੀ ਅਪੀਲ ਐਕਸੈਪਟ ਕਰਦੇ ਉਹਨਾਂ ਨੇ ਜਿਹੜੇ ਅਪੀਲੈਂਟ ਸੀਗੇ ਉਹਨਾਂ ਨੂੰ ਐਕਿਊਟ ਕਰ ਦਿੱਤਾ ਇਹ ਹੁਣ ਜਿਹੜੀ ਰਿਪੋਰਟ ਹੈਗੀ ਹੈ ਇੰਡੀਅਨ ਐਨੂਅਲ ਰਜਿਸਟਰ 1936 ਦੇ ਵੋਲਯੂਮ 1 ਦੇ ਵਿੱਚੋਂ ਮੈਂ ਤੁਹਾਨੂੰ ਜਿਹੜੀ ਹੈਗੀ ਹੈ ਇਹ ਦੱਸੀ ਹੈ ਸੋ ਇਹ ਦੋਨੋਂ ਕੇਸ ਨਾਲ ਨਾਲ ਕਹਿ ਲਓ ਵੀ ਜੁੜੇ ਹੋਏ ਸੀਗੇ ਇਸ ਕਰਕੇ ਇਹ ਜ਼ਰੂਰੀ ਸੀ ਆਪਣੇ ਲਈ ਪਹਿਲਾਂ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਅੰਦਰ ਜਿਹੜੀ ਮੇਨ ਮਸਜਿਦ ਦਾ ਰੌਲਾ ਸੀ ਜੀ ਜੀ ਉਹ ਕਿਵੇਂ ਕਲੀਅਰ ਹੋਇਆ ਸੁਲਝਿਆ ਉਹਦਾ ਕਿਵੇਂ ਸਿੱਖਾਂ ਦੇ ਹੱਕ 'ਚ ਫੈ ਤੇ ਨਾਲ ਲੱਗਦਾ ਹੀ ਉਸ ਕੇਸ ਦੇ ਇਹ ਪੀਰ ਕਾਕੂ ਸ਼ਾਹ ਦਾ ਜਿਹੜਾ ਦਰਬਾਰ ਹੈਗਾ ਹੂੰ ਹੂੰ ਜਿਹਦੇ ਬਾਰੇ ਹੁਣ ਰਿਪੋਰਟ ਹੈਗੀ ਆ ਉਹਦਾ ਫੈਸਲਾ ਵੀ ਸਿੱਖਾਂ ਦੇ ਜਿਹੜਾ ਹੱਕ ਦੇ ਵਿੱਚ ਕੀਤਾ ਗਿਆ ਸੀ ਔਰ ਇਹਦੇ ਲਈ ਬਹੁਤ ਲੰਬੀ ਘਾਲਣਾ 10 ਸਾਲ ਦੇ ਕਰੀਬ ਐਸਜੀਪੀਸੀ ਨੇ ਜੇਲ੍ਹਾਂ ਭਰ ਕੇ ਜੇਲ੍ਹਾਂ ਕਰਕੇ ਮਤਲਬ ਇਹ ਬਹੁਤ ਮੁਸ਼ਕਿਲ ਦੇ ਨਾਲ ਇਹ ਸੀ ਜਿਹੜਾ ਔਰ ਲੋਕਲ ਫਿਰ ਮੁਸਲਮਾਨਾਂ ਨੂੰ ਵੀ ਇਹ ਚੀਜ਼ ਨੂੰ ਜਿਹੜਾ ਸੀ ਜਚਾਇਆ ਗਿਆ ਸੀ ਔਰ ਮੁੜ ਕੇ ਅਮਨ-ਅਮਾਨ ਦੇ ਨਾਲ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਿੱਖਾਂ ਦੇ ਹੱਕ ਵਿੱਚ ਆ ਗਈਆਂ ਸੀ ਹੁਣ 47 ਤੋਂ ਬਾਅਦ ਜਿਹੜੇ ਪੀਰ ਕਾਕੂਸ਼ਾ ਦਰਬਾਰ ਦੀ ਜਗ੍ਹਾ ਹੈਗੀ ਆ ਉਹ ਫੰਕਸ਼ਨਲ ਮਤਲਬ ਥੋੜੀ ਬੋਲੀ ਚੱਲ ਰਹੀ ਹੈ ਐਂਟਰੈਂਸ ਸੇਮ ਹੈਗੀ ਆ ਔਰ ਪਰ ਆਪਾਂ ਤਾਂ ਹੀ ਦੋਹਿਤ ਦੋਈ ਤਰ੍ਹਾਂ ਨੂੰ ਜਿਹੜੀ ਇਹ ਸਲਾਹ ਪਿਆਮਾ ਨਮਾਨ ਦੇ ਨਾਲ ਜਿਹੜਾ ਹੈਗਾ ਇਹਦਾ ਫੈਸਲਾ ਕਰਨ ਲੱਗੇ ਆ ਇਹ ਪੁਰਾਣੇ ਜਿਹੜੇ ਸਬੂਤ ਇੰਨੇ ਮੈਂ ਕੱਢ ਕੇ ਦਿੱਤੇ ਆ ਇਹਨੇ ਦੱਸਿਆ ਇਹਨਾਂ ਨੂੰ ਜਰੂਰ ਸਾਹਮਣੇ ਰੱਖਿਆ ਜਾਵੇ ਕਿਉਂਕਿ ਇਹਦੇ ਲਈ ਬਹੁਤ ਲੰਬੀ ਕਾਨੂੰਨੀ ਸਟਰਗਲ ਐਸਜੀਪੀਸੀ ਨੇ ਕੀਤੀ ਹੋਈ ਆ ਪ੍ਰੂਫ ਕਰਨ ਲਈ ਬਾਰ-ਬਾਰ ਕਿ ਕਿਵੇਂ ਸਿੱਖਾਂ ਦਾ ਇਸ ਜਗ੍ਹਾ ਦੇ ਉੱਪਰ ਜਿਹੜਾ ਹੱਕ ਹੈਗਾ ਹੂੰ ਜੀ ਜੀ ਬਿਲਕੁਲ ਸੋ ਇਸ ਟਾਈਮ ਕਾਫੀ ਜਿਹੜਾ ਮਸਲਾ ਆ ਉਹ ਉਲਝ ਸਕਦਾ ਹੈ ਪਰ ਹੋਪਫੁਲੀ ਆਪਾਂ ਉਮੀਦ ਜਿਹੜੀ ਉਹ ਕਰਦੇ ਆ ਵੀ ਇਹ ਮਸਲਾ ਜਿਹੜਾ ਆ ਉਹ ਉਲਝੇ ਨਾ ਤੇ ਸਮੇਂ ਸਿਰ ਜਿਹੜਾ ਆ ਉਹ ਇਸ ਦਾ ਹੱਲ ਹੋਵੇ ਤੇ ਜਿਹੜਾ ਸੁਹੇਲ ਬਰਟ ਆਪਣੇ ਵੱਲੋਂ ਹੀ ਜਿਹੜਾ ਦਾਵਾ ਕਰ ਰਿਹਾ ਕਿਉਂਕਿ ਇਦਾਂ ਦੇ ਜਿੱਦਾਂ ਜਿੱਦਾਂ ਤੁਸੀਂ ਦੱਸਿਆ ਆ ਵੀ ਇਤਿਹਾਸ ਦੇ ਵਿੱਚ ਵੀ ਇਦਾਂ ਦੇ ਜਿਹੜੇ ਦਾਵੇ ਆ ਉਹ ਠੋਕੇ ਗਏ ਆਖੇ ਗਏ ਪਰ ਅਦਾਲਤਾਂ ਦੇ ਵਿੱਚ ਜਿਹੜੇ ਪੁਰਾਣੇ ਸਬੂਤਾਂ ਨੂੰ ਦੇਖਦੇ ਹੋਏ ਆ ਜੋ ਵੀ ਆਰਗੂਮੈਂਟ ਸੀਗੇ ਇੰਨੇ-ਇੰਨੇ ਜਿਹੜੇ ਗਵਾਹ ਪੇਸ਼ ਹੁੰਦੇ ਰਹੇ ਆ ਉਹਨਾਂ ਦੇ ਫਿਰ ਮੱਦੇਨਜ਼ਰ ਇਸ ਹੱਕ ਦੇ ਵਿੱਚ ਫੈਸਲਾ ਉਹ ਆਇਆ ਆ ਇਸ ਟਾਈਮ ਜੇ ਦੇਖਿਆ ਜਾਵੇ ਡਾਕਟਰ ਪੰਨੂ ਵੀ ਜਿਹੜੇ ਇਮਰਾਨ ਖਾਨ ਆ ਉਹ ਮਿੱਤਰ ਹੈਗੇ ਨੇ ਆਪਾਂ ਕਹਿੰਦੇ ਆ ਵੀ ਆਪਣੀ ਕੌਮ ਦੇ ਜਿਹੜੇ ਉਹ ਮਿੱਤਰ ਹੈਗੇ ਆ ਤੇ ਜੇ ਮਸਲਾ ਤਾਂ ਤੱਕ ਪਹੁੰਚਣ ਦੀ ਜੇ ਵੈਸੇ ਤਾਂ ਪਹੁੰਚਣਾ ਨਹੀਂ ਚਾਹੀਦਾ ਪਹਿਲਾਂ ਹੀ ਜਿਹੜਾ ਉਹ ਨਜਿੱਠ ਲਿਆ ਜਾਣਾ ਚਾਹੀਦਾ ਆ ਪਰ ਜੇ ਪਹੁੰਚਦਾ ਆ ਤੇ ਆਈ ਥਿੰਕ ਆਪਣੇ ਜਿਹੜੇ ਸੇਖਾ ਉਹਨਾਂ ਨੂੰ ਇਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਕੱਢ ਕੇ ਜਿਹੜੀਆਂ ਉਹ ਰੱਖਣੀਆਂ ਚਾਹੀਦੀਆਂ ਆ ਤਾਂ ਜੋ ਆਪਣਾ ਜਿਹੜਾ ਇਹ ਦਾਵਾ ਹੈਗਾ ਅਸਲ ਦੇ ਵਿੱਚ ਉਹ ਠੀਕ ਸਾਬਤ ਹੋ ਸਕੇ ਕਿਉਂਕਿ ਆਪਾਂ ਹਰ ਟਾਈਮ ਜਦੋਂ ਵੀ ਅਰਦਾਸ ਕਰਦੇ ਆ ਆਪਾਂ ਇਹਨਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦੇ ਆ ਉਹਨਾਂ ਮਾਵਾਂ ਨੂੰ ਜਿਹੜਾ ਆ ਉਹ ਯਾਦ ਕਰਦੇ ਆ ਸ਼ਹੀਦਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਨੇ ਖੋਪੜੀਆਂ ਲਹਾਈਆਂ ਉਹਨਾਂ ਨੂੰ ਯਾਦ ਕਰਦੇ ਆ ਕਿਦਾਂ ਤਸੀਹੇ ਦਿੰਦੇ ਰਹੇ ਇਸ ਥਾਂ ਦੇ ਉੱਤੇ ਉਹਨਾਂ ਨੂੰ ਆਪਾਂ ਜਿਹੜਾ ਉਹ ਯਾਦ ਕਰਦੇ ਹਾਂ ਸੋ ਇਹ ਬੜਾ ਅਹਿਮ ਮਸਲਾ ਹੈਗਾ ਤੇ ਧੰਨਵਾਦ ਆ ਵੀ ਤੁਸੀਂ ਇਸ ਦਾ ਬੜੇ ਹੀ ਵਿਸਥਾਰ ਪੂਰਵਕ ਜਿਹੜਾ ਅਦਾਲਤਾਂ ਦੇ ਦਸਤਾਵੇਜ਼ਾਂ ਦੇ ਹਵਾਲਿਆਂ ਦੇ ਨਾਲ ਇਹ ਜ਼ਿਕਰ ਜਿਹੜਾ ਉਹ ਤੁਸੀਂ ਕੀਤਾ ਆ ਇਹ ਦੱਸਿਆ ਆ ਵੀ ਇਥੇ ਕੀ ਕੁਝ ਪਹਿਲਾਂ ਕੇਸ ਹੁੰਦੇ ਰਹੇ ਕੀ ਉਹਨਾਂ ਦੇ ਜਿਹੜੇ ਉਹ ਫੈਸਲੇ ਆਏ ਆ ਸੋ ਹੋਪਫੁਲੀ ਜਿਹੜੇ ਪ੍ਰੈਸੀਡੈਂਟ ਆ ਉਹ ਉਸ ਨੂੰ ਯੂਜ਼ ਕਰਦੇ ਹੋਏ ਉਹਨਾਂ ਨੂੰ ਵਰਤਦੇ ਹੋਏ ਇਹ ਅੱਜ ਦੇ ਮਾਮਲੇ ਨੂੰ ਵੀ ਜਿਹੜਾ ਜਲਦੀ ਸੁਲਝਾਇਆ ਜਾ ਸਕੇ ਜੀ ਵੀਰ ਜੀ ਮੈਂ ਤਾਂ ਇਹੀ ਕਹਣਾ ਚਾਹੂੰਗਾ ਹੁਣ ਕੱਲ ਪਰਸਾਂ ਤੇ ਮੈਨੂੰ ਵੀ ਮੇਰੇ ਦੋਸਤਾਂ ਦੇ ਫੋਨਸ ਤੇ ਹੜ ਆਏ ਹੋਏ ਆ ਭਾਈ ਆ ਦੇਖ ਪਾਕਿਸਤਾਨ ਚ ਕੀ ਹੋ ਗਿਆ ਕਿੱਦਾਂ ਹੋ ਗਿਆ ਪਹਿਲੀ ਗੱਲ ਤਾਂ ਹੈਗੀ ਵੀ ਸਾਰੇ ਪਾਕਿਸਤਾਨ ਦਾ ਇੱਥੇ ਕਸੂਰ ਨਹੀਂ ਹੁੰਦਾ ਹੂੰ ਹੂੰ ਦੂਜੀ ਗੱਲ ਇਹ ਆ ਵੀ ਮੈਨੂੰ ਤੁਹਾਡੇ ਤੇ ਵੀ ਥੋੜਾ ਅਗਲਾ ਹੈਗਾ ਕਿ ਮੈਂ ਜਾਂ ਸਾਡੀ ਟੀਮ ਨੇ ਅਸੀਂ 10 12 ਸਾਲਾਂ ਦੀ ਮਿਹਨਤ ਨਾਲ ਇੰਨਾ ਕੁਝ ਡਾਟਾ ਲਿਖ ਕੇ ਆਪਣੀ ਕਿਤਾਬ ਦੇ ਵਿੱਚ ਪਾਇਆ ਇਹ ਸਾਰੀਆਂ ਕਾਨੂੰਨ ਰਿਪੋਰਟਾਂ ਦੀਆਂ origignal sources ਤੱਕ ਵੀ ਦੱਸੇ ਵੀ ਕਿੱਥੋਂ ਇਹ ਕਿਤਾਬਾਂ ਪਈਆਂ ਕਾਨੂੰਨ ਦੀ ਰਿਪੋਰਟ ਕੀ ਹੈਗੀ ਆ ਤੁਸੀਂ ਜਦੋਂ ਉਹ ਪੜ ਕੇ ਅੱਗੇ ਦੇ ਅੱਗੇ ਪਚਾਉਣਾ ਨਹੀਂ ਆ ਫਿਰ ਇਦਾਂ ਦੇ ਕੰਮ ਹੀ ਹੋਣੇ ਆ ਮਤਲਬ ਜਿਹੜੀ ਸਾਡੀ ਜਿਹੜੀ ਮਿਹਨਤ ਹੈਗੀ ਆ ਉਹ ਤਾਂ ਹੀ ਸਕਾਰ ਹੁੰਦੀ ਆ ਵੀ ਜੇ ਤੁਸੀਂ ਇਸ ਕਿਤਾਬ ਨੂੰ ਹਰ ਆਪਣੇ ਪਾਕਿਸਤਾਨੀ ਭਰਾ ਨੂੰ ਵੀ ਦਵੋ ਉੱਥੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਵੀ ਵੰਡੋ ਆਪਣੀ ਯੂਨੀਵਰਸਿਟੀ ਵਿੱਚ ਦੱਸੋ ਹੁਣ ਜਿਨੇ ਵੀ ਇਹ ਇਦਾਂ ਅਲਫਾਜ਼ ਬੋਲੇ ਆ ਜੇ ਉਹਨੂੰ ਆਹ ਆਪਣਾ ਜਿਹੜਾ ਟਾਕਸੋ ਹੀ ਪਹੁੰਚਵੇ ਉਹਨੂੰ ਪਤਾ ਲੱਗੇ ਵੀ ਇਦਾਂ ਇਦਾਂ ਕੇਸ ਰਿਪੋਰਟ ਸੀ ਇਸ ਜੱਜ ਦੇ ਕੋਲ ਇੰਨੀ ਤਰੀਕ ਦੀ ਆਹ ਰਿਪੋਰਟ ਪਈ ਹੈ ਉਹ ਬੰਦਾ ਆਪ ਵੀ ਜਾ ਕੇ ਉਹ ਕੇਸ ਰਿਪੋਰਟ ਪੜ੍ਹੇ ਤਾਂ ਜਿਹੜੇ ਹੈਗੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਂਦੇ ਇਹ ਤੇ ਆਲਰੇਡੀ ਲੋਕੀ 100 ਸਾਲ ਪਹਿਲਾਂ ਫਾਈਟ ਕਰ ਚੁੱਕੇ ਔਰ ਜਿਹੜਾ ਫੈਸਲਾ ਜਿਹੜਾ ਹੋ ਚੁੱਕਾ ਆ ਉਹ ਦੁਬਾਰਾ ਜਿਹੜੇ ਹੈਗੇ ਆ ਕਹ ਲਓ ਭਈ ਦੱਬੇ ਮੁਰਦੇ ਉਖਾੜਨ ਦਾ ਜਿਹੜਾ ਹੁਣ ਫਾਇਦਾ ਨਹੀਂ ਹੈਗਾ ਭਈ ਆਲਰੇਡੀ ਜਿਹੜਾ ਫੈਸਲਾ ਹੈ ਹੱਕ ਚ ਹੋ ਚੁੱਕਾ ਪਰ ਇਹ ਆਪਾਂ ਸਾਰਿਆਂ ਨੂੰ ਮਿਲ ਕੇ ਹੀ ਕਰਨਾ ਪੈਣਾ ਹੈ ਮਤਲਬ ਮੈਂ ਆਪਣਾ ਰੋਲ ਅਦਾ ਕਰ ਰਿਹਾ ਪੁਰਾਣੀਆਂ ਕਿਤਾਬਾਂ ਚ ਲੱਭ ਕੇ ਡੇਟਾ ਇਕੱਠਾ ਕਰਕੇ ਕਿਤਾਬ ਚ ਲਿਖ ਦਿੱਤਾ ਤੁਸੀਂ ਆਪਣੀ ਇਹ ਨਹੀਂ ਜ਼ਿੰਮੇਵਾਰੀ ਸਮਝਦੇ ਹੋਏ ਜੇ ਕਿਤਾਬ ਨੂੰ ਲਾਉਂਗੇ ਪੜ੍ਹੋਗੇ ਉਹਦੀ ਇਨਸਾਈਟੇਸ਼ਨ ਰੈਫਰੈਂਸਿਸ ਪਿੱਛੇ 700 ਹਵਾਲੇ ਦਿੱਤੇ ਹੋਏ ਆ ਉਹਨਾਂ ਨੂੰ ਅੱਗੇ ਆਪਣੇ ਜਿਹੜੇ ਪਾਕਿਸਤਾਨੀ ਫਰੈਂਡਸ ਅਮਰੀਕਾ 'ਚ ਰਹਿੰਦੇ ਆ ਉਹਨਾਂ ਨੂੰ ਕਿਤਾਬ ਐਸੇ ਗਿਫਟ ਤਾਂੋਂਗੇ ਜਾਂ ਪਾਕਿਸਤਾਨ ਦੇ ਵਿੱਚ ਹੀ ਕਿਤਾਬਾਂ ਭੇਜੋਗੇ ਤਾਂ ਹੀ ਇਸ ਚੀਜ਼ ਨੂੰ ਆਪਾਂ ਅਸਲੀ ਫਾਈਟ ਦੇ ਸਕਦੇ ਆ ਜੇ ਆਪਾਂ ਸਿਰਫ ਇਹੀ ਕਹੀਏ ਕਿ ਗੁਰਦੁਆਰਿਆਂ ਨੂੰ ਮਸਜਿਦ ਬਣਾਤਾ ਇਦਾਂ ਦੀ ਗੱਲ ਨਹੀਂ ਹੈਗੀ ਉਹ ਲੀਗਲ ਝਗੜਾ ਚੱਲ ਰਿਹਾ ਹੈ ਉਹ ਲੀਗਲ ਝਗੜਾ ਪਹਿਲਾਂ ਜਦ ਤੱਕ ਆਪਾਂ ਨੂੰ ਆਪਾਂ ਹੀ ਨਹੀਂ ਸਮਝ ਆਊਗੀ ਕਿ ਕੀ ਸਗਾ ਉਹ ਆਪਾਂ ਕਿਸੇ ਨਾਲ ਕਿਵੇਂ ਇੰਟਰਨੈਟ ਤੇ ਫੇਸਬੁੱਕ ਤੇ ਬੈਠ ਕੇ ਫਾਈਟ ਕਰ ਸਕਦੇ ਆ ਸੋ ਬਜਾਏ 2-3 ਦਿਨਾਂ ਦੇ ਮੈਂ ਫੋਨ ਤੇ ਆਨਸਰ ਦੇਣ ਦੇ ਮੈਂ ਅੱਜ ਪੰਜਾਬੀ ਰੇਡੀਓ ਯ ਜਿਹੜੇ ਜਿਹੜੇ ਦੋਸਤਾਂ ਨੇ ਹਲੇ ਕਿਤਾਬ ਨਹੀਂ ਵੀ ਖਰੀਦੀ ਪਰ ਮੇਰਾ ਆਸ ਹੈ ਜਰੂਰ ਕੀ ਇਸ ਸ਼ੋਅ ਤੋਂ ਬਾਅਦ ਇੱਕ ਤਾਂ ਇਸ ਪ੍ਰੋਗਰਾਮ ਨੂੰ ਪੂਰਾ ਸ਼ੇਅਰ ਕਰਨਗੇ ਤਾਂ ਕਿ ਹਰ ਉਸ ਡਿਪਾਰਟਮੈਂਟ ਕੋਲ ਪਹੁੰਚ ਜਾਵੇ ਜਿਹੜਾ ਇਸ ਜਗ੍ਹਾ ਦੇ ਬਾਰੇ ਕੰਮ ਕਰ ਰਿਹਾ ਤਾਂ ਕਿ ਉਹਨਾਂ ਨੂੰ ਹੈਲਪ ਮਿਲ ਸਕੇ ਪੁਰਾਣੇ ਕਾਨੂੰਨੀ ਰਿਕਾਰਡ ਲੱਭਣ ਦੀ ਕਿਉਂਕਿ ਜਦੋਂ ਵੀ ਕਿਤੇ ਅਦਾਲਤ ਵਿੱਚ ਫੈਸਲਾ ਹੁੰਦਾ ਪੁਰਾਣੇ ਜਿਹੜੇ ਅਦਾਲਤ ਦੇ ਰਿਕਾਰਡ ਦੀ ਕਾਪੀਆਂ ਹੈਗੀਆਂ ਉਹ ਦੇਖੀਆਂ ਜਾਂਦੀਆਂ ਭਾਵੇਂ ਉਹ 47 ਤੋਂ ਪਹਿਲਾਂ ਹੋਣ ਭਾਵੇਂ ਅੰਗਰੇਜ਼ਾਂ ਦੇ ਸਮੇਂ ਤੋਂ ਹੋਣ ਉਹ ਜਿਹੜੀਆਂ ਹੈਗੀਆਂ ਫਰੋਲੀਆਂ ਜਾਂਦੀਆਂ ਕਿ ਪਹਿਲਾਂ ਇਹ ਰੌਲਾ ਕੀ ਸੀਗਾ ਉਹਦੇ ਵਿੱਚ ਮੈਂ ਪੂਰੀ ਸਾਈਟੇ तरीका ਦੇ ਕੇ ਜਿਹੜਾ ਹੈਗਾ ਆਪਣੀ ਟਾਕ ਚ ਦੱਸਿਆ ਤਾਂ ਮੈਂ ਆਪਣੀ ਕਿਤਾਬ ਦੇ ਵਿੱਚ ਪੂਰਾ ਇਹਦੇ ਬਾਰੇ ਪਿੱਛੇ ਜਿਹੜੇ ਕੇ ਹਵਾਲੇ ਵੀ ਦਿੱਤੇ ਹੋਏ ਆ ਇਹ ਤਿੰਨ ਚੈਪਟਰ ਜਿਹੜੇ ਕੇ ਇਕੱਠੇ ਹੈਗੇ ਗੁਰਦੁਆਰਾ ਸ਼ਹੀਦਗੰਜ ਭਾਈ ਤਾਰੂ ਸਿੰਘ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀ ਆ ਤੇ ਗੁਰਦੁਆਰਾ ਸ਼ਹੀਦੀ ਸਥਾਨ ਭਾਈ ਤਾਰੂ ਸਿੰਘ ਇਹਨਾਂ ਤਿੰਨਾਂ ਦੇ ਵਿੱਚ ਇਹ ਜਿਹੜੀ ਇਨਫੋਰਮੇਸ਼ਨ ਹੈਗੀ ਤੁਹਾਨੂੰ ਮਿਲ ਜਾਏਗੀ ਹਾਂ ਜੀ ਬਿਲਕੁਲ ਤੇ ਅੱਜ ਕਿਉਂਕਿ ਮਸਲਾ ਇਸ ਟਾਈਮ ਟਾਈਮ ਸੈਂਸਿਟਿਵ ਸੀਗਾ ਸੋ ਇਸ ਦੇ ਉੱਤੇ ਗੱਲ ਕਰਨੀ ਜਿਹੜੀ ਉਹ ਲਾਜ਼ਮੀ ਸੀਗੀ ਸੋ ਆਪਾਂ ਜਿਹੜਾ ਧੰਨਵਾਦ ਕਰਦੇ ਆ ਡਾਕਟਰ ਪੰਨੂ ਹੁਣ ਆ ਦਾ ਮੀਨਾਂ ਨੇ ਬੜੇ ਵਿਸਥਾਰ ਦੇ ਨਾਲ ਸਾਰੇ ਦਸਤਾਵੇਜ਼ ਇਤਿਹਾਸਿਕ ਦਸਤਾਵੇਜ਼ਾਂ ਦੀ ਜਿਹੜੀ ਜਾਣਕਾਰੀ ਦਿੰਦੇ ਹੋਏ ਆਪਾਂ ਨੂੰ ਇਸ ਮਸਲੇ ਨੂੰ ਸਮਝਾਇਆ ਆ ਕਿ ਜਿਹੜੀਆਂ ਲੀਗਲ ਧਿਰਾਂ ਜਿਹੜੀਆਂ ਕੀ ਆ ਦੋਨਾਂ ਧਿਰਾਂ ਦਾ ਕੀ ਮਸਲਾ ਸੀ ਤੇ ਕੀ ਜਿਹੜੇ ਉਸ ਦੇ ਬਾਅਦ ਦੇ ਵਿੱਚ ਫੈਸਲੇ ਅਦਾਲਤਾਂ 'ਚ ਉਹ ਆਉਂਦੇ ਰਹੇ ਆ ਸੋ ਡਾਕਟਰ ਪੰਨੂ ਡਾਕਟਰ ਤੋਂ ਹੁਣ ਜਦੋਂ ਹਿਸਟੋਰੀਅਨ ਇਦਾਂ ਦੀਆਂ ਗੱਲਾਂ ਆਉਂਦੀਆਂ ਆ ਥਾਂ-ਥਾਂ ਤੋਂ ਜਦੋਂ ਤੁਹਾਨੂੰ ਪੁੱਛਦੇ ਆ ਗੱਲ ਕਰਦੇ ਆ ਤੇ ਫਿਰ ਇਹ ਜਦੋਂ ਕਿਤਾਬ ਤੁਸੀਂ ਲਿਖੀ ਤਾਂ ਤੁਹਾਨੂੰ ਲੱਗਦਾ ਸੀ ਵੀ ਇਦਾਂ ਦੀ ਚੀਜ਼ ਕਦੇ ਆਉਣ ਵਾਲੇ ਸਮੇਂ ਤੁਹਾਨੂੰ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ। ਨਹੀਂ ਮੈਨੂੰ ਇਹ ਨਹੀਂ ਸੀ ਪਤਾ ਕਿਉਂਕਿ ਮੈਂ ਇਸ ਚੈਪਟਰ ਦੇ ਐਂਡ ਤੇ ਵੀ ਮੈਂ ਇਦਾਂ ਲਿਖਿਆ ਸੀ ਵੀ ਇਸ ਜਗ੍ਹਾ ਤੇ ਦੋਵੇਂ ਹੀ ਕਿਉਂਕਿ ਮੈਨੂੰ ਇਹ ਤਾਂ ਪਤਾ ਹੈਗਾ ਵੀ ਇਹ ਲੀਗਲ ਡਿਸਪਿਊਟ ਤੇ ਚੱਲ ਰਿਹਾ ਪਰ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਜਿਵੇਂ ਹੁਣ ਬਹੁਤ ਸਾਰੇ ਦੋਸਤ ਇੰਡੀਆ ਚ ਜਿਵੇਂ ਪ੍ਰੋਟੈਸਟ ਕਰ ਰਹੇ ਕਿ ਪਾਕਿਸਤਾਨ ਚ ਇਦਾਂ ਹੋ ਰਿਹਾ। ਇਦਾਂ ਹੀ ਜਦੋਂ ਕਿਤੇ ਇੰਡੀਆ ਚ ਹੁੰਦਾ ਪਾਕਿਸਤਾਨ ਵਾਲੇ ਲੋਕ ਇਦਾਂ ਕਹਿ ਲੈਂਦੇ ਉਹ ਹਰੇਕ ਕੇਸ ਨੂੰ ਇੰਡੀਵਿਜੂਅਲੀ ਲੈਣਾ ਚਾਹੀਦਾ। ਹਮ 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 ਠੀਕ ਹੈ ਨ ਪਾਕਿਸਤਾਨ ਜੀ ਹੋਏਗਾ ਹਰੇਕ ਕੇਸ ਨੂੰ ਇੰਡੀਵਿਜੂਅਲੀ ਲੈਣਾ ਚਾਹੀਦਾ ਉਹਦਾ ਫੈਸਲਾ ਫਿਰ ਉੱਥੇ ਦਾ ਜਿਹੜਾ ਜੱਜ ਹੈਗਾ ਉਹ ਕਰੇ ਪਰ ਆਪਾਂ ਨੂੰ ਲੈਸ ਹੋਣਾ ਚਾਹੀਦਾ ਇਨਫੋਰਮੇਸ਼ਨ ਦੇ ਨਾਲ ਇਹ ਜਿਹੜੇ ਪਾਕਿਸਤਾਨ ਚ ਜਿਹੜੇ ਕੁਰਤਾਮ ਨੇ ਅਬਾਊਟ 270 ਦੇ ਕਰੀਬ ਜਿਹੜੇ ਨੇ ਜਿਨ੍ਹਾਂ ਦੇ ਉੱਤੇ ਮੈਂ ਰਿਸਰਚ ਕੀਤੀ ਹੋਈ ਹੈ ਜੀ ਇਹ ਆਪਣੀ ਜ਼ਿੰਮੇਵਾਰੀ ਹੈ ਪਹਿਲਾਂ ਤਾਂ ਆਪਾਂ ਕਹਿ ਸਕਦੇ ਸੀ ਹਾਂ ਜੀ ਲੰਘਾ ਨਹੀਂ ਖੁੱਲਿਆ ਹੁਣ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਾਹੌਲ ਸੁਖਾਵਾਂ ਹੈ ਆਪਾਂ ਉੱਥੇ ਜਾ ਵੀ ਸਕਦੇ ਹਾਂ ਰਿਸਰਚ ਕਰ ਸਕਦੇ ਹਾਂ ਪਾਕਿਸਤਾਨ ਦੇ ਬਹੁਤ ਦੋਸਤ ਆਪਣੇ ਨਾਲ ਖੜੇ ਨੇ ਪਰ ਜੇ ਆਪਾਂ ਹੀ ਇਨਫੋਰਮੇਸ਼ਨ ਪੁਰਾਣੀਆਂ ਕਿ ਪੜਾਂਗੇ ਆਪਾਂ ਲਾਇਬ੍ਰੇਰੀ ਚ ਜਾ ਕੇ ਟਾਈਮ ਸਪੈਂਡ ਨਹੀਂ ਕਰਾਂਗੇ ਆਪਾਂ ਸਿਰਫ ਇਹੀ ਲਿਖਾ ਜਾਵਾਂਗੇ ਕਿ ਉੱਥੇ ਮਸੀਤ ਨੂੰ ਐ ਬਣਾਤਾ दैट इज ਅ ਰੋਂਗ ਵੇ ਉਹਨਾਂ ਨਾਲ ਕੀ ਹੈਗਾ ਕਿ ਉੱਥੇ ਦੇ ਜਿਹੜੇ ਲੋਕਲ ਉੱਥੇ ਵੀ ਕੱਟੜ ਲੋਕ ਹੈਗੇ ਆ ਉਹ ਵੀ ਗੁੱਸੇ ਚ ਆ ਜਾਂਦੇ ਜੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਉਹ ਬਾਰ ਬਾਰ ਕਹਿ ਰਿਹਾ ਵੀ ਅਸੀਂ ਇੰਨੀਆਂ ਲੱਖਾਂ ਲੋਕਾਂ ਨੇ ਸ਼ਹੀਦ ਹੋ ਕੇ ਪਾਕਿਸਤਾਨ ਬਣਾਇਆ ਮਤਲਬ ਉਹਦੀ ਜਿਹੜੀ ਫੀਲਿੰਗ ਹੈ ਉਹ ਆਪਾਂ ਉਹਨਾਂ ਨੂੰ ਕਾਊਂਟਰ ਤਾਂ ਹੀ ਕਰ ਸਕਦੇ ਆ ਵੀ ਭਾਈ ਅਸੀਂ ਤੈਨੂੰ ਅਸੀਂ ਪਾਕਿਸਤਾਨ ਜਿਹੜਾ ਬਣਿਆ ਉਹਦੇ ਬਾਰੇ ਨਹੀਂ ਕੁਝ ਕਹਿ ਰਹੇ ਇਹ ਤਾਂ ਜਿਹੜਾ ਫੈਸਲਾ ਹੈ ਉਹ ਆਲਰੇਡੀ ਕਾਨੂੰਨ ਨੇ ਕਰ ਦਿੱਤਾ ਸੀ ਔਰ ਇੰਨੀਆਂ ਕੇਸ ਰਿਪੋਰਟ ਜਿਹੜੀਆਂ ਹੈਗੀਆਂ ਉਹਦੇ ਸਾਹਮਣੇ ਆਪਾਂ ਪੇਸ਼ ਕਰ ਦਿੱਤੀਆਂ ਹਮ ਮਸਲਤ ਸਿਰਫ ਹੈਗਾ ਕਿ ਆਪਾਂ ਕਿਸੇ ਨੂੰ ਆਰਗਿਊ ਕਰਨ ਦੇ ਬਜਾਏ ਉਹਨੂੰ ਥੋੜਾ ਜਿਹਾ ਪਿਆਰ ਨਾਲ ਸਮਝਾਈਏ ਉਹਦੇ ਕੋਲ ਬੈਠ ਕੇ ਕਿਤਾਬ ਦੀ ਕਾਪੀ ਦੇਈਏ ਵੀ ਦੇਖ ਕਿਦਾਂ ਸਾਰਾ ਜਿਹੜਾ ਮਾਹੌਲ ਹੈਗਾ ਵਧੀਆ ਚੱਲ ਰਿਹਾ ਇਹ ਸਾਰੇ ਮਸਲੇ ਜਿਹੜੇ ਹੈਗੇ ਇਦਾਂ ਹੱਲ ਹੋ ਸਕਦੇ ਆ ਦੂਸ਼ਣਬਾਜੀ ਦੇ ਨਾਲ ਜਿਹੜਾ ਹੈਗੇ ਉਹ ਉਹ ਮਸਲੇ ਵਿਗੜ ਸਕਦੇ ਔਰ ਮੇਰੀ ਤੁਹਾਡੇਗੇ ਹੀ ਜਿਹੜੀ ਹੈਗੀ ਬਾਰ ਬਾਰ ਅਪੀਲ ਹੈਗੀ ਆ ਮੈਨੂੰ ਕਰਨੀ ਪੈ ਰਹੀ ਹੈ ਕਿਉਂਕਿ ਜਿੰਨੀਆਂ ਕਿਤਾਬਾਂ ਲੋਕਾਂ ਨੇ ਖਰੀਦੀਆਂ ਉਹਨਾਂ ਨੂੰ 10 ਗੁਣਾ ਕਿਤਾਬਾਂ ਮੈਂ ਸੋ ਮਨਖੇ ਲੋ ਭਈ ਮੈਨੂੰ ਤੁਹਾਡੀ ਲੋੜ ਹੈ ਕਿ ਤੁਸੀਂ ਇਸ ਬੁੱਕ ਨੂੰ ਬਾਏ ਕਰੋ ਯੂਨੀਵਰਸਿਟੀਜ਼ ਜਾ ਕੇ ਰੱਖੋ ਤਾਂ ਕਿ ਹਰੇਕ ਚੈਪਟਰ ਦੇ ਐਂਡ ਤੇ ਮੈਂ ਕੋਈ ਨਾ ਕੋਈ ਇਹੋ ਜੀ ਗੱਲ ਲਿਖੀ ਹੋਈ ਹੈ ਜਿਹੜੀ ਆਉਣ ਵਾਲੇ ਸਮੇਂ ਚ ਪਾਕਿਸਤਾਨ ਚ ਰਹਿਣ ਵਾਲੀ ਜਿਹੜੀ ਪਸ਼ਤੂਨ ਸਿੱਖ ਕਮਿਊਨਿਟੀ ਉਹਦੀ ਬਹੁਤ ਹੈਲਪ ਕਰ ਸਕਦੀ ਹੈ ਹੁਣ ਕਈ ਲੋਕੀ ਕੱਲ ਪਰਸੋਂ ਦੇ ਕਹਿ ਰਹੇ ਪੀ ਉੱਥੇ ਤੇ ਪਾਕਿਸਤਾਨ ਵਾਲੇ ਸਿੱਖ ਕਿਉਂ ਨਹੀਂ ਕੁਝ ਕਰ ਰਹੇ ਉਹ ਜਿਹੜੀ ਕਮਿਊਨਿਟੀ ਹੈਗੀ ਉਹ ਤੋਂ ਇੰਨੇ ਜ਼ਿਆਦਾ ਪਾਵਰਟੀ ਚ ਹੈਗਾ ਇੰਨੇ ਐਜੂਕੇਸ਼ਨ ਦੀ ਪਲੋਰਮ ਹੈ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਇੰਨੀ ਪ੍ਰੋਬਲਮ ਹੈਗੀ ਹੈ ਮਸੇ ਉਹਨਾਂ ਦੇ ਬੱਚੇ ਆਪਾਂ ਉਹਨਾਂ ਨੂੰ ਕਿਉਂ ਮੋਰੇ ਲਾ ਕੇ ਉਹਨਾਂ ਨੂੰ ਜਿਹੜਾ ਹੈਗਾ ਇਸ ਕਹਿ ਲਓ ਭਈ ਇਦਾਂ ਦੇ ਲੀਗਲ ਪੰਗਿਆਂ 'ਚ ਪਾਈ ਹੈ ਕਿਉਂ ਨਹੀਂ ਜਿਹੜੇ ਦੁਨੀਆ ਪਰਦੇ ਬਾਹਰ ਲਈ ਸਿੱਖ ਹੈਗੇ ਇਹ ਚੀਜ਼ਾਂ ਦਾ ਲੋਡ ਆਪਣੇ ਤੇ ਲੈਂਦੇ ਤਾਂ ਕਿ ਜਿਹੜੀ ਉੱਥੇ ਦੀ ਲੋਕਲ ਕਮਿਊਨਿਟੀ ਆ ਉਹ ਆਪਣੀ ਐਜੂਕੇਸ਼ਨਲ ਧਿਆਨ ਦੇਵੇ ਕੁਝ ਆਪਣੇ ਪੈਰਾਂ ਤੇ ਤਾਂ ਖੜਨ ਹੋ ਆਪਾਂ ਉਹਨਾਂ ਨੂੰ ਜੇ ਅੱਗੇ-ਅੱਗੇ ਕਰੀ ਜਾਵਾਂਗੇ ਇਦਾਂ ਦੇ ਕੇਸ 'ਚ ਉਹਨਾਂ ਦੇ ਉੱਥੇ ਲੋਕਲ ਪ੍ਰੋਬਲਮ ਉਹਨਾਂ ਦੀ ਹੋਰ ਵੱਧ ਜਾਏਗੀ ਸੋ ਇਹ ਬੜੇ ਸੈਂਸਿਟਿਵ ਮਾਮਲੇ ਹੈਗੇ ਆ ਜਿਹੜੇ ਧਰਮ ਦੇ ਨਾਮ ਤੇ ਮਾਮਲੇ ਹੈਗੇ ਆ ਬਹੁਤ ਸੈਂਸਿਟਿਵ ਹੁੰਦੇ ਆ ਧਾਰਮਿਕ ਜਗ੍ਹਾ ਦੇ ਮਾਮ ਹੂੰ ਠੀਕ ਹੈ ਨਾ ਸੋ ਇਹਨੂੰ ਬੜੇ ਕੈਲੋਪੀ ਸਿਆਣਪ ਦੇ ਨਾਲ ਨਿਚਠਣ ਦੀ ਲੋੜ ਹੈ ਔਰ ਫੈਕਟਸ ਦੇ ਨਾਲ ਜਿਵੇਂ ਕਿ ਆਪਾਂ ਐਕਸਪਲੇਨ ਕੀਤਾ ਇਹ ਫੈਕਟਸ ਹਰੇਕ ਤੱਕ ਪਹੁੰਚਾਓ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਤਾਂ ਕਿ ਪਤਾ ਲੱਗੇ ਕਿ ਇੱਥੇ ਪੁਰਾਣੇ ਕਾਨੂੰਨੀ ਕੇਸ ਕੀ ਸਨ ਜੀ ਸਨ ਜੀ ਬਿਲਕੁਲ ਡਾਕਟਰ ਪੰਨੂ ਬਹੁਤ-ਬਹੁਤ ਜਿਹੜਾ ਆਪਾਂ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਤੁਸੀਂ ਸਾਡੇ ਨਾਲ ਜੁੜੇ ਤੇ ਇਸ ਜਿਹੜੇ ਚੈਪਟਰਸ ਹੈਗੇ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਜਿਸ ਨੂੰ ਜੇ ਕੋਈ ਬਾਇ ਕਰਨਾ ਚਾਹੁੰਦਾ ਤਾਂ ਐਮਾਜ਼ਨ ਦੇ ਉੱਤੇ ਅਵੇਲੇਬਲ ਹੈਗੀ ਆ ਆ ਯੂਰਪ ਦੇ ਵਿੱਚ ਵੀ ਅਤੇ ਅਮਰੀਕਾ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਤੇ ਡਾਊਨ ਅੰਡਰ ਆਸਟ੍ਰੇਲੀਆ ਨਿਊਜ਼ੀਲੈਂਡ ਵਾਲੇ ਪਾਸੇ ਵੀ ਜਿਹੜੀ ਹੈ ਅਵੇਲੇਬਲ ਆ ਤੇ ਪਾਕਿਸਤਾਨ ਦੇ ਵਿੱਚ ਤੇ ਇੰਡੀਆ ਦੇ ਵਿੱਚ ਵੀ ਜਿਹੜੀਆਂ ਇਹ ਕਿਤਾਬਾਂ ਤੁਸੀਂ ਉੱਥੋਂ ਬਾਏ ਕਰ ਸਕਦੇ ਹੋ ਜੇ ਕਿਸੇ ਨੇ ਹੋਰ ਜਾਣਕਾਰੀ ਵੀ ਲੈਣੀ ਹੈ ਤੁਸੀਂ ਇਹਨਾਂ ਦੀ ਵੈਬਸਾਈਟ ਦਾ ਸਿੱਖ ਹੈਰੀਟੇਜ .com ਉਸ ਦੇ ਉੱਤੇ ਜਾ ਕੇ ਜਿਹੜੀ ਆ ਤੁਸੀਂ ਜਾਣਕਾਰੀ ਆ ਉਹ ਪ੍ਰਾਪਤ ਕਰ ਸਕਦੇ ਆ ਸੋ ਵੱਧ ਤੋਂ ਵੱਧ ਲੋਕ ਜਿਹੜੇ ਇਤਿਹਾਸ ਦੇ ਨਾਲ ਜਿਹੜਾ ਜੀ ਉਹ ਲੈਸੋਬ ਤੇ ਵੱਤ ਤੋਂ ਵੱਤ ਜਿਹੜੀ ਜਾਣਕਾਰੀਆਂ ਉਹ ਆਪਾਂ ਸਾਂਝੀਆਂ ਕਰੀਆਂ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਪੰਨੂ ਜੀ ਅਗਲੀ ਵਾਰੀ ਫੇਰ ਆਪਾਂ ਮਿਲਾਂਗੇ ਕਿਸੇ ਹੋਰ ਜਿਹੜੇ ਚੈਪਟਰ ਦੇ ਨਾਲ ਮਿਹਰਬਾਨ ਜੀ ਇਸ ਰੋਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਦਾ ਸਿੱਖ ਹੈਰੀਟੇਜ ਬਿਯੰਡ ਬਾਰਡਰਸ ਸਿੱਖ ਵਿਰਾਸਤ ਸਰਹੱਦੋਂ ਪਾਰ ਜਿਹੜਾ ਹੈ ਉਹ ਸਮਾਪਤ ਹੁੰਦਾ ਹੈ ਮਿਲਦੇ ਅਗਲੀ ਵਾਰ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨਮਿਜਾਤ ਦੀ ਉਮੀਦੋਂ ਵੱਲੋਂ ਵੀ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ